ਇਸ ਯੂ ਆਰ ਬੋਰੀ ਹੋਰੀ ਬਾਬਾ ਜ਼ਮੀਨ ਜ਼ਿਆਦਾ ਹੋਵੇ ਮੁੰਡਾ ਉਹਨਾਂ ਨੂੰ ਇਹ ਥੋੜਾ ਸੀਗਾ ਕਿ ਮੁੰਡਾ ਜੇ ਸ਼ਰਾਬ ਪੀ ਲੂ ਤਾਂ ਵੀ ਕੀ ਹੈ ਇਹਦੇ ਕਰਕੇ ਮੇਰਾ ਵਿਆਹ ਵੀ ਪਛੜ ਗਿਆ 28 ਵਰਿਆਂ ਦੀ ਉਮਰ ਦੇ ਵਿੱਚ ਮੇਰੀ ਸ਼ਾਦੀ ਹੋਈ ਸੀਗੀ ਥੋੜੀ ਬਹੁਤੀ ਸਟਰਗਲ ਹੋਈ ਇਹ ਨਹੀਂ ਹੈਗਾ ਕਿ ਉਹ ਆਰਾਮ ਨਾਲ ਮੰਨੇ ਟਕਾਈਆਂ ਵੀ ਨੇ ਤੇ ਗੁਰਪ੍ਰੀਤ ਨੂੰ ਖਵਾਈਆਂ ਭਾਜੀ ਇੱਕ ਜਿਵੇਂ ਆਪਾਂ ਮੈਮ ਨੂੰ ਦੇਖਦੇ ਹਾਂ ਫਿਲਮਾਂ 'ਚ ਇਹ ਲੜਦੇ ਬਹੁਤ ਆ ਹਰ ਇੱਕ ਕੁੜੀ ਬੁੜੀ ਜਾਂ ਬੰਦੇ ਨੂੰ ਲੱਗਦਾ ਵੀ ਇਹ ਬੁੜੀ ਬਹੁਤ ਭੈੜੀ ਆ ਤੇ ਤੁਹਾਡੇ ਨਾਲ ਨਹੀਂ ਇਹ ਲੜਦੇ ਕਦੇ ਵੀ ਕਈ ਵਾਰੀ ਫਿਲਮ ਵਾਲਿਆਂ ਨੂੰ ਵੀ ਕਹਿ ਦਿੰਦੀ ਹਾਂ ਵੀ ਮੈਨੂੰ ਇਸ ਗੱਲ ਦਾ ਬਹੁਤ ਗਿਲਾ ਪਤਾ ਨਹੀਂ ਮੇਰੇ ਮੂੰਹ 'ਤੇ ਹੀ ਲਿਖਿਆ ਵੀ ਇਹ ਕਿੱਡੀ ਸਖਤ ਹੈ ਮੈਂ ਇੱਕ ਔਰਤ ਹੋਣ ਦੇ ਨਾਤੇ ਘਰੇ ਉਹ ਕੁਛ ਹੰਢਾਇਆ ਜਿਵੇਂ ਭਰਾ ਵੱਡੇ ਸੀ ਮੈਨੂੰ ਉਹਨਾਂ ਦੇ ਇਸ ਗੱਲੋਂ ਗਿਲਾ ਨਹੀਂ ਕਿ ਉਹ ਇਹੋ ਜਿਹੇ ਸੀ ਫਿਰ ਇੱਕ ਦਿਨ ਇਹੋ ਜਿਹੀਆਂ ਬਗਾਵਤਾਂ ਵੀ ਘਰਦਿਆਂ ਨਾਲ ਹੋਈਆਂ ਕਿ ਅਸੀਂ ਕਿਹੜਾ ਕੋਈ ਮਾੜਾ ਕੰਮ ਕਰਦੇ ਹਾਂ ਕੋਈ ਸਮਾਂ ਸੀਗਾ ਕਿ ਗੁਰਪ੍ਰੀਤ ਇਸ ਰੂਪ 'ਚ ਜਾਣੀ ਜਾਂਦੀ ਸੀ ਕਿ ਗੁਰਪ੍ਰੀਤ ਸਵਰਨ ਸਿੰਘ ਢੰਗੂ ਦੀ ਵਾਈਫ ਹੈ ਪ੍ਰੋਪਰਟੀ ਤਾਂ ਗੱਲ ਹੀ ਕੁਛ ਨਹੀਂ ਕੀ ਪ੍ਰੋਪਰਟੀ ਅਸੀਂ ਆਪਦੇ ਸਰੀਰ ਦੀ ਮਤਲਬ ਦੋਨਾਂ ਨੇ ਡੋਨੇਟ ਕਰਤੀ ਗੁਣ ਤਾਂ ਮੈਂ ਦੱਸਦੇ ਇਹਨਾਂ ਦਾ ਇੱਕ ਔਗਣ ਆ ਜੀ ਬਹੁਤ ਵੱਡਾ ਘਰ ਜ਼ਰੂਰ ਬਣਾ ਲਿਆ ਪਰ ਘਰ ਮੈਨੂੰ ਲੱਗਦਾ ਬੱਚਿਆਂ ਨਾਲ ਹੀ ਹੁੰਦਾ ਮੈਨੂੰ ਐ ਲੱਗਦਾ ਕਦੇ ਕਦੇ ਵੀ ਕੰਧਾਂ ਦੇ ਘਰ ਨਹੀਂ ਹੁੰਦੇ ਬੱਚਿਆਂ ਦਾ ਘਰ ਹੁੰਦੇ ਨੇ ਪੁੱਤ ਤੂੰ ਕਦੇ ਘਰੇ ਨਹੀਂ ਆਇਆ ਇੰਨਾ ਨਿਰਮੋਹਾ ਹੋ ਗਿਆ ਅੱਜ ਮੈਂ ਆਪਦੇ ਦਿਲ ਦੀ ਗੱਲ ਥੋੜੇ ਸਾਰਿਆਂ ਦੇ ਸਾਹਮਣੇ ਖੋਲਣਾ ਚਾਹੁੰਦੀ ਹਾਂ ਸਮਝਦਾ ਦੇਖ ਆਪਣੇ ਆਪ ਨੂੰ ਕੀ ਹੈ ਤੇਰੇ ਇੱਥੇ ਤਾਂ ਕੋਈ ਸਰਪੰਚ ਨਹੀਂ ਆਉਂਦਾ ਪਿੰਡ ਦਾ ਹੱਦ ਹੋ ਗਈ ਕੁੜੀਆਂ ਜੋ ਅੱਜ ਕੱਲ੍ਹ ਆ ਰਹੀਆਂ ਇੰਡਸਟਰੀ ਦੇ ਵਿੱਚ ਉਹ ਕਾਫੀ ਸਵਾਲ ਜਵਾਬ ਕਰਦੇ ਵੀ ਸਾਡੇ ਨਾਲ ਆਏ ਹੋਏ ਆ ਇੰਡਸਟਰੀ 'ਚ ਇਸ ਤਰ੍ਹਾਂ ਕਿਉਂ ਹੋ ਰਿਹਾ ਜੀ ਜੇ ਐ ਸੋਹਣੇ ਵਾਲੀ ਗੱਲ ਹੁੰਦੀ ਮੈਨੂੰ ਤਾਂ ਲੱਗਦਾ ਨਹੀਂ ਕਿ ਗੁਰਪ੍ਰੀਤ ਭੰਗੂ ਬਹੁਤ ਹੈਗੀ ਬਈ ਐਸ਼ ਵਰਿਆ ਪਹਿਲਾਂ ਮੈਂ ਜਦੋਂ ਗਰਾਊਂਡ 'ਚ ਖੜ੍ਹੀ ਟੈਸਟ ਲਈ ਉੱਥੇ ਪਟਿਆਲੇ ਫਿਜ਼ੀਕਲ ਕਾਲਜ 'ਚ ਸੀ ਸ਼ਹਿਰ ਦੀਆਂ ਕੁੜੀਆਂ ਜਿਨ੍ਹਾਂ ਦੇ ਕਿੱਟ ਪਾਈ ਹੋਈ ਆ ਬਹੁਤ ਐਕਟਿਵ ਅਤੇ ਮੈਨੂੰ ਇੱਕਦਮ ਐਂ ਜਿਹਾ ਲੱਗਿਆ ਵੀ ਮੇਰੇ ਸਲਵਾਰ ਸੂਟ ਪਾਇਆ ਅਤੇ ਮੈਨੂੰ ਇੱਕਦਮ ਐਂ ਜਿਹਾ ਲੱਗਿਆ ਉੱਥੋਂ ਇੰਨੀ ਪੁਸ਼ ਅਪ ਹੋਈ ਜਿਹੜਾ 27 ਸਕਿੰਟ ਦਾ ਟੈਸਟ ਸੀ ਉਹਨੂੰ 23 ਸਕਿੰਟ 'ਚ ਕਲੀਅਰ ਕਰ ਦਿੱਤੀ ਗਿੱਪੀ ਕਹਿੰਦਾ ਮਾਤਾ ਮੈਨੂੰ ਨੀਂਦ ਆ ਨਹੀਂ ਸੀ ਰਹੀ ਕੁਹਾੜੇ ਦੇ ਸੱਟ 'ਤੇ ਸੀ ਅਤੇ ਕਹਿੰਦਾ ਮੈਂ 2 ਵਜੇ ਤੱਕ ਬਹੁਤ ਹੀ ਅੱਕਿਆ ਕਹਿੰਦਾ ਹਾਰ ਕੇ ਮੈਂ ਸੋਚਿਆ ਵੀ ਆ ਕੀ ਕਰਦਾ ਵੀ ਜਿੰਮ ਚੱਲਦੇ ਹਾਂ ਰਾਤ ਨੂੰ 2 ਵਜੇ ਮੈਨੂੰ ਨਹੀਂ ਲੱਗਦਾ ਇਹ ਜਿਵੇਂ ਇਹਨਾਂ ਨੇ ਕਹਿਤਾ ਉਮਰ ਆ ਮੈਨੂੰ ਨਹੀਂ ਲੱਗਦਾ ਅਸੀਂ ਬੁੱਢੇ ਹੋ ਗਏ ਅਸੀਂ ਕੰਮ ਕਰਦੇ ਰਹਾਂਗੇ ਸੋ ਦੋਸਤੋ ਆਪਾਂ ਅੱਜ ਖਾਸ ਤੌਰ ਤੇ ਪਹੁੰਚੇ ਆ ਮੈਡਮ ਗੁਰਪ੍ਰੀਤ ਕੌਰ ਭੰਗੂ ਦੇ ਘਰ ਉਹਨਾਂ ਨਾਲ ਆਪਾਂ ਖਾਸ ਮੁਲਾਕਾਤ ਕਰਾਂਗੇ ਉਹਨਾਂ ਦੇ ਹਸਬੈਂਡ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਸਰਦਾਰ ਸਵਰਨ ਸਿੰਘ ਭੰਗੂ ਨਾਲ ਸੋ ਜਿਵੇਂ ਆਪਾਂ ਜਾਣਦੇ ਕਿ ਮੈਮ ਦਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਵੱਡਾ ਨਾਮ ਆ ਸੋ ਆਓ ਆਪਾਂ ਦੇਖਦੇ ਆ ਮੈਮ ਹੋਰੀ ਅੰਦਰ ਆ ਕਿ ਨਹੀਂ ਅਤੇ ਅੱਜ ਮੇਰੇ ਨਾਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਬਲੈਸ ਯੂ ਬੇਟਾ ਸੋ ਆ ਜੋ ਮੈਮ ਆਪਣੇ ਨਾਲ ਆ ਚੱਲਦੇ ਆਂ ਅੰਦਰ ਆਪਾਂ ਗੱਲਾਂ ਬਾਤਾਂ ਕਰਦੇ ਆਂ ਆਓ ਬੇਟਾ ਆਓ ਅੰਦਰ ਚੱਲੀਏ ਸਤਿ ਸ਼੍ਰੀ ਅਕਾਲ ਜੀ ਮੈਂ ਜਗਮੀਤ ਬਰਾੜ ਜੋ ਕਰਦਾ ਸਭ ਦਾ ਦਿਲੋਂ ਸਤਿਕਾਰ ਅਤੇ ਬੌਲੀ ਹੌਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਹਿੰਦਾ ਵੈਲਕਮ ਜਨਾਬ ਦੋਸਤੋ ਆਪਾਂ ਅੱਜ ਇੱਕ ਅਜਿਹੀ ਅਦਾਕਾਰ ਕੋਲ ਪਹੁੰਚੇ ਹਾਂ ਜਿਸ ਨੇ ਅਣਗਿਣਤ ਫਿਲਮਾਂ ਵਿੱਚ ਕੰਮ ਕੀਤਾ ਕਦੇ ਉਹ ਮਾਂ ਦੇ ਰੋਲ ਵਿੱਚ ਦਿਖਾਈ ਦਿੰਦੇ ਕਦੇ ਚਾਚੀ ਕਦੇ ਤਾਈ ਪਰ ਉਹਨਾਂ ਤੋਂ ਬਿਨਾਂ ਅੱਜ ਹਰ ਇੱਕ ਪੰਜਾਬੀ ਫਿਲਮ ਅਧੂਰੀ ਲੱਗਦੀ ਆ ਸੋ ਦੋਸਤੋ ਅੱਜ ਅਸੀਂ ਖਾਸ ਤੌਰ 'ਤੇ ਪਹੁੰਚੇ ਹਾਂ ਗੁਰਪ੍ਰੀਤ ਕੌਰ ਭੰਗੂ ਜੀ ਦੇ ਘਰ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲ ਸਾਡੇ ਨਾਲ ਨੇ ਸਰਦਾਰ ਸਵਰਨ ਸਿੰਘ ਭੰਗੂ ਜੀ ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਾਨੂੰ ਬਹੁਤ ਖੁਸ਼ੀ ਮੈਮ ਨੂੰ ਤਾਂ ਅਕਸਰ ਹੀ ਲੋਕ ਮਿਲਦੇ ਰਹਿੰਦੇ ਆ ਤੁਸੀਂ ਪਹਿਲੀ ਵਾਰੀ ਕੈਮਰੇ ਸਾਡੇ ਨਾਲ ਆ ਰਹੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਹਾਂਜੀ ਮੈਮ ਹੋਰ ਦੱਸੋ ਜੀ ਆਪਣੇ ਬਾਰੇ ਠੀਕ ਠਾਕ ਹੋ ਜੀ ਬਿਲਕੁਲ ਠੀਕ ਹਾਂ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਚੱਲ ਕੇ ਅੱਜ ਸਾਡੇ ਘਰ ਆਏ ਹੋ ਬੋਲੀ ਹੌਲੀ ਬਾਬਾ ਚੈਨਲ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਕਿਉਂਕਿ ਮੇਰੇ ਹਸਬੈਂਡ ਨਾਲ ਬੈਠੇ ਨੇ ਮੇਰੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੋ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਲਈ ਸਭ ਤੋਂ ਵੱਡਾ ਮਾਣ ਆ ਜੀ ਕਿ ਤੁਸੀਂ ਸਾਨੂੰ ਇੰਨਾ ਕੀਮਤੀ ਸਮਾਂ ਕਿਉਂਕਿ ਅੱਜ ਕੱਲ੍ਹ ਹਰ ਇੱਕ ਫਿਲਮ ਵਿੱਚ ਮੈਮ ਆਪਾਂ ਨੂੰ ਦਿਖਾਈ ਦਿੰਦੇ ਆ ਅਤੇ ਇਹਨਾਂ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਕਿ ਕੋਈ ਵੀ ਫਿਲਮ ਮੈਨੂੰ ਲੱਗਦਾ ਵੀ ਪੂਰੀ ਨਹੀਂ ਹੋ ਸਕਦੀ ਸੋ ਮੈਮ ਇੰਨੀ ਮਿਹਨਤ ਇੰਨਾ ਤੁਸੀਂ ਕਿੱਥੋਂ ਆਪਦੇ ਇੰਸਪੀਰੇਸ਼ਨ ਲੈ ਕੇ ਉਹਨੂੰ ਇੰਨਾ ਕੰਮ ਕਰ ਰਹੇ ਹੋ ਜੀ ਬੇਟਾ ਮੈਨੂੰ ਐਂ ਲੱਗਦਾ ਕਿ ਪਹਿਲਾਂ ਤਾਂ ਜਿਹੜਾ ਮੇਰਾ ਰੋਲ ਮਾਡਲ ਹੈ ਸਰਦਾਰ ਜਾਂ ਸ਼੍ਰੀ ਕਹਿ ਲਓ ਜਾਂ ਉਹਨਾਂ ਨੂੰ ਭਾਜੀ
ਜਿਨ੍ਹਾਂ ਨੂੰ ਸਾਰਾ, ਮੈਂ ਇਹ ਨਹੀਂ ਕਹਿੰਦੀ ਇਕੱਲਾ ਪੰਜਾਬ, ਬਾਹਰਲੀਆਂ ਸਟੇਟਾਂ, ਬਾਹਰਲੇ ਦੇਸ਼ ਵੀ ਭਾਅ ਜੀ ਕਹਿ ਕੇ ਬੁਲਾਉਂਦੇ, ਉਸ ਬਾਕੀ ਸਭ ਦੇ ਭਾਅ ਜੀ ਸੀ। ਮੈਂ ਉਹਨਾਂ ਤੋਂ ਇੰਸਪਾਇਰ ਹੋ ਕੇ ਥੀਏਟਰ ਵੱਲ ਆਈ। ਅੱਛਾ, ਥੀਏਟਰ ਤੋਂ ਪਤਾ ਹੀ ਨਹੀਂ ਲੱਗਿਆ ਕਿਵੇਂ ਕਲਿੱਕ ਕਰ ਗਈ, ਹੌਲੀ ਹੌਲੀ ਇਸ ਲਾਈਨ ਵੱਲ। ਠੀਕ ਹੈ ਜੀ, ਓਕੇ। ਅਤੇ ਭਾਅ ਜੀ ਹੁਣ ਤੁਸੀਂ ਦੱਸੋ ਜੀ, ਪਹਿਲਾਂ ਆਪਾਂ ਕਿਉਂਕਿ ਇਹਨਾਂ ਦੇ ਪਿਛੋਕੜ ਬਾਰੇ ਵੀ ਗੱਲਬਾਤ ਕਰਾਂਗੇ, ਪਰ ਤੁਹਾਡਾ ਵੀ ਇਹਨਾਂ ਦੀ ਲਾਈਫ ਵਿੱਚ ਬਹੁਤ ਵੱਡਾ ਯੋਗਦਾਨ, ਤੁਹਾਡੀ ਇਹਨਾਂ ਨਾਲ ਮੁਲਾਕਾਤ ਕਿਵੇਂ ਹੋਈ ਸੀ ਪਹਿਲਾਂ ਆਪਾਂ ਉਹ ਗੱਲ ਕਰਦੇ ਜੀ, ਫਿਰ ਇਹਨਾਂ ਦੀ ਫੈਮਿਲੀ ਬਾਰੇ ਪਿੱਛੇ ਚੱਲਾਂਗੇ ਜੀ। ਅਸਲ ਦੇ ਵਿੱਚ ਮੇਰੀ ਕੁਛ ਵਿਚਾਰਧਾਰਾ ਇਸ ਤਰ੍ਹਾਂ ਦੀ ਹੈਗੀ ਹੈ ਕਿ ਮੈਨੂੰ ਐਂ ਲੱਗਦਾ ਸੀ ਕਿ ਮੇਰੇ ਨਾਲ ਤਾਂ ਜਿਹੜਾ ਜੀਵਨ ਸਾਥੀ ਹੋਵੇ ਘੱਟੋ ਘੱਟ ਉਹਨੂੰ ਭੁੱਖੇ ਰਹਿਣ ਦਾ ਤਜਰਬਾ ਹੋਵੇ। ਅੱਛਾ ਜੀ, ਅੱਛਾ, ਕਿਆ ਬਾਤ ਹੈ। ਅਤੇ ਜਿਹਦੇ ਕਰਕੇ ਜਾਂ ਫਿਰ ਮੇਰੀਆਂ ਕੁਛ ਹੋਰ ਸ਼ਰਤਾਂ ਸੀਗੀਆਂ, ਕਿਉਂਕਿ ਮੈਂ ਪਹਿਲਾਂ ਤੋਂ ਹੀ ਕੋਈ ਰੱਬ ਦੀ ਹੋਂਦ ਦੇ ਵਿੱਚ ਮੇਰਾ ਯਕੀਨ ਨਹੀਂ ਹੈਗਾ। ਅੱਛਾ ਜੀ। ਅਤੇ ਮੈਂ ਚਾਹੁੰਦਾ ਸੀ ਵੀ ਸਾਡਾ ਜਿਹੜਾ ਜਿਹੜੀ ਸ਼ਾਦੀ ਵੀ ਹੋਵੇ ਉਹ ਇੱਕ ਦੂਜੇ ਦੇ ਹਾਰ ਪਾ ਕੇ ਹੋਵੇ, ਅਤੇ ਉਹਦੇ 'ਚ ਕਿਸੇ ਕਿਸਮ ਦਾ ਦਾਜ ਦਹੇਜ ਜਾਂ ਹੋਰ ਕਿਸੇ ਕਿਸਮ ਦਾ ਵਾਧਾ ਨਾ ਹੋਵੇ ਜੋ ਅੱਜ ਕੱਲ੍ਹ ਹੋ ਰਿਹਾ ਹੈਗਾ। ਠੀਕ ਹੈ ਜੀ। ਅਤੇ ਉਹ ਬਹੁਤ ਘੱਟ, ਬਹੁਤ ਸਾਰੇ ਲੋਕਾਂ ਨੇ ਮੈਨੂੰ ਦੇਖ ਦੇਖ ਕੇ ਰਿਸ਼ਤੇ ਆਉਂਦੇ ਸੀ ਛੱਡੇ ਗਏ, ਮੇਰੀਆਂ ਸ਼ਰਤਾਂ 'ਤੇ ਕੋਈ ਖਰਾ ਨਹੀਂ ਉਤਰਿਆ। ਅੱਛਾ ਜੀ। ਮੈਮ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਤੁਹਾਨੂੰ ਜ਼ਿਆਦਾ ਗੁੱਸੇ ਵਾਲੇ ਰੋਲ ਦਿੱਤੇ ਜਾਂਦੇ ਆ, ਪਰ ਜੇ ਐਜ਼ ਐਨ ਐਕਟਰ ਆਪਾਂ ਗੱਲ ਕਰੀਏ, ਤੁਸੀਂ ਬਹੁਤ ਹੀ ਵਧੀਆ ਐਕਟਰ ਆ, ਤੁਸੀਂ ਹਰਜੀਤਾ ਫਿਲਮ ਦੇ ਵਿੱਚ ਦੇਖਿਆ, ਤੁਸੀਂ ਕਿੰਨਾ ਸੋਹਣਾ ਇਮੋਸ਼ਨਲ ਰੋਲ ਨਿਭਾਇਆ, ਕਿਉਂ ਜਿਹੜੇ ਡਾਇਰੈਕਟਰ ਜਾਂ ਪ੍ਰੋਡਿਊਸਰ ਆ ਤੁਹਾਨੂੰ ਉਸ ਤਰ੍ਹਾਂ ਦੇ ਰੋਲ ਹੀ ਦੇ ਦਿੰਦੇ ਹਰ ਵਾਰੀ ਜੀ? ਹਾਂ, ਪਤਾ ਨਹੀਂ ਮੈਨੂੰ ਆਪ ਨੂੰ ਵੀ ਨਹੀਂ ਸਮਝ ਲੱਗਦੀ ਕੁਛ, ਤਾਂ ਤੁਹਾਡੀ ਨਾ ਜਿਹੜੀ ਇੱਕ ਬੋਡੀ ਹੁੰਦੀ ਹੈ ਜਾਂ ਪਿੰਡਾਂ ਦੀਆਂ ਔਰਤਾਂ, ਮੈਂ ਪਿੰਡਾਂ 'ਚ ਰਹੀ ਹਾਂ, ਪਿੰਡਾਂ 'ਚ ਕੰਮ ਕੀਤਾ, ਮੈਨੂੰ ਇਹ ਵੀ ਲੱਗਦਾ ਵੀ ਡਾਇਰੈਕਟਰ ਇਹ ਚੂਜ਼ ਕਰਦੇ ਆ ਕਿ ਪਿੰਡਾਂ ਦੀਆਂ ਲੋਕਾਂ ਦੀਆਂ, ਮੈਂ ਪਿੰਡ 'ਚ ਰਹਿਣ ਕਰਕੇ, ਮਾਲ ਵਿੱਚ ਰਹਿਣ ਕਰਕੇ ਉਹ ਲੜਾਈਆਂ ਵੀ ਦੇਖੀਆਂ, ਉਹ ਗੁਸਾੜੇ ਸੁਭਾਅ ਵੀ ਦੇਖਿਆ, ਉਹੋ ਜਿਹੇ ਕਰੈਕਟਰ ਹਰ ਬੰਦਾ ਨਹੀਂ ਨਿਭਾ ਸਕਦਾ। ਬਿਲਕੁਲ ਜੀ। ਇੱਥੋਂ ਤੱਕ ਕਿ ਪ੍ਰਾਣ ਵਰਗੇ, ਅਮਰੀਸ਼ ਪੁਰੀ ਵਰਗੇ, ਉਹਨਾਂ ਦੇ ਇੱਦਾਂ ਦੇ ਉਹਨਾਂ ਨੇ ਰੋਲ ਕੀਤੇ ਕਿ ਲੋਕ ਉਹਨਾਂ ਨਾਲ ਨਫ਼ਰਤ ਕਰਦੇ ਸੀ ਰੋਲ ਨੂੰ ਲੈ ਕੇ, ਪਰ ਅੰਦਰੋਂ ਬਹੁਤ ਵਧੀਆ ਸੀ। ਉਸ ਗੱਲੋਂ ਮੈਨੂੰ ਇਹ ਲੱਗਦਾ ਕਿ ਰੋਲ ਦੀ ਕੋਈ ਗੱਲ ਨਹੀਂ, ਮੈਂ ਅੰਦਰੋਂ ਕਲੀਨ ਹਾਰਟ ਹੋਵਾਂ। ਬਿਲਕੁਲ। ਦੂਜੀ ਗੱਲ, ਇਹ ਸਕ੍ਰਿਪਟ 'ਤੇ ਹੀ ਹੁੰਦਾ, ਕੋਈ ਰਾਈਟਰ ਜਦੋਂ ਲਿਖਦਾ ਉਹ ਕਿਸ ਤਰੀਕੇ ਨਾਲ ਲਿਖਦਾ। ਇਹ ਬਹੁਤ ਵਧੀਆ ਸਵਾਲ ਕਰਿਆ ਕਿ ਆਰਟਿਸਟ ਨੂੰ ਇੱਕ ਮੌਕਾ ਮਿਲਣਾ ਚਾਹੀਦਾ, ਕਿਉਂਕਿ ਮੌਕਾ ਉਹਨੂੰ ਇਹੋ ਜਿਹੇ ਰੋਲ ਦਾ ਵੀ ਮਿਲਣਾ ਚਾਹੀਦਾ। ਮੈਂ ਚਾਹੁੰਦੀ ਹਾਂ ਕਿ ਮੈਨੂੰ ਵੇਰੀਏਸ਼ਨ ਮਿਲੇ, ਕਿਉਂਕਿ ਮੈਥੋਂ ਕੋਈ ਉਹੋ ਜਿਹਾ ਕਰੈਕਟਰ ਕਰਾਵੇ ਕਿ ਕੀ ਇਹ ਮਾਂ ਇਹ ਨਿਭਾ ਸਕਦੀ ਹੈ। ਜਿਹੜੀ ਹਰਜੀਤਾ ਫਿਲਮ ਦੀ ਗੱਲ ਕਰੀ ਮੈਨੂੰ ਬਹੁਤ ਚੰਗਾ ਲੱਗਿਆ, ਕਿਉਂਕਿ ਜਦੋਂ ਉਹ ਉਸ ਫਿਲਮ 'ਤੇ ਬਹੁਤ ਮਿਹਨਤ ਹੋਈ ਹੈ, ਕਿਉਂਕਿ ਉਹ ਹਰਜੀਤ ਦੀ ਬਾਇਓਪਿਕ ਸੀਗੀ, ਬਾਇਓਗ੍ਰਾਫੀ ਸੀਗੀ, ਤੇ ਜਗਦੀਪ ਨੇ ਬਹੁਤ ਹੀ ਅੱਛੀ ਫਿਲਮ ਉਹ ਲਿਖੀ ਹੈ, ਤੇ ਦਾਦੂ ਨੇ ਕਮਾਲ ਹੀ ਕਰਤੀ। ਜਿਨ੍ਹਾਂ ਦੀ ਮੈਂ ਜਿੰਨਾ ਚਿਰ ਮੈਂ ਜਿਉਂਗੀ ਉਹਨਾਂ ਦੀ ਰਿਣੀ ਰਹੂੰਗੀ ਕਿ ਉਹ ਕਰੈਕਟਰ ਉਹਨਾਂ ਨੇ ਮੈਥੋਂ ਕਰਾਇਆ। ਉਹਦੇ ਵਿੱਚ ਮੈਨੂੰ ਵੇਰੀਏਸ਼ਨ ਮਿਲੀ ਹੈ, ਲੋਕਾਂ ਨੇ ਉਹ ਫਿਲਮ ਘੱਟ ਦੇਖੀ, ਕਿਉਂਕਿ ਮੈਨੂੰ ਲੱਗਦਾ ਹਰਜੀਤ ਬਹੁਤ ਛੋਟੀ ਉਮਰ ਦਾ ਸੀ, ਹਰਜੀਤ ਨੂੰ ਕੋਈ ਇੰਨਾ ਜਾਣਦਾ ਨਹੀਂ ਸੀ, ਤੇ ਜੇ ਉਹ ਦੇਖੀ ਤਾਂ ਉਸ ਤੋਂ ਬਾਅਦ ਉਹ ਨੈਸ਼ਨਲ ਅਵਾਰਡ ਲੈ ਗਈ। ਬਿਲਕੁਲ। ਉਹ ਮੈਨੂੰ ਪ੍ਰਾਊਡ ਫੀਲ ਹੋਇਆ, ਜਿਸ ਦਿਨ ਉਹ ਫਿਲਮ ਜ਼ਿਆਦਾ ਨਹੀਂ ਉਹ ਪੈਸਾ ਕਮਾ ਸਕੀ ਮੈਨੂੰ ਦੁੱਖ ਹੋਇਆ, ਕਿਉਂਕਿ ਉਹਦੇ 'ਤੇ ਬਹੁਤ ਮਿਹਨਤ ਹੋਈ ਸੀ, ਅਤੇ ਪਰ ਜਿੱਦੇ ਉਹ ਨੈਸ਼ਨਲ ਅਵਾਰਡ ਲੈ ਗਈ ਉਹਦੇ ਮੈਨੂੰ ਪ੍ਰਾਊਡ ਫੀਲ ਹੋਇਆ। ਮੈਂ ਸਭ ਤੋਂ ਪਹਿਲਾਂ ਦਾਦੂ ਨੂੰ ਅਤੇ ਜਗਦੀਪ ਨੂੰ ਮੈਸੇਜ ਕੀਤਾ, ਕਿਉਂਕਿ ਉਦੋਂ ਮੈਂ ਬਾਹਰ ਸੀ, ਵੀ ਮੈਨੂੰ ਅੱਜ ਪ੍ਰਾਊਡ ਫੀਲ ਹੋਇਆ, ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਇਹਦੇ ਲਈ ਚੁਣਿਆ। ਤੇ ਉਹਦੇ ਵਿੱਚ ਬੜੇ ਗੁੱਸੇ ਦੇ ਨਾਲ ਨਾਲ ਇੱਕੋ ਗਰੀਬ ਮਾਂ ਹੁੰਦੀ ਹੈ, ਉਹਦੇ ਵਿੱਚ ਇਮੋਸ਼ਨ ਵੀ ਹੈ, ਪਰ ਮੈਨੂੰ ਨਹੀਂ ਪਤਾ ਲੋਕ ਇਕੱਲਾ ਗੁੱਸੇ ਵਾਲੇ ਰੋਲ ਚੱਕ ਰਹੇ ਆ, ਇਮੋਸ਼ਨ ਵਾਲੇ ਨਹੀਂ। ਉਹ ਅੱਜ ਵੀ ਮੇਰੇ ਅੰਦਰ ਓਨਾ ਹੀ ਦਰਦ ਹੈ ਜਦੋਂ ਐਮੀ ਉੱਥੋਂ ਬਾਹਰ ਨਿਕਲਦਾ ਨਾ, ਤੇ ਮੈਨੂੰ ਇਹ ਕਿਹਾ ਗਿਆ ਸੀ ਕਿ ਮੈਡਮ ਬਹੁਤ ਇਮੋਸ਼ਨਲ ਹੈ, ਤੇ ਤੁਸੀਂ ਨਾ ਥੋੜ੍ਹੀ ਜਿਹੀ ਗਲੈਸਰੀਨ ਪਾ ਲਓ। ਮੈਂ ਦਾਅਵੇ ਨਾਲ ਕਹਿੰਦੀ ਹਾਂ ਕਿ ਅੱਜ ਤੱਕ ਮੈਂ ਫਿਲਮ ਦੇ ਵਿੱਚ ਜਿੰਨੇ ਇਮੋਸ਼ਨਲ ਕਰੈਕਟਰ ਕੀਤੇ ਆ ਮੈਂ ਕਦੇ ਗਲੈਸਰੀਨ ਨਹੀਂ ਪਾਈ। ਅੱਛਾ ਜੀ। ਕਿਉਂਕਿ ਮੈਨੂੰ ਅੰਦਰ ਜਿੰਨਾ ਚਿਰ ਇੱਕ ਮਾਂ ਦੇ ਅੰਦਰੋਂ ਦਰਦ ਨਹੀਂ ਉੱਠਦਾ। ਸਹੀ ਗੱਲ। ਤਾਂ ਮੈਮ ਇਹ ਅਰੇਂਜ ਮੈਰਿਜ ਹੋਈ ਸੀ ਜੀ? ਹਾਂ, ਇੱਕ ਤਰ੍ਹਾਂ ਦੀ ਅਰੇਂਜ ਮੈਰਿਜ ਸਮਝ ਲਓ, ਜਿਵੇਂ ਇਹਨਾਂ ਨੇ ਪਹਿਲਾਂ ਦੱਸ ਹੀ ਚੁੱਕਿਆ ਕਿ ਵਿਚਾਰਧਾਰਾ ਕਿਹੜੀ, ਕਿ ਇਹ ਸੰਕਲਪ ਇਹਨਾਂ ਨੇ ਲਿਆ ਕਿ ਮੈਂ ਆਪਣੀ ਜ਼ਿੰਦਗੀ ਲੋਕਾਂ ਲਈ ਜੀਣਾ। ਅਤੇ ਮੈਂ PSU 'ਚ ਕੰਮ ਕਰਦੀ ਸੀ, ਰਜਿੰਦਰਾ ਕਾਲਜ ਬਠਿੰਡਾ 'ਚ, ਅਤੇ ਮੇਰੇ ਵਿਚਾਰ ਵੀ ਉਹੋ ਜਿਹੇ ਸੀ, ਮੇਰੀਆਂ ਵੀ ਇਹ ਜਿਵੇਂ ਇਹਨਾਂ ਨੇ ਕਿਹਾ ਮੇਰੀਆਂ ਸ਼ਰਤਾਂ ਇਹ ਸੀ ਕਿ ਮੇਰਾ ਇਹੋ ਜਿਹੇ ਇਨਸਾਨ ਨਾਲ ਵਿਆਹ ਹੋਵੇ ਜਿਹੜਾ ਕੋਈ ਨਸ਼ਾ ਨਾ ਕਰਦਾ ਹੋਵੇ। ਦੂਜਾ, ਲੋਕ ਕਹਿ ਦਿੰਦੇ ਅਸੀਂ ਦਾਜ ਨਹੀਂ ਲਿਆ, ਕਿ ਸੱਚ ਮੁੱਚੀ ਮੇਰੇ ਇੱਕ ਸੂਟ ਪਾ ਕੇ ਮੈਂ ਆਵਾਂ, ਤੇ ਬਾਕੀ ਜਿਹੜੀ ਇਹਨਾਂ ਨੇ ਤੀਜੀ ਸ਼ਰਤ ਕਹੀ ਭੁੱਖਿਆਂ ਰਹਿਣ ਵਾਲੀ ਗੱਲ, ਉਹ ਇਹਨਾਂ ਨੇ ਇਸੇ ਗੱਲ ਤੋਂ ਕਿਹਾ ਕਿ ਸਾਡੀਆਂ ਉਹ ਲਾਲਸਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਮੇਰੇ ਕੋਲ ਆਹ ਵੀ ਹੋਵੇ ਆਹ ਵੀ ਹੋਵੇ। ਮੇਰਾ ਇਹ ਕੁਛ ਵੀ ਨਹੀਂ ਸੀ, ਮੈਨੂੰ ਸਿਰਫ ਇਹ ਸੀ ਕਿ ਮੈਨੂੰ ਖੁਸ਼ੀ ਮਿਲਣੀ ਚਾਹੀਦੀ ਹੈ ਕਿ ਮੈਨੂੰ ਮੇਰੇ ਥੀਏਟਰ ਤੋਂ ਕੋਈ ਨਾ। ਪਹਿਲੀ ਮੁਲਾਕਾਤ ਕਿਵੇਂ ਹੋਈ ਸੀ ਤੁਹਾਡੇ ਨਾਲ? ਪਹਿਲੀ, ਦੇਖੋ ਮੈਂ ਰਜਿੰਦਰਾ ਕਾਲਜ 'ਚ ਪੜ੍ਹਦੀ ਸੀਗੀ, ਮੈਂ PSU 'ਚ ਕੰਮ ਕਰਦੀ ਸੀ, ਉੱਧਰ ਇਹ
ਸਾਡੀ ਜਿਹੜੀ ਇੱਕ ਪਾਰਟੀ ਦੇ ਤੌਰ 'ਤੇ ਉੱਧਰ ਇਹ ਕੰਮ ਕਰਦੇ ਸੀ ਇਸੇ ਵਿਚਾਰਧਾਰਾ ਨੂੰ ਲੈ ਕੇ ਸਾਡੇ ਵਿਚਕਾਰ ਜਿੱਥੇ ਜਿਹੜਾ ਇੱਕ ਭੋਲਾ ਸਿੰਘ ਗਿੱਲ ਪੱਤੀ ਜਾਂ ਕੁੜੀ ਹਰਚਰਨ ਅੱਛਾ ਜੀ ਸਿੱਧੂ ਜਿਹੜੀ ਅੱਜ ਕੱਲ੍ਹ ਪਟਿਆਲੇ ਲੈ ਰਹਿ ਰਹੀ ਹੈ ਹਾਂਜੀ ਉਹ ਕਹਿੰਦੇ ਤੂੰ ਫਿਰ ਹੁਣ ਤਾਂ ਹਰ ਇੱਕ ਨੂੰ ਜਵਾਬ ਦੇਈ ਜਾਂਦਾ ਵੀ ਇੱਕ ਹੱਦ 'ਤੇ ਜਾ ਕੇ ਤੂੰ ਇਹ ਕਹੇਗਾ ਕਿ ਕੁੜੀ ਦੀ ਨਬਜ਼ ਚੱਲਦੀ ਹੋਵੇ ਠੀਕ ਹੈ ਜੀ ਠੀਕ ਹੈ ਓਕੇ ਅਤੇ ਪਰ ਗੁਰਪ੍ਰੀਤ ਇੱਕ ਮੌਕਾ ਮਿਲ ਹੋਇਆ ਕਿ ਚਲੋ ਗੁਰਪ੍ਰੀਤ ਦੇ ਨਾਲ ਮੇਰਾ ਵਾਹ ਪਿਆ ਹਾਂਜੀ ਅਤੇ ਇਹਨਾਂ ਦੇ ਫਾਦਰ ਸਾਹਿਬ ਨੇ ਮੇਰੀਆਂ ਸਾਰੀਆਂ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਕਬੂਲ ਕਰ ਲਈਆਂ ਠੀਕ ਹੈ ਇਹਦੇ ਕਰਕੇ ਸਾਡੀ ਹੈ ਜਿਹੜੀ ਉਹ ਅਸੀਂ ਇੱਕ ਦੂਜੇ ਦੇ ਬੰਧਨ ਦੇ ਵਿੱਚ ਹਾਂਜੀ ਅਸੀਂ ਸਾਰੇ ਇਸ ਤਰੀਕੇ ਨਾਲ ਕੰਮ ਕਰਦੇ ਸੀ ਕਿ ਉਸ ਸਮੇਂ PSU ਸਿਖਰ 'ਤੇ ਸੀ ਅੱਛਾ ਜੀ ਇਹ ਵੀ ਉਸ ਲਾਈਨ 'ਚ ਕੰਮ ਕਰਦੇ ਸੀ ਅਤੇ ਸਾਡੇ ਜਿਹੜੇ ਵਿਚਕਾਰ ਬੰਦੇ ਸੀ ਇਹ ਦੋ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਮੈਰਿਜ ਸਵਰਨ ਦੀ ਗੁਰਪ੍ਰੀਤ ਨਾਲ ਹੋ ਜਾਵੇ ਤਾਂ ਇਹ ਚੰਗਾ ਅਤੇ ਉਸ ਤੋਂ ਪਹਿਲਾਂ ਅਸੀਂ ਮਿਲੇ ਮਤਲਬ ਤੇ ਸਾਡੇ ਵਿਚਾਰ ਵਾਲੇ ਸਾਡਾ ਸੋ ਫੈਮਿਲੀ ਮੰਨ ਗਈ ਫਿਰ ਹਾਂਜੀ ਫੈਮਿਲੀ ਕਿਉਂਕਿ ਆਪਣੇ ਫੈਮਿਲੀ ਦਾ ਕੁਝ ਤਾਂ ਸੀ ਕਿ ਮੈਂ ਉਹਨਾਂ ਨੂੰ ਲੱਗਦਾ ਸੀ ਕਿ ਜ਼ਮੀਨ ਜ਼ਿਆਦਾ ਹੋਵੇ ਮੁੰਡਾ ਉਹਨਾਂ ਨੂੰ ਇਹ ਥੋੜਾ ਸੀਗਾ ਕਿ ਮੁੰਡਾ ਜੇ ਸ਼ਰਾਬ ਪੀ ਲੂ ਤਾਂ ਵੀ ਕੀ ਹੈ ਕਿਉਂਕਿ ਮੇਰੇ ਘਰ 'ਚ ਸ਼ਰਾਬ ਉੱਥੇ ਚੱਲਦੀ ਸੀ ਅੱਛਾ ਜੀ ਤੇ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਬਹੁਤ ਵੱਡਾ ਘਰ ਹੋਵੇ ਅਸੀਂ ਨੌਕਰੀ ਵਾਲਾ ਮੁੰਡਾ ਲੱਭ ਸਕਦੇ ਹਾਂ ਸਭ ਕੁਛ ਹੋਰ ਸੁੱਖ ਸਹੂਲਤਾਂ ਠੀਕ ਹੈ ਪਰ ਉਹਨਾਂ ਨੂੰ ਇਹ ਤਾਂ ਹਿਸਾਬ ਕਿਤਾਬ ਪਤਾ ਹੀ ਨਹੀਂ ਸੀ ਕਿ ਸੁੱਖ ਸਹੂਲਤਾਂ ਤੁਹਾਨੂੰ ਉਹ ਚੀਜ਼ਾਂ ਨਹੀਂ ਦਿੰਦੀਆਂ ਤੁਹਾਡੇ ਆਪਣਾ ਇੱਕ ਨਿਸ਼ਾਨਾ ਹੁੰਦਾ ਆਪਣਾ ਇੱਕ ਏਮ ਹੁੰਦਾ ਥੋੜ੍ਹੀ ਬਹੁਤੀ ਸਟਰਗਲ ਹੋਈ ਇਹ ਨਹੀਂ ਹੈਗਾ ਕਿ ਉਹ ਆਰਾਮ ਨਾਲ ਮੰਨਗੇ ਕਿਉਂਕਿ ਉਹ ਸਮਾਂ ਉਸ ਸਮੇਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਲਾਈਕ ਨਹੀਂ ਕਰਦੇ ਸੀ ਬਿਲਕੁਲ ਪਰ ਮੇਰੇ ਮੈਨੂੰ ਇਹ ਬਹੁਤ ਖੁਸ਼ੀ ਹੈ ਕਿ ਮੇਰੇ ਫਾਦਰ ਜਦੋਂ ਸਵਰਨ ਨੂੰ ਮਿਲ ਲਏ ਤਾਂ ਉਹ ਇਹਨਾਂ ਤੋਂ ਪ੍ਰਭਾਵਿਤ ਇੰਨਾ ਹੋਏ ਕਿ ਉਹ ਨਾ ਕਰ ਹੀ ਨਹੀਂ ਸਕੇ ਤੁਸੀਂ ਪੇਕੇ ਪਰਿਵਾਰ ਬਾਰੇ ਵੀ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਭੁੱਚੋ ਮੰਡੀ ਦੇ ਨਾਲੇ ਮਾਲਵਾ ਇਲਾਕੇ 'ਚ ਮੇਰਾ ਪਿੰਡ ਹੈ ਬੁਰਜ ਕਾਹਨ ਸਿੰਘ ਵਾਲਾ ਅੱਛਾ ਜੀ ਅਤੇ ਮੇਰੇ ਮਦਰ ਸਰਜੀਤ ਕੌਰ ਅਤੇ ਮੇਰੇ ਫਾਦਰ ਸਰਦਾਰ ਸੁਖਦੇਵ ਸਿੰਘ ਜਿਹੜੇ ਦੋਨੋਂ ਹੀ ਅੱਜ ਨਹੀਂ ਹੈ ਠੀਕ ਹੈ ਜੀ ਅਤੇ ਮੇਰੇ ਮਦਰ ਵੀ ਬਹੁਤ ਸੋਸ਼ਲ ਸੀ ਅੱਛਾ ਮੈਨੂੰ ਇਹ ਲੱਗਦਾ ਕਿ ਕੁਛ ਮੈਨੂੰ ਉਹ ਜੀਨ ਨਹੀਂ ਮਿਲੇ ਜਿਵੇਂ ਉਹ ਮੇਰੀ ਕਿਹੋ ਜਿਹੀ ਮਾਂ ਸੀ ਸਾਰੇ ਪਿੰਡ ਦੇ ਵਿੱਚ ਜਿਹਨੂੰ ਸਾਰੇ ਹੀ ਮੈਨੂੰ ਜਦੋਂ ਉਹਨਾਂ ਦੀ ਡੈਥ ਵੀ ਹੋਈ ਉਸ ਤੋਂ ਬਾਅਦ ਜਿਹੜੀਆਂ ਬਹੁਤ ਵਿਛੜੀਆਂ ਹੋਈਆਂ ਕੁੜੀਆਂ ਸੀ ਮੈਨੂੰ ਉਹ ਮਿਲੀਆਂ ਜਿਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਅੱਜ ਜਿਹੜੀ ਤਾਈ ਜਾਂ ਚਾਚੀ ਉਹ ਚਲੀ ਗਈ ਠੀਕ ਹੈ ਮੈਨੂੰ ਇਸ ਗੱਲ 'ਤੇ ਪ੍ਰਾਊਡ ਹੈ ਕਿ ਮੈਂ ਉਸ ਮਾਂ ਦੀ ਧੀ ਹਾਂ ਅਤੇ ਮੇਰੇ ਫਾਦਰ ਨੇ ਮੇਰੇ ਪੜ੍ਹਾਉਣ 'ਚ ਕੋਈ ਕਸਰ ਨਹੀਂ ਠੀਕ ਹੈ ਜੀ ਭਾਅ ਜੀ ਤੁਸੀਂ ਹੁਣ ਇਹ ਦੱਸੋ ਵੀ ਜਦੋਂ ਤੁਹਾਡੀ ਮੈਰਿਜ ਹੋ ਗਈ ਅਤੇ ਚਲੋ ਇੱਦਾਂ ਮੈਰਿਜ ਹੁੰਦੀ ਖੁਸ਼ੀ ਬਹੁਤ ਹੁੰਦੀ ਹੈ ਨਾ ਇਹ ਉਸ ਸਮੇਂ ਵੀ ਕਰਦੇ ਸੀ ਕੰਮ ਆਪਣਾ ਫਿਲਮ ਲਾਈਨ ਦੇ ਵਿੱਚ ਜਾਂ ਤੁਹਾਡੇ ਤੋਂ ਮਿਲਣ ਤੋਂ ਬਾਅਦ ਇਹ ਸ਼ੁਰੂ ਕੀਤਾ ਇਹਨਾਂ ਨੇ ਜੀ ਇਹ ਥੀਏਟਰ ਦੇ ਵਿੱਚ ਤਾਂ ਅਸਲ 'ਚ ਪਹਿਲਾਂ ਤੋਂ ਹੀ ਥੋੜ੍ਹਾ ਬਹੁਤਾ ਕਰਦੇ ਸੀਗੇ ਪੜ੍ਹਨ ਦੇ ਸਮੇਂ ਤੋਂ ਹੀ ਠੀਕ ਹੈ ਜੀ ਪਰ ਵੱਜਵੇਂ ਰੂਪ 'ਚ ਜਦੋਂ ਇੱਥੇ ਆਏ ਤਾਂ ਉਸ ਤੋਂ ਬਾਅਦ ਇਹਨਾਂ ਨੇ ਨਾਟਕਾਂ ਦੇ ਵਿੱਚ ਕੰਮ ਸ਼ੁਰੂ ਕੀਤਾ ਠੀਕ ਹੈ ਜੀ ਅਤੇ ਇੱਥੇ ਲੋਕਲ ਹੁੰਦੇ ਸੀ ਜਸਵੀਰ ਮੰਡ ਜੀ ਉਹਨਾਂ ਦੇ ਕੋਈ ਪੁਸਤਕ ਦੇ ਆਧਾਰ 'ਤੇ ਕੋਈ ਨਾਟਕ ਵਗੈਰਾ ਖੇਡੇ ਗਏ ਜਾਂ ਭਾਰਤ ਦੀ ਟੀਮ ਦੇ ਵਿੱਚ ਚਲੇ ਗਏ ਠੀਕ ਹੈ ਜੀ ਅਤੇ ਆਪਣਾ ਵੀ ਇੱਕ ਅਸੀਂ ਚੇਤਨਾ ਕਲਾ ਮੰਚ ਬਣਾਇਆ ਜਿਹਦੇ ਰਾਹੀਂ ਇਲਾਕੇ ਦੇ ਜਿਹੜੇ ਨੌਜਵਾਨ ਸੀਗੇ ਉਹਦੇ ਨਾਲ ਅਸੀਂ ਜੋੜੇ ਤੇ ਸਾਨੂੰ ਅੱਜ ਖੁਸ਼ੀ ਹੁੰਦੀ ਹੈ ਕਿ ਉਹ ਥੀਏਟਰ ਥੀਏਟਰ ਵਰਿਆਂ ਬੱਧੀ ਥੀਏਟਰ ਉਹਨਾਂ ਨੇ ਕੀਤਾ ਸੀ ਅੱਜ ਉਹ ਲਗਭਗ ਸਾਰੀ ਤੇ ਫਿਲਮਾਂ ਦੇ ਵਿੱਚ ਚੱਲੀ ਹਾਂਜੀ ਹਾਂਜੀ ਭਾਜੀ ਇਹ ਚੀਜ਼ ਦੱਸੋ ਜਦੋਂ ਬੰਦੇ ਦਾ ਵਿਆਹ ਹੁੰਦਾ ਉਹਦੀਆਂ ਮਤਲਬ ਬਹੁਤ ਖਵਾਹਿਸ਼ਾਂ ਹੁੰਦੀਆਂ ਮੇਰੇ ਘਰ ਵਾਲੀ ਐਂ ਹੋ ਗਈ ਉਹ ਹੋ ਗਿਆ ਨਾ ਤੇ ਐਂ ਹੁੰਦਾ ਵੀ ਮੇਰੀ ਸੇਵਾ ਪਾਣੀ ਬਹੁਤ ਜੇ ਮੈਂ ਥੀਏਟਰ ਨਾਲ ਰਲੇ ਹੋਏ ਸੀਗੇ ਤੇ ਫਿਰ ਤੁਹਾਡੀ ਸੇਵਾ ਪਾਣੀ ਪੂਰੀ ਹੋ ਜਾਂਦੀ ਸੀਗੀ ਨਹੀਂ ਇਸ ਤਰ੍ਹਾਂ ਦਾ ਤਾਂ ਕੁਛ ਚਾਹਿਆ ਹੀ ਨਹੀਂ ਸੀ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਸੀਗਾ ਕਿ ਔਰਤ ਮਰਦ ਦੇ ਵਿੱਚ ਇੰਨਾ ਹੀ ਫਰਕ ਹੈ ਕਿ ਔਰਤ ਇੱਕ ਮਾਦਾ ਮਨੁੱਖ ਹੈਗੀ ਆ ਅਤੇ ਬਰਾਬਰ ਦਾ ਹਿੱਸਾ ਹੈਗੀ ਹੈ ਸਾਡਾ ਠੀਕ ਹੈ ਜੀ ਜਿਹਦੇ ਕਰਕੇ ਕਦੇ ਕੋਈ ਪਤੀ ਪਤਨੀ ਵਾਲੀ ਜਾਂ ਉਸ ਰੂਪ 'ਚ ਜਿਵੇਂ ਇੱਕ ਮਰਦ ਪ੍ਰਧਾਨ ਸਮਾਜ ਹੈ ਉਹ ਤਾਂ ਸਾਡੇ ਵਿੱਚ ਹੈ ਹੀ ਨਹੀਂ ਸੀ ਬਿਲਕੁਲ ਠੀਕ ਹੈ ਜੀ ਫਿਰ ਆਪ ਵੀ ਕਹਿੰਦੇ ਰੋਟੀਆਂ ਪਕਾਉਣੀਆਂ ਪੈ ਜਾਂਦੀਆਂ ਬਿਲਕੁਲ ਜੀ ਕੋਈ ਇਹੋ ਜਿਹੀ ਗੱਲ ਨਹੀਂ ਮੈਨੂੰ ਵੀ ਖਵਾ ਦਿੰਦੇ ਸੀ ਕਦੇ ਪਕਾਈਆਂ ਵੀ ਨੇ ਤੇ ਗੁਰਪ੍ਰੀਤ ਨੂੰ ਖਵਾਈਆਂ ਵੀ ਕੀ ਬਾਤ ਹੈ ਹਰ ਇੱਕ ਕੁੜੀ ਮੇਲਾ ਚਾਹੁੰਦੀ ਹੋਗੀ ਭਾਜੀ ਵਰਗਾ ਉਹਨਾਂ ਦਾ ਨਾ ਹਸਬੈਂਡ ਹੋਵੇ ਬਹੁਤ ਹੀ ਕੂਲ ਸੁਭਾਅ ਦੇ ਅਸੀਂ ਮਿਲੇ ਇਹਨਾਂ ਨੂੰ ਹਨਾ ਤੇ ਬਾਕੀ ਇਹਨਾਂ ਦਾ ਪੱਤਰਕਾਰਤਾ ਵਿੱਚ ਬਹੁਤ ਵੱਡਾ ਨਾਮ ਇਹਨਾਂ ਦੇ ਆਰਟੀਕਲ ਵਗੈਰਾ ਪੜ੍ਹਦੇ ਰਹਿੰਦੇ ਆ ਜੀ ਹਾਂਜੀ ਸਾਹਿਤ ਨਾਲ ਜੁੜੇ ਹੋਏ ਨੇ ਪੜ੍ਹਨਾ ਇਹਨਾਂ ਦੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਹੈ ਬਿਲਕੁਲ ਜੀ ਤੇ ਮੈਨੂੰ ਕਦੇ ਕਦੇ ਆਪਣੇ ਆਪ ਤੇ ਵੀ ਅਫਸੋਸ ਹੁੰਦਾ ਵੀ ਮੈਨੂੰ ਕਹਿੰਦੇ ਰਹਿੰਦੇ ਆ ਵੀ ਗੁਰਪ੍ਰੀਤ ਬੰਦਾ ਉਨੀ ਦੇਰ ਸਿਆਣਾ ਨਹੀਂ ਹੋ ਸਕਦਾ ਜਿੰਨਾ ਦੇਰ ਉਹ ਕਿਤਾਬਾਂ ਨਾਲ ਨਹੀਂ ਜੁੜਦਾ ਸਹੀ ਗੱਲ ਹੈ ਚਲੋ ਇਹ ਨਹੀਂ ਹੈਗਾ ਵੀ ਮੇਰਾ ਇੰਟਰਸਟ ਹੀ ਨਹੀਂ ਹਾਂਜੀ ਹਾਂਜੀ ਮੈਂ ਪੜ੍ਹਦੀ ਹਾਂ ਮੈਂ ਵੀ ਇਹ ਸਪੈਸ਼ਲ ਕੱਢ ਕੇ ਦਿੰਦੇ ਆ ਵੀ ਅੱਜ ਤੂੰ ਇਹ ਆਰਟੀਕਲ ਪੜ੍ਹਨਾ ਇੱਥੋਂ ਤੱਕ ਕਿ ਅਸੀਂ ਇੱਕ ਘਰ 'ਚ ਰਹਿੰਦੇ ਹਾਂ ਅਤੇ ਮੇਰੇ ਵਟਸਐਪ 'ਤੇ ਵੀ ਜਦੋਂ ਕੋਈ ਵਧੀਆ ਕੁਛ ਹੁੰਦਾ ਇਹ ਪਾਉਂਦੇ ਆ ਕਿ ਜਦੋਂ ਮੈਂ ਬਾਹਰ ਹੁੰਦੀ ਹਾਂ ਵੀ ਉਹ ਪੜ੍ਹ ਲਵੇ ਠੀਕ ਹੈ ਜੀ ਅਤੇ ਇਸ ਗੱਲੋਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਦੀ ਅਤੇ ਜਾਂ ਮੈਂ ਆਪਣੇ ਆਪ ਨੂੰ ਬੜਭਾਗੀ ਸਮਝਦੀ ਹਾਂ ਕਿ ਮੇਰਾ ਇੱਕ ਇਹੋ ਜਿਹੇ ਇਨਸਾਨ ਨਾਲ ਵਾਹ ਪਿਆ ਜਿੱਥੋਂ ਮੈਨੂੰ ਇਹ ਸਿਆਣਪ ਵੀ ਆਈ ਹੈ ਠੀਕ ਹੈ ਭਾਅ ਜੀ ਇੱਕ ਜਿਵੇਂ ਆਪਾਂ ਮੈਮ ਨੂੰ ਦੇਖਦੇ ਹਾਂ ਫਿਲਮਾਂ 'ਚ ਇਹ ਲੜਦੇ ਬਹੁਤ ਆ ਹਰ ਇੱਕ ਕੁੜੀ ਬੁੜੀ ਜਾਂ ਬੰਦੇ ਨੂੰ ਲੱਗਦਾ ਵੀ ਇਹ ਬੁੜੀ ਬਹੁਤ ਭੈੜੀ ਆ ਅਤੇ ਤੁਹਾਡੇ ਨਾਲ ਨਹੀਂ ਇਹ ਲੜਦੇ ਕਦੇ ਵੀ ਨਹੀਂ ਉਹ ਇਹ ਤਾਂ
ਅੱਛਾ ਠੀਕ ਹੈ ਜੀ। ਕਈ ਵਾਰ ਇਹ ਵੀ ਹੁੰਦਾ ਕਈ ਵਾਰ ਤਾਂ ਚੱਲ ਐਸ ਆਦਤ ਤੱਕ ਇਰੀਟੇਟ ਕਰ ਦਿੰਦੇ ਆ ਵੀ ਬਰਾਬਰ ਰਿਸਪੌਂਡ ਵੀ ਕਰਨਾ ਪੈਂਦਾ ਹੈਗਾ। ਅੱਛਾ ਅੱਛਾ। ਪਰ ਜ਼ਿਆਦਾਤਰ ਹੁਣ ਮੈਂ ਇਹ ਮਹਿਸੂਸ ਕੀਤਾ ਹੈਗਾ ਕਿ ਇਹ ਵਕਤੀ ਹੈਗਾ ਤੇ ਉਸ ਤੋਂ ਬਾਅਦ ਇਹ ਮਹਿਸੂਸ ਵੀ ਕਰਦੇ ਆ। ਨਹੀਂ ਬਾਕੀ ਆਪਾਂ ਇਹ ਗੱਲ ਕਹਿ ਸਕਦੇ ਸੋਸ਼ਲਾਈਜ਼ ਬਹੁਤ ਜ਼ਿਆਦਾ, ਬਹੁਤ ਸਮਾਜ ਸੇਵਾ ਵੀ ਕਰ ਰਹੇ ਹਨ, ਉਹ ਫਿਲਮੀ ਰੂਪ ਦੇ ਵਿੱਚ ਹੀ ਆਪਾਂ ਕਹਿ ਸਕਦੇ ਹੁੰਦਾ ਸੀ ਇਹਨਾਂ ਨੂੰ ਮਿਲਿਆ ਇੰਨਾ ਮਿੱਠਾ ਸੁਭਾਅ ਤੇ ਕਿਆ ਬਾਤ ਆ ਨਾ ਜੀ। ਨਹੀਂ ਮੇਰੇ ਅੰਦਰ ਮੈਨੂੰ ਐਂ ਲੱਗਦਾ ਵੀ ਜਿੰਨਾ ਮੇਰੇ ਮੂੰਹ 'ਤੇ ਜਾਂ ਮੇਰੀ ਸ਼ਕਲ 'ਤੇ ਕੋਈ ਮੈਨੂੰ, ਮੈਂ ਕਈ ਵਾਰੀ ਫਿਲਮ ਵਾਲਿਆਂ ਨੂੰ ਵੀ ਕਹਿ ਦਿੰਦੀ ਹਾਂ ਵੀ ਮੈਨੂੰ ਇਸ ਗੱਲ ਦਾ ਬਹੁਤ ਗਿਲਾ, ਪਤਾ ਨਹੀਂ ਮੇਰੇ ਮੂੰਹ 'ਤੇ ਹੀ ਲਿਖਿਆ ਵੀ ਇਹ ਕਿੱਡੀ ਸਖਤ ਹੈ, ਪਰ ਜਦੋਂ ਮੇਰਾ ਕਿਸੇ ਨਾਲ ਵਾਹ ਪੈਂਦਾ ਤਾਂ ਮੈਂ ਮੇਰੇ ਅੰਦਰ ਦਰਦ ਵੀ ਉਹਨੇ ਛੁਪਿਆ ਹੋਇਆ ਹੈ ਨਾ, ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਜਿਵੇਂ, ਹਾਲਾਂਕਿ ਆਹ ਦੇਖੋ ਜਿਵੇਂ ਅੱਜ ਕੱਲ੍ਹ ਘਟਨਾਵਾਂ ਘੱਟ ਰਹੀਆਂ ਅਤੇ ਬਹੁਤ ਲੋਕ ਹੈ ਉਹਨਾਂ ਨੂੰ ਇੱਕ ਦੌੜ ਲੱਗੀ ਹੋਈ ਹੈ ਪੈਸੇ ਦੀ, ਉਹਨਾਂ ਦੇ ਯਾਦ ਚੇਤੇ ਵੀ ਨਹੀਂ, ਤੇ ਮੈਨੂੰ ਐਂ ਲੱਗਦਾ ਕਿ ਅਸੀਂ ਨਿੱਤ ਪੀੜੋ ਪੀੜ ਹੁੰਦੇ ਹਾਂ ਵੀ ਕੀ ਹੋ ਰਿਹਾ। ਸਹੀ ਗੱਲ। ਮੈਮ ਥੋੜ੍ਹੀ ਜਿਹੀ ਸਟਰਗਲ ਦੀ ਗੱਲ ਕਰੀਏ, ਕਿਉਂਕਿ ਆਪਣਾ ਉਸ ਏਰੀਆ ਦੇ ਵਿੱਚ ਜਿਸ ਸਮੇਂ ਤੁਸੀਂ ਇਸ ਥੀਏਟਰ ਲਾਈਨ ਨੂੰ ਜੁਆਇਨ ਕੀਤਾ ਉਸ ਸਮੇਂ ਬਹੁਤ ਮੁਸ਼ਕਲ ਹੁੰਦਾ ਸੀ, ਅਗਲਾ ਕੁੜੀਆਂ ਨੂੰ ਗੇਟ ਦੇ ਵਿੱਚ ਖੜਦੀਆਂ ਸੀ ਤਾਂ ਵੀ ਕਹਿੰਦੇ ਕੁੜੀ ਅੰਦਰ ਚੱਲ। ਬਿਲਕੁਲ, ਮੇਰੇ ਵੀ ਬਾਬਾ ਜੀ ਹੁੰਦੇ ਸੀ ਉਹ ਬਿਲਕੁਲ ਅਲਾਓ ਨਹੀਂ ਸੀ ਕਰਦੇ ਤੇ ਗਾਹਾਂ ਫਿਰ ਚਾਚੇ ਤਾਂ, ਕਿਉਂਕਿ ਸਾਡਾ ਸਮਾਜ ਹੀ ਇੱਥੇ ਖੜਾ ਸੀ, ਖਾਸ ਕਰਕੇ ਜਿਹੜਾ ਮਾਲਵਾ ਏਰੀਆ ਉਹ ਤਾਂ ਬਹੁਤ ਪਛਾਣ ਖਿੱਚੂ ਸੀ, ਪਰ ਮਾਲਵਾ ਏਰੀਏ 'ਤੇ ਇੱਕ ਪ੍ਰਾਊਡ ਵੀ ਹੁੰਦਾ ਕਿ ਲਹਿਰਾਂ ਹਮੇਸ਼ਾ ਉੱਥੋਂ ਹੀ ਉੱਠੀਆਂ, ਕੋਈ ਵੀ ਲਹਿਰ ਹੈ ਇਨਕਲਾਬੀ ਲਹਿਰਾਂ ਉੱਥੋਂ ਉੱਠੀਆਂ, ਕਾਲਜ ਦੇ ਵਿੱਚ ਉਹ ਮਾਹੌਲ ਮਿਲਿਆ। ਬਾਕੀ ਫਿਰ ਜਦੋਂ ਜਦੋਂ ਤੁਸੀਂ ਕੁਛ ਨਾ ਕੁਛ ਪੜ੍ਹਦੇ ਰਹਿੰਦੇ ਹੋ ਤੇ ਮੈਂ ਫਿਰ ਉਸੇ ਗੱਲ 'ਤੇ ਆਉਂਦੀ ਹਾਂ ਕਿ ਗੁਰਸ਼ਰਨ ਭਾਜੀ ਦੇ ਮੈਂ ਨਾਟਕ ਦੇਖਦੀ ਹੁੰਦੀ ਸੀ, ਮੈਨੂੰ ਲੱਗਦਾ ਹੁੰਦਾ ਕਿ ਭਾਜੀ ਔਰਤਾਂ ਲਈ ਕਿੰਨਾ ਲੜੇ, ਤੇ ਮੈਂ ਇੱਕ ਔਰਤ ਹੋਣ ਦੇ ਨਾਤੇ ਘਰੇ ਉਹ ਕੁਛ ਹੰਢਾਇਆ ਜਿਵੇਂ ਭਰਾ ਵੱਡੇ ਸੀ, ਮੈਨੂੰ ਉਹਨਾਂ ਦੇ ਇਸ ਗੱਲੋਂ ਗਿਲਾ ਨਹੀਂ ਕਿ ਉਹ ਇਹੋ ਜਿਹੇ ਸੀ, ਮੈਨੂੰ ਇਹ ਲੱਗਦਾ ਕਿ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਉਹਨਾਂ ਦੀ ਉਹ ਸਮਝ ਨਹੀਂ ਸੀ, ਉਹਨਾਂ ਨੂੰ ਇਹ ਲੱਗਦਾ ਕਿ ਸੀ ਕਿ ਸਾਡੀ ਕੁੜੀ ਸਟੇਜਾਂ ਤੇ ਐ ਕਿਉਂ, ਕਿ ਇਸ ਲਾਈਨ ਨੂੰ ਥੋੜਾ ਜਿਹਾ ਲੋਕ ਹੋਰ ਨਿਗਾਹ ਨਾਲ ਦੇਖਦੇ ਆ, ਬਿਲਕੁਲ ਭਰਾ ਨੂੰ ਹੁੰਦਾ ਵੀ ਮੇਰੀ ਭੈਣ ਨੂੰ ਕੋਈ ਇਹ ਨਾ ਕਹਿ ਦੇ, ਉਹ ਨਾ ਕਹਿ ਦੇ, ਉਹਨਾਂ ਲਈ ਤੈਨੂੰ ਕਿਹੜਾ ਰੋਟੀ ਨਹੀਂ ਮਿਲਦੀ ਤੂੰ ਇਹ ਕਿਉਂ ਕਰਦੀ। ਸਹੀ ਗੱਲ ਆ, ਬਿਲਕੁਲ ਜੀ, ਤੇ ਉਹ ਮੁਸ਼ਕਲਾਂ ਬਹੁਤ ਜ਼ਿਆਦਾ ਆਈਆਂ ਤਾਂ ਕਿ ਉਹ ਇਸੇ ਕਰਕੇ ਵੀ ਮੈਰਿਜ ਤੋਂ ਪਹਿਲਾਂ ਕੰਮ ਬਹੁਤ ਘੱਟ ਹੋਇਆ, ਪਰ ਮੈਂ ਭਾਜੀ ਦੇ ਨਾਟਕ ਸਾਡੇ ਆਲੇ ਦੁਆਲੇ ਪਿੰਡਾਂ 'ਚ ਹੁੰਦੇ ਸੀ, ਕਿਤੇ ਵੀ ਔਖੀ ਸੌਖੀ ਛੱਡਦੀ ਨਹੀਂ ਸੀ, ਘਰਦਿਆਂ ਤੋਂ ਚੋਰੀ ਵੀ ਚਲੇ ਜਾਣਾ ਉਹਨਾਂ ਨੂੰ ਚੋਰੀ ਕਹਿ ਕੇ, ਅਤੇ ਫਿਰ ਇੱਕ ਦਿਨ ਇਹੋ ਜਿਹੀਆਂ ਬਗਾਵਤਾਂ ਵੀ ਘਰਦਿਆਂ ਨਾਲ ਹੋਈਆਂ ਕਿ ਅਸੀਂ ਕਿਹੜਾ ਕੋਈ ਮਾੜਾ ਕੰਮ ਕਰਦੇ ਹਾਂ, ਸਾਡੇ ਤੇ ਤੁਸੀਂ ਭਰੋਸਾ ਕਰੋ। ਸਹੀ ਗੱਲ ਹੈ ਜੀ। ਤੇ ਬਾਕੀ ਜਿਹੜਾ ਜ਼ਿਆਦਾ ਥੀਏਟਰ ਹੈ ਉਹ ਤਾਂ ਬੇਟਾ ਮੈਂ ਆਪਦੀ ਮੈਰਿਜ ਤੋਂ ਬਾਅਦ ਹੀ ਕੀਤਾ, 83 ਚ ਮੇਰੀ ਮੈਰਿਜ ਹੋਈ ਤੇ 83 ਤੋਂ ਬਾਅਦ ਚਲੋ ਸੋ ਚੱਲ ਉਹ ਅੱਜ ਤੱਕ ਮਤਲਬ ਕਰ। ਭਾਜੀ ਹੁਣ ਤੁਸੀਂ ਸਾਨੂੰ ਇਹ ਦੱਸੋ ਵੀ ਮੈਮ ਦਾ ਅੱਜ ਨਾ ਬਹੁਤ ਨਾਮ ਆ ਸਾਰੀ ਫਿਲਮ ਇੰਡਸਟਰੀ ਦੇ ਵਿੱਚ, ਹਰ ਇੱਕ ਫਿਲਮ 'ਚ ਲਗਭਗ ਇਹ ਨਜ਼ਰ ਆਉਂਦੇ ਆ, ਤੇ ਤੁਹਾਡੇ ਨਾਲ ਕਿੱਦਾਂ ਦਾ ਲੱਗਦਾ, ਤੁਹਾਨੂੰ ਕਿਵੇਂ ਲੱਗਦਾ ਹੁਣ ਇਸ ਚੀਜ਼ ਨੂੰ ਦੇਖ ਕੇ? ਮੈਨੂੰ ਤਾਂ ਜੀ ਵਧੀਆ ਹੀ ਲੱਗਦਾ, ਕੋਈ ਇਹੋ ਜਿਹਾ ਸਮਾਂ ਸੀ ਮੇਰਾ ਪੱਤਰਕਾਰੀ ਦੇ ਵਿੱਚ ਨਾਂ ਸੀਗਾ ਅਤੇ ਮੇਰੇ ਅਖਬਾਰਾਂ ਦੇ ਵਿੱਚ ਹਫ਼ਤਾਵਾਰੀ ਜਿਹੜੇ ਸੀਗੇ ਲੇਖ ਵੀ ਛਪਦੇ ਸੀਗੇ। ਠੀਕ ਹੈ ਜੀ। ਤਾਂ ਉਹ ਕੁਦਰਤੀ ਹੈ, ਪੱਤਰਕਾਰੀ ਥੋੜ੍ਹੀ ਜਿਹੀ ਸਮਾਜ ਪੱਤਰਕਾਰਾਂ ਨੂੰ ਜਿਸ ਤਰ੍ਹਾਂ ਦਾ ਇੱਜ਼ਤ ਮਾਣ ਦਿੰਦਾ ਹੈਗਾ। ਹਾਂਜੀ। ਕੋਈ ਸਮਾਂ ਸੀਗਾ ਕਿ ਗੁਰਪ੍ਰੀਤ ਇਸ ਰੂਪ 'ਚ ਜਾਣੀ ਜਾਂਦੀ ਸੀ ਕਿ ਗੁਰਪ੍ਰੀਤ ਸਵਰਨ ਸਿੰਘ ਭੰਗੂ ਦੀ ਵਾਈਫ ਹੈ। ਅੱਛਾ ਜੀ। ਅੱਜ ਗੁਰਪ੍ਰੀਤ ਫਿਲਮਾਂ ਦੇ ਵਿੱਚ ਚਲੇ ਗਈ ਅਤੇ ਫਿਲਮਾਂ ਇੱਕ ਇਹੋ ਜਿਹਾ ਛੋਟਾ ਵੱਡਾ ਪਰਦਾ ਇੱਕ ਇਹੋ ਜਿਹੀ ਚੀਜ਼ ਹੈ ਕਿ ਤੁਹਾਡਾ ਚਿਹਰਾ ਲੋਕਾਂ ਦੇ ਵਿੱਚ ਲੈ ਜਾਂਦਾ ਹੈ। ਬਿਲਕੁਲ ਜੀ। ਯਾਨੀ ਅੱਜ ਕੱਲ੍ਹ ਮੈਨੂੰ ਖੁਸ਼ੀ ਹੁੰਦੀ ਹੈ, ਅੱਜ ਕੱਲ੍ਹ ਮੈਂ ਇਸ ਰੂਪ 'ਚ ਜਾਣਿਆ ਜਾਂਦਾ ਕਿ ਸਵਰਨ ਸਿੰਘ ਭੰਗੂ ਗੁਰਪ੍ਰੀਤ ਕੌਰ ਦਾ ਘਰ ਵਾਲਾ ਹੈ। ਕਿੰਨਾ ਮਾਣ ਆ ਨਾ ਜੀ, ਬਹੁਤ ਵੱਡੀ ਗੱਲ ਆ। ਸਹੀ ਆ, ਸੋ ਮੈਨੂੰ ਮਾਣ ਹੀ ਹੈਗਾ ਜੀ। ਨਹੀਂ ਬਹੁਤ ਵੱਡੀ ਗੱਲ ਆ, ਬਾਕੀ ਤੁਹਾਡਾ ਸੁਭਾਅ ਇੰਨਾ ਨਿੱਘਾ, ਮੰਨ ਲਓ ਮਨ ਨੂੰ ਖੁਸ਼ੀ ਹੁੰਦੀ ਹੈ ਗੱਲ ਕਰਕੇ ਵੀ, ਹੈ ਨਾ ਜੀ? ਨਹੀਂ, ਮੈਂ ਸਵਰਨ ਦੀ ਸਦਾ ਹੀ ਸ਼ੁਕਰਗੁਜ਼ਾਰ ਹਾਂ ਕਿ ਨਹੀਂ ਤਾਂ ਮੈਂ ਵੀ ਦੱਬ ਜਾਣਾ ਸੀ। ਸਹੀ ਗੱਲ ਆ, ਜੇ ਮੈਂ ਕਿਸੇ ਹੋਰ ਪਰਿਵਾਰ 'ਚ ਆਈ ਹੁੰਦੀ ਬਹੁਤ ਕੁੜੀਆਂ ਦੱਬੀਆਂ ਪਈਆਂ। ਸਹੀ ਗੱਲ ਆ, ਘਰ ਦੇ ਕੰਮਾਂ 'ਚ ਮੇਰੇ ਤੋਂ ਜ਼ਿਆਦਾ ਗੁਣ ਵਾਲੀਆਂ ਔਰਤਾਂ ਹੈਗੀਆਂ, ਇਕੱਲੀ ਮੈਂ ਹੀ ਨਹੀਂ। ਬਿਲਕੁਲ, ਰਸੋਈ ਦੇ ਕੰਮਾਂ 'ਚ ਹੀ ਰਹਿ ਜਾਂਦੀ ਹੈ। ਰਸੋਈ ਦੇ ਕੰਮਾਂ 'ਚ ਤੇ ਇੱਕ ਨਾ ਬੇਟਾ ਮੈਨੂੰ ਕਦੇ ਵੀ ਆਏ ਨਹੀਂ ਆਇਆ, ਹੁਣ ਵੀ ਇਹ ਪਤਾ ਮੇਰੇ ਹਸਬੈਂਡ ਨਾਲ ਬੈਠਿਆ ਵੀ ਮੈਂ ਆਹ ਕੰਮ ਨਹੀਂ ਕਰਦਾ। ਘਰ ਦਾ ਸਾਰਾ ਕੰਮ ਉਹ ਤਾਂ ਗੱਲਾਂ, ਚਲੋ ਜਦੋਂ ਮੈਂ ਕਿਤੇ ਬਾਹਰ ਹੁੰਦੀ ਹਾਂ ਉਹ ਤਾਂ ਨਹੀਂ, ਘਰੇ ਆ ਕੇ ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਵੀ ਅੱਜ ਮੈਂ ਇਸ ਲੈਵਲ ਤੇ ਹਾਂ, ਮੈਂ ਘਰ ਦਾ ਆਹ ਕੰਮ ਨਹੀਂ ਕਰਨਾ, ਸਗੋਂ ਮੇਰੇ ਕੋਲ ਕੰਮ ਵਾਲੀਆਂ ਜਿਹੜੀਆਂ ਮੈਂ ਉਹਨਾਂ ਦੀ ਹੈਲਪ ਵੀ ਕਰਨੀ। ਸਹੀ ਗੱਲ ਹੈ ਜੀ। ਹੁਣ ਅਸੀਂ ਭਾਜੀ ਨੂੰ ਪੁੱਛਦੇ ਹਾਂ, ਭਾਜੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਨੂੰ ਤਿੰਨ ਜਿਹੜੇ ਵਧੀਆ ਗੁਣ ਮੈਡਮ 'ਚ ਕਿਹੜੇ ਲੱਗਦੇ ਆ ਜੀ? ਮੈਡਮ ਦੇ ਵਿੱਚ ਵਧੀਆ ਗੁਣ ਤਾਂ ਇਹੀ ਹੈ ਜੀ ਵੀ ਇੱਕ ਤਾਂ ਇਹ ਇਹਨਾਂ ਦੀ ਜਜਮੈਂਟ ਬਹੁਤ ਵਧੀਆ, ਕਿਸੇ ਦਾ ਚਿਹਰਾ ਦੇਖ ਕੇ ਇਹ ਜੱਜ ਕਰ ਲੈਂਦੇ ਹੈਗੇ ਆ ਕਿ ਇਹ ਬੰਦਾ ਅੰਦਰੋਂ ਕਿਹਾ ਜਾ ਹੈਗਾ। ਠੀਕ ਹੈ ਜੀ। ਅਤੇ ਦੂਸਰਾ ਇਹ ਹੈਗਾ ਵੀ ਜਿਸ ਤਰ੍ਹਾਂ ਦੀ ਅੱਜ ਕੱਲ੍ਹ ਇਹਨਾਂ ਦੀ ਜਾਣ ਪਛਾਣ ਹੈਗੀ ਹੈ ਸਮਾਜ ਦੇ ਵਿੱਚ, ਤੁਸੀਂ ਇਹਨਾਂ ਨੂੰ ਘਰ ਦੇ ਵਿੱਚ ਝਾੜੂ ਚੱਕੇ ਹੋਏ ਪੋਚਾ ਲਾਉਂਦੇ ਦੇਖ ਸਕਦੇ ਹੋ ਜਾਂ ਨਾਲੀਆਂ ਸਾਫ਼ ਕਰਦੇ ਹੋ, ਠੀਕ ਹੈ ਨਾ? ਤੇ ਦੂਸਰਾ ਇਹ ਹੈ ਵੀ ਦੂਸਰਿਆਂ ਪ੍ਰਤੀ ਦਿਆਲੂ ਬਹੁਤ ਨੇ। ਠੀਕ ਹੈ ਜੀ। ਮੈਨੂੰ ਇਹੀ ਲੱਗਦਾ ਰਾਜੇ, ਮੈਂ ਸੋਰੀ ਗੱਲ ਕੱਟਤੀ, ਵੀ ਮੈਨੂੰ ਕਦੇ ਕਦੇ ਨਾ
ਦੁੱਖ ਹੁੰਦਾ ਕਿ ਮੈਂ ਜਿਹੋ ਜਿਹੇ ਕਰੈਕਟਰ ਕੀਤੇ ਆ, ਲੋਕਾਂ 'ਚ ਇਮੇਜ ਉਵੇਂ ਬਣ ਜਾਂਦੀ ਹੈ ਕਿਉਂਕਿ ਲੋਕ ਕਿਹੜਾ ਤੁਹਾਡੇ ਨਾਲ ਰੋਜ਼ ਵਿੱਚ ਆ, ਪਰ ਮੈਨੂੰ ਐਂ ਲੱਗਦਾ ਹੁੰਦਾ, ਮੈਂ ਗੱਲ ਕਰਦੀ ਵੀ ਤਾਂ ਹੀ, ਕਈ ਵਾਰੀ ਮੈਂ ਭਾਵੁਕ ਵੀ ਹੋ ਜਾਂਦੀ ਹਾਂ ਵੀ ਮੈਂ ਨਾ ਇੱਥੋਂ ਵੀ ਮਤਲਬ ਮੈਨੂੰ ਐਂ ਲੱਗਦਾ ਵੀ ਮੇਰੇ ਅੰਦਰ ਬਹੁਤ ਜ਼ਿਆਦਾ ਦਰਦ ਹੈ, ਦਰਦ ਹਰ ਬੰਦੇ 'ਤੇ ਹੈ, ਜਿਹੜਾ ਬੰਦੇ ਦੇ ਅੰਦਰ ਦਰਦ ਨਹੀਂ ਉਹ ਲੋਕ ਤਾਂ ਪੱਥਰ ਨੇ, ਭਾਵੇਂ ਕੋਈ ਬੱਚਾ ਹੋਵੇ, ਭਾਵੇਂ ਕੋਈ ਬਿਮਾਰ ਹੋਵੇ, ਭਾਵੇਂ ਸਮਾਜ ਦੇ ਵਿੱਚ ਸਾਡੇ ਮੁਰਦੇ ਹਾਣੀ ਇੰਨੀ ਛਾਈ ਪਈ ਹੈ ਵੀ ਉਸ ਪ੍ਰਤੀ, ਹਾਲਾਂਕਿ ਸੈੱਟ 'ਤੇ ਜਾ ਕੇ ਜਿਵੇਂ ਸਪੋਟ ਬੋਆਏ ਨੇ ਸਾਡੇ, ਲਾਈਟ ਮੈਨ ਨੇ ਸਾਡੇ, ਮੈਨੂੰ ਐਂ ਲੱਗਦਾ ਕਿ ਅਸੀਂ ਸਾਡੇ ਮਗਰ ਮਗਰ ਫਿਰਦੇ ਆ ਉਹ ਲੋਕ, ਢਿੱਡ ਹਰ ਬੰਦੇ 'ਤੇ ਲੱਗਿਆ ਵੀ ਮੈਨੂੰ ਐਂ ਲੱਗਦਾ ਵੀ ਨਹੀਂ ਨੰਬਰ 1 ਤਾਂ ਨਾ ਚ ਪੇਸ਼ੈਂਸ ਬਹੁਤ ਹੈ, ਤੇ ਮੈਂ ਕਦੇ ਕਦੇ ਮਨ ਖਰਾਬ ਕਰਕੇ ਕਹਿ ਵੀ ਦਿੰਦੀ ਹਾਂ ਵੀ ਸਵਰਨ ਇੰਨੇ ਸਾਲਾਂ 'ਚ ਮੈਂ ਪੇਸ਼ੈਂਸ ਨਹੀਂ ਸਿੱਖੀ, ਹਾਲਾਂਕਿ ਇੱਕ ਆਰਟਿਸਟ 'ਚ ਪੇਸ਼ੈਂਸ ਹੋਣੀ ਬਹੁਤ ਜ਼ਰੂਰੀ ਹੈ, ਸਹੀ ਗੱਲ ਹੈ ਜੀ, ਉਹ ਸੈੱਟ 'ਤੇ ਨਹੀਂ ਘਰੇ, ਸਹੀ ਹੈ, ਅਤੇ ਇਹਨਾਂ ਦੀ ਘਰੇ ਅਤੇ ਬਾਹਰ ਬਹੁਤ ਪੇਸ਼ੈਂਸ ਹੈ, ਅਤੇ ਦੂਜੀ ਗੱਲ ਹੈ ਜਿਹੜੀ ਇਹਨਾਂ ਨੇ ਇਹ ਕਿਹਾ, ਇੱਕ ਗੱਲ ਮੈਂ ਇਹ ਗਿਲਾ ਕਰੂੰ ਵੀ ਜ਼ਿਆਦਾ ਉਲਾਰ ਹੋ ਜਾਂਦੇ ਆ, ਇੱਕਦਮ ਉਲਾਰ ਹੋ ਜਾਂਦੇ ਆ, ਜਿਹੜੀ ਗੱਲ ਇਹਨਾਂ ਨੇ ਕਹੀ ਸੀ ਵੀ ਗੁਰਪ੍ਰੀਤ ਵਾਚ ਕਰ ਲੈਂਦੀ ਹੈ ਚਿਹਰੇ, ਉਹ ਨਹੀਂ ਹੈਗਾ, ਬਾਅਦ 'ਚ ਮੈਂ ਇਹਨਾਂ ਨਾਲ ਲੜ ਪੈਂਦੀ ਹਾਂ ਵੀ ਮੈਂ ਤੁਹਾਨੂੰ ਕਿਹਾ ਨਹੀਂ ਸੀ, ਇਹ ਕਹੂਗਾ ਹੁਣ ਮੈਂ ਕੀ ਥਰਮਾਮੀਟਰ ਲਾ ਕੇ ਦੇਖਾਂ, ਇਹ ਬੰਦਾ ਇਹੋ ਜਿਹਾ ਨਿਕਲ ਗਿਆ, ਹਾਂਜੀ ਹਾਂਜੀ, ਇੱਥੇ ਤੱਕ ਕਿ ਜਿਹੜੇ ਇਹਨਾਂ ਦਾ ਸਕੂਲ ਨਾਲ ਵਾਹ ਪਿਆ, ਮੈਂ ਕਈ ਵਾਰੀ ਕਹਿੰਦੀ ਹਾਂ ਕਿ ਕਈ ਲੋਕ ਤੁਹਾਨੂੰ ਐਂ ਚੀਟ ਕਰ ਜਾਂਦੇ ਆ ਵੀ ਉਹ ਇਕਨੋਮਿਕਲੀ ਉਹੋ ਜਿਹੇ ਹੁੰਦੇ ਨੇ ਤੁਹਾਡੇ ਕੋਲ ਰੋ ਕੇ, ਅਤੇ ਉਹ ਮਤਲਬ ਬੱਚਿਆਂ, ਉਹ ਬੱਚਿਆਂ ਨੇ ਮੁੜ ਕੇ ਉਸ ਸਕੂਲ ਵੱਲ ਕਦੇ ਦੇਖਿਆ, ਇਹ ਮੇਰਾ ਗਿਲਾ ਹੋ ਜਾਂਦਾ ਕਈ ਵਾਰੀ, ਠੀਕ ਹੈ ਜੀ, ਤੇ ਇਹ ਐਂ ਲਾ ਲਓ ਇਮੋਸ਼ਨਲ ਨਹੀਂ, ਤੁਸੀਂ ਸਾਨੂੰ, ਅਸੀਂ ਤੁਹਾਡੇ ਤੋਂ ਵੀ ਪੁੱਛਣਾ, ਤੁਸੀਂ ਹੋ ਗਏ, ਤੁਸੀਂ ਚੰਗੇ ਗੁਣ ਦੱਸਣੇ ਆ, ਤੁਸੀਂ ਚੰਗੇ ਹੋ ਗਏ ਨਾ, ਹਾਂਜੀ ਚੰਗੇ ਹੀ ਹੋ ਗਏ ਨਾ, ਠੀਕ ਹੈ ਜੀ, ਓਕੇ, ਚੰਗਾ ਤਾਂ ਇਹ ਹੋ ਗਿਆ ਨਾ ਵੀ ਫੇਥ ਇਹਨਾਂ ਕਰ, ਹਾਂ ਫੇਥ ਬਹੁਤ ਕਰ, ਹਰ ਬੰਦੇ 'ਚ ਫੇਥ, ਠੀਕ ਹੈ ਜੀ, ਇੱਕ ਇਹਨਾਂ 'ਚ ਪੇਸ਼ੈਂਸ ਬਹੁਤ ਹੈ, ਇੱਕ ਮੈਨੂੰ ਇਹ ਲੱਗਦਾ ਕਿ ਐਡਾ ਵੱਡਾ ਗੁਣ ਜਿਹੜਾ ਬੰਦਾ ਕਦੇ ਆਪਣੇ ਲਈ ਜਿਉਂਏ ਨਹੀਂ, ਕੀ ਬਾਤ ਹੈ ਨਾ, ਵਾਕਈ ਵੀ ਮਤਲਬ ਸਿਰਫ ਸਾਰੀ ਜ਼ਿੰਦਗੀ ਜਦੋਂ ਤੋਂ ਮੇਰਾ ਵਿਆਹ ਹੋਇਆ ਤੇ ਵੀ ਇਹ ਲੋਕਾਂ ਲਈ ਜਿਉ ਰਹੇ ਆ, ਹੁਣ ਵੀ ਲੋਕਾਂ ਲਈ ਜਿਉ ਰਿਹਾ, ਇਹਨਾਂ ਨੂੰ ਇਹ ਕਦੇ ਨਹੀਂ ਲੱਗਿਆ ਵੀ ਆਪਣੀ ਪਰਸਨਲ ਲਾਈਫ ਕੀ, ਹੁਣ ਵੀ ਕਹਿੰਦੇ ਹੁੰਦੇ ਵੀ ਆਪਾਂ ਸਮਾਜ ਲਈ ਜਿਉਣਾ, ਉਹਦੇ ਵਿੱਚੋਂ ਹੀ ਅਸੀਂ ਦੋਨਾਂ ਨੇ ਆਪਦੀ ਬੋਡੀ ਹੈ ਜਿਹੜੀ, ਬੋਡੀ ਵੀ ਸਰੀਰ ਵੀ, ਪ੍ਰੋਪਰਟੀ ਤਾਂ ਗੱਲ ਹੀ ਕੁਛ ਨਹੀਂ, ਕੀ ਪ੍ਰੋਪਰਟੀ, ਅਸੀਂ ਆਪਦੇ ਸਰੀਰ ਵੀ ਮਤਲਬ ਦੋਨਾਂ ਨੇ ਡੋਨੇਟ ਕਰਤੇ, ਭਾਜੀ ਤੁਹਾਡੀ ਗੱਲ ਸੁਣ ਕੇ ਇਮੋਸ਼ਨਲ ਵੀ ਹੋ ਗਿਆ, ਬਾਕੀ ਮਨ ਦੇ ਵਿੱਚ ਜਿਹੜਾ ਬੰਦਾ ਹੁੰਦਾ ਨਾ, ਕਿਉਂਕਿ ਇੱਕ ਜਿਹੜਾ ਆਰਟਿਸਟ ਆ ਦਿਲੋਂ ਮੈਨੂੰ ਲੱਗਦਾ ਹੁੰਦਾ ਵੀ ਬਹੁਤ ਸੱਚਾ ਹੁੰਦਾ, ਤਾਂ ਹੀ ਉਹ ਕਿਸੇ ਦੀ ਜ਼ਿੰਦਗੀ ਜਿਉਂ ਪਾਉਂਦਾ ਜੀ, ਹਾਂ ਹਨਾ, ਗੁਣ ਤਾਂ ਮੈਂ ਦੱਸਦੇ ਇਹਨਾਂ ਦਾ ਇੱਕ ਔਗਣ ਆ ਜੀ ਬਹੁਤ ਵੱਡਾ, ਹਾਂਜੀ, ਤੇ ਮਤਲਬ ਅੰਦਰ ਕੁਛ ਚੱਲੀ ਜਾਵੇ ਵੀ ਛੇਤੀ ਦੱਸਣਾ ਨੀ, ਉਹਦੇ ਨਾਲ ਮੈਂ ਕਈ ਵਾਰੀ ਹਰਟ ਹੁੰਦੀ ਹਾਂ, ਜਿਵੇਂ ਮੈਂ ਆ, ਮੇਰਾ ਇਹਨਾਂ ਨੇ ਦੱਸਤਾ ਨਾ, ਮੈਨੂੰ ਜੇ ਗੁੱਸਾ ਵੀ ਉਵੇਂ ਦੱਸਤਾ, ਉਹ ਬੰਦਾ ਦਿਲੋਂ ਕੱਢ ਲੈਂਦਾ ਥੋੜੀ ਦੇਰ ਬਾਅਦ, ਇਹ ਕੱਢ ਨਹੀਂ ਸਕਦੇ ਕਿਸੇ ਨਾਲ, ਜਦੋਂ ਗਿਲਾ ਵੀ ਹੈ ਨਾ ਇੱਥੋਂ ਤੱਕ ਕਿ ਤੁਹਾਡੇ ਜਿਹੜਾ ਬਹੁਤ ਕਲੋਜ਼ ਆ ਉਹ ਵੀ, ਉਹਨਾਂ ਨਾਲ ਵੀ ਐਂ ਕਹਿੰਦੇ ਹੁੰਦੇ ਵੀ ਗੁਰਪ੍ਰੀਤ ਤੂੰ ਮੈਨੂੰ ਇੰਨੀ ਛੇਤੀ ਨਾ ਕਹਿ, ਮੈਂ ਹੌਲੀ ਹੌਲੀ ਇਸ ਗੱਲ 'ਚੋਂ ਬਾਹਰ ਨਿਕਲੂੰਗਾ, ਸਹੀ ਗੱਲ, ਕਿਉਂਕਿ ਇਹ ਆਸ ਬਹੁਤ ਵੱਡੀ ਕਰ ਲੈਂਦੇ ਆ, ਫਿਰ ਅੰਦਰੋਂ ਬਹੁਤ ਟੁੱਟਦੇ ਨੇ, ਤੇ ਮੈਨੂੰ ਐਂ ਹੁੰਦਾ ਵੀ ਗਲਤੀ ਨੂੰ ਛੇਤੀ ਮਾਫ਼ ਵੀ ਨਹੀਂ ਕਰ ਸਕਦੇ, ਤੇ ਆਪ ਅੰਦਰੋਂ ਟੁੱਟਦੇ ਨੇ, ਐਂ ਨਹੀਂ ਹੈਗਾ ਵੀ ਕੋਈ ਦੁਸ਼ਮਣੀ ਬਣ ਜਾਂਦੇ ਨੇ, ਉਹ ਮੈਨੂੰ ਥੋੜਾ ਜਿਹਾ ਲੱਗਦਾ ਹੁੰਦਾ, ਫਿਰ ਐਂ ਕਹਿੰਦੇ ਵੀ ਗੁਰਪ੍ਰੀਤ ਮੈਂ ਨਾ ਹੌਲੀ ਹੌਲੀ ਸੈੱਟ ਹੋਊਗਾ, ਸੋ ਬੰਦਾ ਜਿਹੜਾ ਦਿਲੋਂ ਸੱਚਾ ਹੁੰਦਾ ਉਹ ਮੈਨੂੰ ਐਂ ਵੀ ਲੱਗਦਾ ਨਾ ਵੀ ਇਹ ਸਿਹਤ ਲਈ ਵੀ ਮਾੜਾ, ਸਹੀ ਗੱਲ, ਅੰਦਰੋਂ ਮਨ ਦੇ ਵਿੱਚ ਕੋਈ ਗੱਲ ਘੁਲਦੀ ਰਹਿੰਦੀ ਹੈ ਨਾ, ਕਹਿ ਨਹੀਂ ਨਾ ਪਾਉਂਦੇ, ਹਾਂਜੀ ਹਾਂਜੀ, ਹੁਣ ਆਪਾਂ ਇਹਨਾਂ ਨੂੰ ਪੁੱਛਦੇ ਤੁਹਾਨੂੰ ਮੈਮ 'ਚ ਕਿਹੜੀਆਂ 3 ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਉਹ ਦੱਸੋ ਜੀ ਸਾਨੂੰ। ਇੱਕ ਤਾਂ ਜੀ ਇਹ ਆ ਵੀ ਆਪਣੀ ਸਿਹਤ ਪ੍ਰਤੀ ਬਿਲਕੁਲ ਵੀ ਇਹ ਅਵੇਅਰ ਨਹੀਂ ਹੈਗੇ, ਮਤਲਬ ਜੇ ਮੰਨ ਲਓ ਅੱਜ ਇਹਨਾਂ ਦਾ ਕੋਈ ਕਿਸੇ ਕਿਸਮ ਦੀ ਸਿਰ ਪੀੜ ਹੋਇਆ ਜਾਂ ਦੰਦਾਂ 'ਚ ਪੀੜ ਹੋਈ ਹੈ ਜਾਂ ਬੁਖਾਰ ਚੜ੍ਹ ਗਿਆ, ਦਵਾਈ ਲੈ ਲੈਣੀ ਹੈ ਤੇ ਉਹ ਪਹਿਲੀ ਡੋਜ਼ ਹੀ ਲੈਣੀ ਹੈ, ਠੀਕ ਹੈ ਜੀ, ਠੀਕ ਹੈ, ਓਕੇ, ਉਦੋਂ ਬਾਅਦ ਨਹੀਂ, ਠੀਕ ਹੈ ਜੀ, ਤੇ ਬਾਕੀ ਇਹ ਹੈ ਵੀ ਥੋੜ੍ਹਾ ਜਿਹਾ ਜਿਵੇਂ ਇਹਨਾਂ ਦਾ ਗੁਸੈਲਾ ਸੁਭਾਅ ਹੈਗਾ, ਉਹਦੇ 'ਚੋਂ ਵੀ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਜਿਹੜਾ ਗੁਸੈਲਾ ਸੁਭਾਅ ਹੈਗਾ ਉਹ ਸਿਹਤ 'ਤੇ ਅਸਰ ਪਾਉਂਦਾ ਹੈਗਾ, ਬਿਲਕੁਲ ਜੀ, ਅਤੇ ਹਾਲਾਂਕਿ ਉਮਰਾਂ ਇੱਥੇ ਪਹੁੰਚ ਗਈਆਂ, ਇਹ ਤਾਂ ਬਹੁਤ ਪੇਸ਼ੈਂਸ ਰੱਖਣ ਵਾਲੀਆਂ ਉਮਰਾਂ ਨੇ, ਸਹੀ ਗੱਲ ਹੈ ਜੀ, ਅਤੇ ਦੂਸਰਾ ਮੈਂ ਇਹ ਚਾਹੁੰਦਾ ਹੁੰਦਾ ਵੀ ਜਿਵੇਂ ਤੁਸੀਂ ਫਿਲਮਾਂ ਵਗੈਰਾ ਦੇ ਵਿੱਚ ਚੂਜ਼ ਕੀਤੇ ਜਾਂਦੇ ਆ ਜ਼ਿਆਦਾਤਰ ਗੁਸੈਲੇ ਜੇ ਹੁੰਦੇ ਆ, ਵੀ ਕਿਸੇ ਹੁਣ ਤਾਂ ਦਾਨੀਆਂ ਜੀਆਂ ਜਿਹੜੀਆਂ ਬਜ਼ੁਰਗ ਔਰਤਾਂ ਉਹਨਾਂ ਦਾ ਇਹ ਜਿਹੜੇ ਰੋਲ ਹੈਗੇ ਆ ਉਹ ਕੀਤੇ ਜਾਣ,
ਮੈਮ ਜੇ ਹੁਣ ਆਪਾਂ ਗੱਲ ਕਰੀਏ ਤੁਹਾਨੂੰ ਫਸਟ ਫਿਲਮ ਤੁਸੀਂ ਕਦੋਂ ਕੀਤੀ ਹੈ ਜੀ, ਕਿਉਂਕਿ ਥੀਏਟਰ ਤੁਸੀਂ ਕਰਦੇ ਸੀ, ਫਿਰ ਇਹ ਫਿਲਮਾਂ 'ਚ ਜਾਣ ਦਾ ਸਬੱਬ ਉਹ ਕਿਵੇਂ ਬਣਿਆ ਜੀ? ਮੇਰਾ ਕੋਈ ਇਹ ਨਿਸ਼ਾਨਾ ਨਹੀਂ ਸੀ ਕਿ ਮੈਂ ਫਿਲਮ ਲਾਈਨ 'ਚ ਆਉਣਾ, ਬਹੁਤ ਵਧੀਆ ਸਵਾਲ ਕੀਤਾ ਤੁਸੀਂ, ਕਿਉਂਕਿ ਮੇਰਾ ਤਾਂ ਇਹ ਸੀਗਾ ਕਿ ਮੈਂ ਥੀਏਟਰ ਕਰਨਾ ਹੈ। ਹਾਂਜੀ, ਉਹ ਵੀ ਭਾਜੀ ਵਾਲਾ ਥੀਏਟਰ ਆ, ਅਤੇ ਮੈਂ ਪਤਾ ਨਹੀਂ ਥੀਏਟਰ ਕਰਦੀ ਕਰਦੀ ਕਿਸੇ ਡਾਇਰੈਕਟਰ ਨੇ ਉੱਥੋਂ ਮੈਨੂੰ ਕਿਵੇਂ ਮੈਂ ਕਲਿੱਕ ਹੋਈ, ਮੇਰੇ ਹੁਣ ਯਾਦ ਵੀ ਨਹੀਂ। ਅੱਛਾ ਜੀ, ਕਿਉਂਕਿ ਮੈਨੂੰ ਇੱਥੋਂ ਤੱਕ ਯਾਦ ਹੈ ਕਿ ਮੈਂ ਮਿੱਟੀ ਫਿਲਮ ਕੀਤੀ ਸੀ, ਜਤਿੰਦਰ ਮੌਰ ਨੇ ਬਹੁਤ ਅੱਛਾ ਕੰਮ ਕਰਾਇਆ ਮੇਰਾ, ਉਹਦੇ ਵਿੱਚ ਇੱਕੋ ਡਾਇਲੋਗ ਸੀ, ਅਤੇ ਮੈਨੂੰ ਇਹ ਵੀ ਮਾਣ ਮਹਿਸੂਸ ਹੋਇਆ ਕਿ ਜਦੋਂ ਮੈਂ ਬਾਹਰ ਗਈ ਮੇਰੇ ਬੇਟੇ ਕੋਲ, ਉੱਥੇ ਲੋਕਾਂ ਨੇ ਮੈਨੂੰ ਉਸ ਫਿਲਮ ਵਜੋਂ ਪਛਾਣਿਆ। ਅੱਛਾ ਜੀ, ਹਾਂ, ਕਿਉਂਕਿ ਮੈਂ ਨਾ ਇੱਕ ਉਹਦਾ ਕਰੈਕਟਰ ਨਿਭਾਇਆ ਸੀ ਇੱਕ ਜਿਹਦਾ ਪੁੱਤ ਨਸ਼ਿਆਂ 'ਚ ਪੈ ਜਾਂਦਾ, ਅਤੇ ਮੇਰਾ ਇੱਕੋ ਡਾਇਲੋਗ ਸੀ ਉਹਦੇ ਵਿੱਚ। ਅੱਛਾ ਜੀ, ਅਤੇ ਮੈਂ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਉਸ ਡਾਇਲੋਗ ਨੇ ਮੈਨੂੰ, ਤੁਹਾਨੂੰ ਯਾਦ ਆ ਡਾਇਲੋਗ ਜਿਵੇਂ, ਸੌਰੀ ਰੋਕਦਾ, ਹਾਂਜੀ ਬਿਲਕੁਲ ਮੈਨੂੰ ਯਾਦ ਹੈ, ਤੁਸੀਂ ਸਾਨੂੰ ਜ਼ਰੂਰ ਸੁਣਾਓ ਜੀ। ਹਾਂਜੀ, ਕਿ ਪੁੱਤ ਤੂੰ ਕਦੇ ਘਰੇ ਨਹੀਂ ਆਇਆ, ਇੰਨਾ ਨਿਰਮੋਹ ਹੋ ਗਿਆ, ਮਤਲਬ ਬੇਟਾ ਵੀ ਉਹ ਮਤਲਬ ਮੇਰੇ ਅੰਦਰੋਂ ਨਿਕਲੀ ਹੋਊ, ਤੁਸੀਂ ਹੁਣ ਵੀ ਉਹ ਇਮੋਸ਼ਨਲ ਹੋ ਰਹੇ ਹਨ, ਅੱਖਾਂ 'ਚ ਪਾਣੀ ਆ ਗਿਆ ਜੀ। ਮਤਲਬ ਮੈਨੂੰ ਅੱਜ ਵੀ ਉਹ ਲੱਗਦਾ ਕਿ ਕਾਸ਼ ਮੈਂ ਉਹੋ ਜਿਹਾ ਕੋਈ ਕਰੈਕਟਰ ਮੈਨੂੰ ਮਿਲੇ, ਅਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਹੈ ਗਿੱਪੀ ਹੁਣੇ ਕਰ ਰਹੇ ਨੇ ਮਾਂ ਫਿਲਮ। ਅੱਛਾ ਜੀ, ਅਤੇ ਹਾਲਾਂਕਿ ਮੈਨੂੰ ਉਹ ਕਹਿੰਦੇ ਸੀ ਵੀ ਥੋੜ੍ਹੇ ਦਿਨਾਂ ਦਾ ਕੰਮ ਹੈ, ਮੈਨੂੰ ਐਂ ਲੱਗਦਾ ਵੀ ਵੀ ਇੱਕ ਆਰਟਿਸਟ ਨੂੰ ਨਾ ਮੌਕੇ ਮਿਲਣੇ ਚਾਹੀਦੇ। ਸਹੀ ਗੱਲ ਹੈ, ਮੌਕੇ ਮਿਲਣੇ ਚਾਹੀਦੇ ਆ, ਉਹ ਕਰੈਕਟਰ ਕੋਈ ਵੀ ਹੋਵੇ, ਆਰਟਿਸਟ ਦੀ ਜਿਹੜੀ ਅਦਾਕਾਰੀ ਉੱਥੋਂ ਹੀ ਪਛਾਣੀ ਜਾਂਦੀ ਹੈ ਕਿ ਉਹ ਹਰ ਤਰ੍ਹਾਂ ਦਾ ਕਰੈਕਟਰ ਨਿਭਾਉਂਦੇ। ਸੋ ਭਾਜੀ ਤੁਸੀਂ ਇਹ ਦੱਸੋ ਵੀ ਮੈਮ ਦੀਆਂ ਫਿਲਮਾਂ ਬਹੁਤ ਆਉਂਦੀਆਂ, ਰੋਜ਼ ਹੀ ਇੱਕ ਅੱਧੀ ਫਿਲਮ ਰਿਲੀਜ਼ ਹੁੰਦੀ, ਤੁਸੀਂ ਕਿੰਨੀਆਂ ਫਿਲਮਾਂ ਦੇਖਦੇ ਹੋ? ਤੁਸੀਂ ਇਹਨਾਂ ਨੂੰ ਕਦੇ ਅਲੋਚਦੇ ਵੀ ਯਾਰ ਨਹੀਂ ਗੱਲ ਤੁਸੀਂ ਆਹ ਸੋਹਣੀ ਨਹੀਂ ਕੀਤਾ ਐਕਟ, ਜਾਂ ਇੱਥੇ ਤੁਹਾਨੂੰ ਮੈਨੂੰ ਨਹੀਂ ਵਧੀਆ ਲੱਗਾ, ਕਦੇ ਇੱਦਾਂ ਕਿਹਾ ਇਹਨਾਂ ਨੂੰ ਤੁਸੀਂ? ਨਹੀਂ ਨਹੀਂ, ਮੈਨੂੰ ਇਹਨਾਂ ਦੇ ਰੋਲ ਤਾਂ ਖੈਰ ਜਿਵੇਂ ਆਮ ਇਹਨਾਂ ਦੇ ਦਰਸ਼ਕਾਂ ਨੂੰ ਚੰਗੇ ਲੱਗਦੇ, ਮੈਨੂੰ ਵੀ ਚੰਗੇ ਲੱਗਦੇ ਆ। ਅੱਛਾ ਜੀ, ਅਤੇ ਮੈਂ ਇਹਨਾਂ ਦੀਆਂ ਫਿਲਮਾਂ ਕਿੰਨੀਆਂ ਕੁ ਦੇਖਦਾ? ਉਨੀਆਂ ਕਿ ਜਿੰਨਾ ਚਿਰ ਬੱਸ ਦੇ ਵਿੱਚ ਮੈਨੂੰ ਕੋਈ ਬੱਸ 'ਚ ਅਸਲਾਬੇ ਬਿਜੀ ਹੁੰਦੇ ਨਾ ਬਹੁਤ। ਅੱਛਾ ਅੱਛਾ ਅੱਛਾ, ਠੀਕ ਆ, ਮਤਲਬ ਤੁਸੀਂ ਕੋਈ ਤੁਸੀਂ ਇਹਨਾਂ ਦੀ ਫਿਲਮ ਦੇਖੀ ਵੀ ਤੁਹਾਨੂੰ ਯਾਦ ਹੋਵੇ ਜਿਹਦਾ ਰੋਲ? ਮੈਂ ਹਰਜੀਤਾ ਦੇਖੀ ਹੈ ਜੀ, ਮੈਂ ਉਸ ਵੇਲੇ ਸਕੂਲ ਨੂੰ ਵੀ ਦਿਖਾਈ ਹੈ। ਹਾਂ, ਦੇਖੀ ਹੈ, ਇੱਥੋਂ ਤੱਕ ਕਿ ਸਾਡਾ ਕੋਈ ਲਾਈਕ ਮਾਈਂਡਡ ਲੋਕਾਂ ਨੂੰ ਲੈ ਕੇ ਸਕੂਲ ਖੋਲਿਆ ਹੋਇਆ, ਉਹ ਸਕੂਲ ਦੇ ਬੱਚਿਆਂ ਨੂੰ ਵੀ ਦਿਖਾਈ ਹੈ, ਅਰਦਾਸ ਵੀ ਦਿਖਾਈ ਹੈ, ਅਰਦਾਸ ਵੀ ਦਿਖਾਈ ਹੈ। ਕੋਈ ਵੀ ਜਿਹੜੀਆਂ ਚੰਗੀਆਂ ਫਿਲਮਾਂ ਹੁੰਦੀਆਂ ਅਸੀਂ ਖੁਦ ਵੀ ਦੇਖਦੇ ਹਾਂ ਅਤੇ ਬੱਚਿਆਂ ਨੂੰ ਵੀ ਅਸੀਂ ਦਿਖਾਉਂਦੇ। ਠੀਕ ਆ ਮੈਮ, ਤੁਸੀਂ ਆਪਣੇ ਟਰੱਸਟ ਬਾਰੇ ਦੱਸੋ ਜੀ, ਉਹ ਤੁਸੀਂ ਸਾਰਾ ਕਿੱਦਾਂ ਕਰ ਰਹੇ ਹੋ ਮੈਨੇਜ? ਟਰੱਸਟ ਦਾ ਜਗ ਇਹ ਹੈ ਜਿੱਥੇ ਤੁਸੀਂ ਹੁਣ ਐਂਟਰ ਕਰੇ ਹੋ। ਹਾਂਜੀ, ਆਦਰਸ਼ ਭਵਨ, ਇੱਥੇ ਸਾਡਾ ਘਰ ਹੁੰਦਾ ਸੀਗਾ, ਅਤੇ ਜਦੋਂ ਇੱਕ ਚੈਰੀਟੇਬਲ ਸਕੂਲ ਖੋਲ੍ਹਿਆ ਤਾਂ ਮੈਂ ਭੰਗੂ ਸਾਹਿਬ ਨੇ ਇੱਕ ਫੈਸਲਾ ਲਿਆ ਕਿ ਇਹ ਕੁੜੀਆਂ ਜਿਹੜੀਆਂ ਇਹ ਕਿੱਥੇ ਰਹਿਣ। ਹਾਂਜੀ, ਫਿਰ ਇਹਨਾਂ ਨੇ ਫੈਸਲਾ ਲੈ ਲਿਆ ਸੀਗਾ ਵੀ ਜਿਹੜਾ ਇਹ ਘਰ ਹੈ ਇਹਨੂੰ ਢਾਹ ਕੇ ਇੱਥੇ ਕਮਰੇ ਬਣਾਏ ਜਾਣ ਤਾਂ ਕਿ ਕੁੜੀਆਂ ਸਾਡੀ ਦੇਖ ਰੇਖ ਹੇਠਾਂ ਰਹਿਣ, ਅਤੇ ਉਹ ਇਹਨਾਂ ਦਾ ਸੁਪਨਾ ਸੀ ਭੰਗੂ ਸਾਹਿਬ ਦਾ। ਪਰ ਮੈਂ ਇੱਕ ਗੱਲ ਮਾਣ ਨਾਲ ਕਹਿ ਸਕੂੰਗੀ, ਜਦੋਂ ਇਹਨਾਂ ਨੇ ਉਦਘਾਟਨ ਕਰਾਇਆ ਅਤੇ ਵੀ ਮੈਨੂੰ ਇਹ ਔਖਾ ਨਹੀਂ ਲੱਗਿਆ ਕਿ ਅੱਜ ਸਾਡਾ ਜਿਹੜਾ ਘਰ ਹੈ ਉਹ ਇੱਕ ਟਰੱਸਟ ਦੇ ਰੂਪ ਵਿੱਚ ਜਾ ਰਿਹਾ। ਉਹ ਟਰੱਸਟ ਬਣਾ ਕੇ, ਟਰੱਸਟ ਦੇ ਕੁਛ ਮੈਂਬਰ ਨੇ ਅਤੇ ਉਹ ਬਣਾ ਕੇ ਅਸੀਂ ਸੌਂਪਿਆ ਇਹ 2010 'ਚ, ਮੇਰੇ ਖਿਆਲ 2010 'ਚ। ਅਤੇ ਬੇਟਾ ਸਾਡਾ ਇੱਕ ਆਸਟ੍ਰੇਲੀਆ, ਪੋਤੇ ਨੇ ਦੋ, ਮੇਰੇ ਬੇਟੀ ਹੈ, ਨੂੰਹ ਹੈ, ਅਤੇ ਉਹਨਾਂ ਨੇ ਕਦੇ ਕੋਈ ਗਿਲਾ ਨਹੀਂ ਕਰਿਆ। ਠੀਕ ਹੈ ਜੀ, ਅਤੇ ਬਸ ਇੱਕ ਟਰੱਸਟ ਬਣਾਇਆ, ਸਕੂਲ ਦਾ ਵੀ ਟਰੱਸਟ ਹੈ, ਇਹ ਵੀ ਉਸਦੇ ਅੰਡਰ ਹੀ ਹੈ ਸਾਰਾ ਕੁਛ, ਇੱਕ ਤਰ੍ਹਾਂ ਦਾ ਇੱਕੋ ਇਹ ਟਰੱਸਟ ਹੈ ਜਿਹਦੇ ਅੰਡਰ ਅਸੀਂ ਸਾਰੇ ਕੰਮ ਕਰ ਰਹੇ ਹਾਂ। ਠੀਕ ਹੈ ਜੀ, ਤੁਸੀਂ ਕਾਫੀ ਕੁਛ ਦਾਨ ਵੀ ਕਰ ਦਿੱਤਾ ਹਨਾ ਜੀ? ਇਹ ਦਾਨ ਹੀ ਹੈ ਜੀ ਬਸ, ਇਹ ਤੁਸੀਂ ਦੱਸ ਰਹੇ ਬੋਡੀ ਤੇ ਬਸ ਇੰਨਾ। ਹਾਂ, ਦਿਆਂ ਵੀ ਦਾਨ ਕਰਤੀਆਂ ਬੋਡੀ। ਹਾਂ, ਬਸ ਅਸੀਂ ਉਹ ਸਾਰਾ ਫੈਸਲਾ ਸੀਗਾ ਭੰਗੂ ਸਾਹਿਬ ਦਾ ਤੇ ਮੇਰਾ, ਅਸੀਂ ਆਪਣੇ ਸਰੀਰ ਦੋਨਾਂ ਨੇ ਇਹ ਕੀਤਾ ਵੀ ਹੁਣ ਇਹ ਵੀ ਰੱਖ ਕੇ ਕੀ ਕਰਨੇ, ਪੀਜੀਆਈ ਨੂੰ ਡੋਨੇਟ ਕਰਤੇ ਜਿੰਨਾ ਚਿਰ ਤੁਰੇ ਫਿਰਦੇ ਆ। ਠੀਕ ਹੈ। ਸੋ ਦੋਸਤੋ, ਜਿਵੇਂ ਆਪਾਂ ਮੈਮ ਗੁਰਪ੍ਰੀਤ ਕੌਰ ਭੰਗੂ ਦੇ ਘਰੇ ਗਏ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਹੁਣ ਆਪਾਂ ਉਸ ਸਕੂਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਮੈਮ ਕਾਫੀ ਸੇਵਾ ਭਾਵਨਾ ਨਾਲ ਸੇਵਾ ਕਰ ਰਹੇ, ਇਹਨਾਂ ਦੇ ਹਸਬੈਂਡ ਸਵਰਨ ਸਿੰਘ ਭੰਗੂ ਜੀ ਵੀ ਸੇਵਾ ਕਰ ਰਹੇ ਆ। ਸੋ ਆਓ ਆਪਾਂ ਮੈਮ ਹੋਰਾਂ ਨਾਲ ਅਤੇ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਆ ਉਹਨਾਂ ਨਾਲ ਮਿਲਦੇ ਹਾਂ, ਅਤੇ ਆਜੋ ਮੇਰੇ ਨਾਲ। ਸੋ ਮੈਮ ਇੱਕ ਵਾਰ ਫਿਰ ਤੁਹਾਡੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਹਾਂਜੀ ਹਾਂਜੀ, ਆਓ। ਸਕੂਲ ਆ ਮੈਮ ਆਪਣੇ ਨਾਲ, ਸਰ ਵੀ ਆ। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਇਹ ਨੇ ਪ੍ਰਿੰਸੀਪਲ ਹਰਦੀਪ ਸਿੰਘ ਕਾਲੋ। ਅੱਛਾ ਜੀ, ਪ੍ਰਿੰਸੀਪਲ ਸਾਹਿਬ ਜੀ, ਆਪਣੇ ਬਹੁਤ ਸੋਹਣਾ ਸਕੂਲ ਬਣਿਆ ਹੋਇਆ, ਅਤੇ ਖਾਸ ਤੌਰ 'ਤੇ ਜੋ ਇੱਥੇ ਜੀ ਆਇਆਂ ਨੂੰ ਸਲੋਗਨ ਆ, ਤੁਸੀਂ ਖਾਸ ਤੌਰ 'ਤੇ ਦੇਖ ਸਕਦੇ ਹੋ, ਬਹੁਤ ਸੋਹਣੀ ਗੱਲ ਲਿਖੀ ਆ, ਪੜ੍ਹ ਸਕਦੇ ਹੋ। ਸੋ ਸਕੂਲ ਦੀ ਜੇ ਆਪਾਂ ਬਿਲਡਿੰਗ ਦੇਖੀਏ, ਬਹੁਤ ਖੂਬਸੂਰਤ ਸਕੂਲ ਦੀ ਬਿਲਡਿੰਗ ਬਣੀ ਹੋਈ ਆ।
ਸੋ ਮੈਮ ਆਪਾਂ ਜਿਵੇਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨਾ, ਤੁਸੀਂ ਆਪਣੇ ਬੇਟੇ ਬਾਰੇ ਦੱਸੋ ਵੀ ਉਹਨਾਂ ਦਾ ਨਹੀਂ ਇੰਟਰਸਟ, ਕਿਉਂਕਿ ਤੁਹਾਡਾ ਜਿਵੇਂ ਇਸ ਫੀਲਡ ਦੇ ਵਿੱਚ ਕਾਫੀ ਨਾਮ ਆ ਫਿਲਮਾਂ ਦੇ ਵਿੱਚ, ਉਹਨਾਂ ਨੇ ਨਹੀਂ ਕਦੇ ਫਿਲਮਾਂ ਬਾਰੇ ਸੋਚਿਆ ਜੀ? ਬੇਟੇ ਫਿਲਮ ਲਾਈਨ 'ਚ ਤਾਂ ਨਹੀਂ ਹਜੇ ਆਉਣਾ ਚਾਹੁੰਦਾ ਉਹ, ਹਾਂਜੀ, ਪਰ ਉਹਨੇ ਵੀ ਥੀਏਟਰ ਕੀਤਾ ਛੋਟੇ ਹੁੰਦੇ ਮੇਰੇ ਨਾਲ, ਠੀਕ ਹੈ ਜੀ, ਅਤੇ ਛੋਟੇ ਹੁੰਦਾ ਨਾਟਕ ਕਰਦਾ ਹੁੰਦਾ ਸੀ ਅਤੇ ਉਹ ਗਾਉਂਦਾ ਬਹੁਤ ਸੋਹਣਾ ਗਾਉਂਦਾ, ਠੀਕ ਹੈ ਜੀ, ਅਤੇ ਉਹ ਅੱਜ ਕੱਲ੍ਹ ਆਸਟ੍ਰੇਲੀਆ ਮੈਲਬੋਰਨ ਸ਼ਹਿਰ ਦੇ ਵਿੱਚ ਰਹਿ ਰਿਹਾ, ਅੱਛਾ ਜੀ, ਦੋ ਬੱਚੇ ਨੇ ਉਹਦੇ, ਵਾਈਫ ਹੈ ਪੂਨਮਦੀਪ, ਹਾਂਜੀ, ਪਰ ਉੱਥੋਂ ਦੇ ਹਾਲਾਤ ਤੁਹਾਨੂੰ ਸਾਰਾ ਕੁਛ ਪਤਾ ਜਦੋਂ ਇਕੱਲੇ ਬੰਦੇ ਨੇ ਕੰਮ ਕਰਨਾ, ਕਿਉਂਕਿ ਕੁਛ ਇੰਨਾ ਤਾਂ ਹੈ ਨਹੀਂ ਵੀ ਪਹਿਲਾਂ ਅਸੀਂ ਦੱਸ ਹੀ ਚੁੱਕੇ ਹਾਂ, ਹਾਂਜੀ, ਭਾਵੇਂ ਸਾਡੇ ਕੋਲ ਜੱਦੀ ਪ੍ਰੋਪਰਟੀ ਬਹੁਤ ਜ਼ਿਆਦਾ ਨਹੀਂ, ਹਾਂਜੀ, ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਵੀ ਸਾਡੀ ਕਮਾਈ ਜਿਹੜੀ ਹੈ ਉਹ, ਇਹ ਨਹੀਂ ਹੈਗਾ ਵੀ ਅਸੀਂ ਖਾਂਦੀ ਪੀਂਦੇ ਨਹੀਂ, ਵਧੀਆ ਖਾਂਦੇ ਪੀਂਦੇ ਹਾਂ, ਵਧੀਆ ਪਹਿਨਦੇ ਹਾਂ, ਹਾਂਜੀ, ਪਰ ਸਾਨੂੰ ਇਹ ਲੱਗਦਾ ਹੁੰਦਾ ਕਿ ਲੋਕ ਹਿੱਤਾਂ ਲਈ ਵੀ ਕੁਛ, ਜੇ ਅਸੀਂ ਧਰਤੀ 'ਤੇ ਜੰਮੇ ਹਾਂ ਧਰਤੀ ਮਾਂ ਦਾ ਕੁਛ ਨਾ ਕੁਛ ਕਰਜ਼ ਉਤਾਰ ਸਕੀਏ, ਠੀਕ ਹੈ, ਅਤੇ ਬੇਟਾ ਜਿਹੜਾ ਉਹ ਗਾਉਂਦਾ ਬਹੁਤ ਸੋਹਣਾ, ਪਿੱਛੇ ਜਿਹੜੇ ਕਿੰਨੇ ਗੀਤ ਆਏ ਨੇ, ਠੀਕ ਹੈ, ਅਤੇ ਬਾਪੂ ਪੰਜਾਬ ਸਿੰਘ ਬਹੁਤ ਪਿਆਰ ਦਿੱਤਾ ਲੋਕਾਂ ਨੇ ਬਾਗੀ ਭੰਗੂ, ਉੱਥੇ ਮੈਲਬੋਰਨ 'ਚ ਸਾਰੇ ਜਾਣਦੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਇੱਕ ਨਾਟਕ ਹੋ ਰਿਹਾ, ਮੈਂ ਅੱਜ ਹੀ ਉਹ ਫੇਸਬੁੱਕ 'ਤੇ ਪੜ੍ਹਿਆ, ਉੱਥੇ ਬੇਟਾ ਗਾ ਵੀ ਰਿਹਾ, ਅਤੇ ਉਹਦਾ ਫਿਊਚਰ ਦੇ ਵਿੱਚ ਇਹੀ ਹੈ ਕਿ ਮੈਂ ਆਪਣੇ ਗੀਤ ਕੱਢਾਂ, ਦੋ ਚਾਰ ਗੀਤ ਉਹਦੇ ਆਏ ਵੀ ਹੈਗੇ ਆ, ਕਈ ਗੀਤ ਆਏ ਆ, ਬੜਾ ਪਿਆਰ ਦਿੱਤਾ ਲੋਕਾਂ ਨੇ, ਕਿਉਂਕਿ ਉਹਦੀ ਆਵਾਜ਼ ਵਧੀਆ ਕੁਦਰਤੀ। ਮੈਮ ਇੱਕ ਮੇਰੇ ਦਿਲ ਦੇ ਵਿੱਚ ਅਕਸਰ ਹੀ ਸਵਾਲ ਹੁੰਦਾ ਵੀ ਜਿਵੇਂ ਬਹੁਤੇ ਬੱਚੇ ਅੱਜ ਕੱਲ੍ਹ ਵਿਦੇਸ਼ਾਂ ਨੂੰ ਜਾ ਰਹੇ ਆ, ਤੁਹਾਡਾ ਵੀ ਜੋ ਤੁਸੀਂ ਗੱਲ ਕੀਤੀ ਬੇਟਾ ਵਿਦੇਸ਼ ਚਲਾ ਗਿਆ, ਇੱਥੇ ਵੀ ਵਾਹਿਗੁਰੂ ਦੀ ਕਿਰਪਾ ਵਧੀਆ ਸਾਰਾ ਕੁਛ ਹੈਗਾ, ਕੀ ਤੁਸੀਂ ਸਮਝਦੇ ਕਿਉਂ ਬੱਚੇ ਅੱਜ ਕੱਲ੍ਹ ਵਿਦੇਸ਼ਾਂ ਨੂੰ ਪ੍ਰੈਫਰ ਕਰ ਰਹੇ ਆ ਜੀ? ਬਿਲਕੁਲ ਵਧੀਆ ਸਵਾਲ ਕੀਤਾ। ਅਸੀਂ ਜਿਹੜੀ ਮੈਂ ਅਤੇ ਮੇਰੇ ਹਸਬੈਂਡ ਸਰਦਾਰ ਸਵਰਨ ਸਿੰਘ ਪੰਗੂ, ਅਸੀਂ ਕਦੇ ਵੀ ਨਹੀਂ ਸੀ ਚਾਹਿਆ ਕਿ ਸਾਡਾ ਬੇਟਾ ਉੱਥੇ ਹੋਵੇ, ਹਾਂਜੀ, ਪਲੱਸ ਟੂ ਤੋਂ ਬਾਅਦ ਜਦੋਂ ਉਹਨੇ ਇਹ ਸਵਾਲ ਕੀਤਾ, ਮੇਰੇ ਦੋਸਤ ਮਿੱਤਰ ਜਾ ਰਹੇ ਆ ਲਗਾਤਾਰ, ਜਦੋਂ ਕਿ ਪੰਗੂ ਸਾਹਿਬ ਇੱਕ ਇਹੋ ਜਿਹਾ ਇੰਸਟੀਚਿਊਟ ਚਲਾ ਰਹੇ ਨੇ ਜਿੱਥੇ ਹੋਰ ਬੱਚਿਆਂ ਨੂੰ ਪੜ੍ਹਾਇਆ, ਉਦੋਂ ਤਾਂ ਉਹਨੇ ਫੈਸਲਾ ਲੈ ਲਿਆ, ਹਾਂਜੀ, ਉਦੋਂ ਇਹ ਵੀ ਸੀ, ਦੇਖੋ ਹੁਣ ਜਿਹੜੇ ਲੋਕ ਬੱਚੇ ਹੁਣ ਜਾ ਰਹੇ ਨੇ ਉਹਦੇ ਵਿੱਚ ਇਹ ਹੈ ਕਿ ਇਹਦੀ ਸਾਰੀ ਜ਼ਿੰਮੇਵਾਰ ਸਾਡੀ ਪੋਲੀਟਿਕਸ ਹੈ, ਬਿਲਕੁਲ, ਕਿਉਂਕਿ ਜੇ ਇੱਥੇ ਬੱਚਿਆਂ ਨੂੰ ਕੋਈ ਰੁਜ਼ਗਾਰ ਮੁਹੱਈਆ ਨਹੀਂ, ਖਰਚੇ ਬੱਚਿਆਂ ਦੇ ਜ਼ਿਆਦਾ ਨੇ, ਹਾਂਜੀ, ਪੜ੍ਹਾਈ 'ਤੇ ਇਹਨੇ ਲੱਖਾਂ ਕਰੋੜਾਂ ਰੁਪਇਆ ਖਰਚ ਕਰਕੇ ਬੱਚਾ ਹੁੰਦਾ ਤੇ ਉਹਦੇ ਲਈ ਸਾਹਮਣੇ ਕੁਛ ਵੀ ਨਹੀਂ। ਮੈਨੂੰ ਲੱਗਦਾ ਮੇਨ ਕਾਰਨ ਇਹੀ ਹੈ ਬੱਚਿਆਂ ਦੇ ਬਾਹਰ ਜਾਣ ਦਾ। ਤੁਸੀਂ ਮੰਨਦੇ ਹੋ ਸਰ ਜੀ ਵੀ ਜੋ ਬੱਚੇ ਬਾਹਰ ਜਾ ਰਹੇ ਉਹ ਠੀਕ ਫੈਸਲਾ ਉਹਨਾਂ ਦਾ, ਤੁਸੀਂ ਮੰਨਦੇ ਹੋ ਇਸ ਗੱਲ ਨੂੰ ਜੀ? ਬਸ ਗੱਲ ਮੁੜ ਕੇ ਉੱਥੇ ਆ ਜਾਂਦੀ ਹੈ ਜਿਹੜੀ ਮੈਡਮ ਨੇ ਕਹੀ ਹੈ ਕਿ ਸਾਡਾ ਕੋਈ ਰਾਜਸੀ ਲੋਕਾਂ ਨੇ ਜਿਹੜੀ ਇਹਨੂੰ ਵਿਵਸਥਾ ਨੂੰ ਠੀਕ ਨਹੀਂ ਕੀਤਾ, ਠੀਕ ਹੈ, ਕਿਉਂਕਿ ਅੱਜ ਜਿੰਨੀ ਬੇਰੁਜ਼ਗਾਰੀ ਹੈਗੀ ਹੈ, ਜਿੰਨੀ ਇਹ ਕਹਿ ਲਓ ਵੀ ਸਮਾਜਿਕ ਬੇਇਨਸਾਫੀ ਹੈਗੀ ਹੈ, ਕੋਈ ਰੋਡ ਸਿਕਿਉਰਿਟੀ ਨਹੀਂ, ਕਿੰਨਾ ਕੁਛ ਹੈਗਾ, ਆਲੇ ਦੁਆਲੇ ਦਾ ਮਾਹੌਲ ਵਧੀਆ ਨਹੀਂ ਹੈਗਾ, ਜਿਹਦੇ ਕਰਕੇ ਸਾਡੇ ਬੱਚਿਆਂ ਨੂੰ ਇੱਥੋਂ ਤੱਕ ਕਿ ਉਹਨਾਂ ਦੇ ਮਾਪਿਆਂ ਨੂੰ ਵੀ ਇਹ ਲੱਗਣ ਲੱਗ ਗਿਆ ਵੀ ਹੁਣ ਜੇ ਸਾਡੇ ਬੱਚਿਆਂ ਦਾ ਭਵਿੱਖ ਹੈਗਾ ਤਾਂ ਉਹ ਵਿਦੇਸ਼ਾਂ ਦੇ ਵਿੱਚ ਹੀ। ਵੱਡੀ ਗੱਲ ਮੈਂ ਇੱਕ ਇੱਥੇ ਹੋਰ ਵੀ ਐਡ ਕਰਨਾ ਚਾਹੁੰਦੀ ਹਾਂ ਬੇਟੇ, ਇਕੱਲਾ ਇਕਨੋਮਿਕਲੀ ਨਹੀਂ, ਇਕਨੋਮਿਕਲੀ ਛੱਡੋ, ਬੱਚੇ ਜਿਹੜੇ ਸਾਫ਼ ਸੁਥਰੇ ਬੱਚੇ ਨੇ, ਬਿਨਾਂ ਨਸ਼ੇ ਤੋਂ ਹੈਗੇ ਨੇ, ਘਰਾਂ ਦੇ ਮਾਹੌਲ ਠੀਕ ਨੇ, ਰੋਟੀ ਖਾ ਸਕਦੇ ਨੇ, ਕਮਾ ਉਹਨਾਂ ਕੋ ਕਰ ਸਕਦੇ ਨੇ, ਪਰ ਇੱਥੇ ਆ ਦੇਖੋ ਕਿੰਨੀ ਵਾਇਲੈਂਸ ਹੋ ਰਹੀ ਹੈ, ਸੜਕਾਂ ਸੇਫ ਨਹੀਂ ਹੈਗੀਆਂ, ਹੈਲਥ ਸੇਫ ਨਹੀਂ, ਸਾਡਾ ਐਜੂਕੇਸ਼ਨ ਸਿਸਟਮ ਫੇਲ ਹੈ, ਸਾਡਾ ਬਿਜਲੀ ਮਹਿਕਮਾ ਫੇਲ ਹੈ, ਸਾਰਾ ਢਾਂਚਾ ਤਾਂ ਸਾਡਾ ਫੇਲ ਹੋ ਗਿਆ, ਅਸੀਂ ਬੱਚਿਆਂ ਦੇ ਮੂਹਰੇ ਕੀ ਭਵਿੱਖ ਦਈਏ ਉਹਨਾਂ ਨੂੰ? ਨਹੀਂ ਆਪਾਂ ਚਲੋ ਉਹ ਭਵਿੱਖ ਦੀ ਵੀ ਗੱਲ ਕੀਤੀ, ਪਰ ਬੱਚੇ ਚਲੇ ਜਾਂਦੇ ਆ ਜੀ, ਉੱਥੇ ਜਾ ਕੇ ਉਹਨਾਂ ਦੀਆਂ ਮੈਰਿਜਸ ਹੋ ਜਾਂਦੀਆਂ, ਬੱਚੇ ਹੋ ਜਾਂਦੇ ਆ, ਉਹ ਤਾਂ ਸਾਈਡ ਹੋ ਗਏ, ਜਿਹੜੇ ਮਾਪਿਆਂ ਨੇ ਉਹਨਾਂ ਨੂੰ ਵੀਹ ਪੱਚੀ ਸਾਲ ਪਾਲਿਆ, ਉਹਨਾਂ ਜੋ ਇਕੱਲੇ ਇਕੱਲੇ ਘਰਾਂ ਦੇ ਵਿੱਚ ਬੈਠੇ ਉਹ ਕੀ ਮਹਿਸੂਸ ਕਰਦੇ, ਤੁਸੀਂ ਕਦੇ ਇਹ ਗੱਲ ਬਾਰੇ ਨਹੀਂ ਸੋਚਿਆ? ਬਹੁਤ ਬਹੁਤ ਇਹ ਵਧੀਆ ਤੁਸੀਂ ਇਹ ਸਵਾਲ ਕਰਿਆ, ਇਹ ਤਾਂ ਇੱਕ ਮਾਂ ਜਾਂ ਬਾਪ ਹੀ ਦੱਸ ਸਕਦੇ ਨੇ, ਜਿਵੇਂ ਹੁਣੇ ਤੁਸੀਂ ਘਰੇ ਵੀ ਜਾ ਕੇ ਆਏ ਹੋ, ਅਸੀਂ ਉਹ ਪਿੱਛੇ ਘਰ ਜ਼ਰੂਰ ਬਣਾ ਲਿਆ, ਪਰ ਘਰ ਮੈਨੂੰ ਲੱਗਦਾ ਬੱਚਿਆਂ ਨਾਲ ਹੀ ਹੁੰਦਾ, ਸਹੀ ਗੱਲ ਹੈ ਜੀ, ਤੇ ਮੈਨੂੰ ਅਸੀਂ ਹੁਣ ਉੱਥੇ ਸ਼ਿਫਟ ਕਰਨਾ, ਪਰ ਮੈਨੂੰ ਐਂ ਲੱਗਦਾ ਕਦੇ ਕਦੇ ਵੀ ਕੰਧਾਂ ਦੇ ਘਰ ਨਹੀਂ ਹੁੰਦੇ, ਬੱਚਿਆਂ ਦਾ ਘਰ ਹੁੰਦੇ ਨੇ, ਮਾਂ ਤਾਂ ਪੁੱਤ ਬਿਨਾਂ ਜੋ ਦੇਖਿਆ, ਤੁਸੀਂ ਭਾਵਕ ਵੀ ਹੋ ਗਿਆ, ਸੋਰੀ ਮੇਰਾ ਉਹ ਨਹੀਂ ਸੀ ਵੀ ਤੁਹਾਨੂੰ ਭਾਵ ਕਰੀਏ, ਪਰ ਮਾਂ ਤਾਂ ਜਿੰਨੇ ਚਿਰ ਪੁੱਤ ਨੂੰ ਉਹਨੇ ਦੇਖੇ ਨਾ ਵੀ ਰੋਟੀ ਖਾਧੀ ਹੈ ਕਿ ਨਹੀਂ। ਕਈ ਵਾਰੀ ਨਾ ਮੈਂ ਇਸ ਗੱਲੋਂ ਵੀ ਵਾਰ ਵਾਰ ਡਰ ਜਾਂਦੀ ਹਾਂ ਵੀ ਮੈਂ ਸਾਰਾ ਦਿਨ ਬਾਗੀ ਨੂੰ ਯਾਦ ਕਰਦੀ ਰਹਿੰਦੀ ਹਾਂ ਜਾਂ ਉਹਦੇ ਬੱਚਿਆਂ ਨੂੰ, ਕਿਉਂਕਿ ਅੰਕਲ ਬਹੁਤ ਬਿਜ਼ੀ ਹੁੰਦੇ ਆ। ਅੱਜ ਮੈਂ ਆਪਦੇ ਦਿਲ ਦੀ ਗੱਲ ਥੋੜ੍ਹੇ ਸਾਰਿਆਂ ਦੇ ਸਾਹਮਣੇ ਖੋਲ੍ਹਣਾ ਚਾਹੁੰਦੀ ਹਾਂ ਕਿ ਕਈ ਵਾਰੀ ਮਾਂ ਦਾ ਨਾ, ਮਾਂ ਕਿਤੇ ਵੀ ਕੰਮ ਕਰਦੀ ਹੈ, ਭਾਵੇਂ ਮੈਂ ਫਿਲਮਾਂ 'ਚ ਕੰਮ ਕਰਦੀ ਹਾਂ ਜਾਂ ਮੈਂ ਘਰੇ ਕੰਮ ਕਰਦੀ ਹਾਂ, ਮੇਰੇ ਮੈਨੂੰ ਐਂ ਲੱਗਦਾ ਵੀ ਮੇਰੇ ਦਿਲ ਦੀ ਧੜਕਣ ਉੱਥੇ ਹੀ ਹੈ, ਅਤੇ ਉਹਨੂੰ ਮੈਨੂੰ ਐਂ ਲੱਗਦਾ ਨਹੀਂ, ਮੈਂ ਦਿਨ 'ਚ ਕੋਈ ਦਿਨ ਇਹੋ ਜਿਹਾ ਹੋਵੇ ਜਦੋਂ ਮੈਂ ਉਹਨੂੰ ਐ ਮੈਸੇਜ ਨਾ ਕਰਿਆ ਹੋਵੇ ਵੀ ਬਾਗੀ ਤੁਸੀਂ ਠੀਕ ਹੋ, ਇੱਕ ਬਾਹਰ ਨਾ ਜਾ, ਤੁਸੀਂ ਠੀਕ ਹੋ, ਬੈਠੇ ਬੱਚੇ ਠੀਕ ਨੇ, ਮਤਲਬ ਇਹ ਇੱਕ ਮਮਤਾ ਹੀ ਹੈ ਨਾ ਮਾਂ ਨੂੰ, ਉਹਨੂੰ ਹੁੰਦਾ ਬੇ ਪੁੱਛਾਂ ਮੇਰਾ ਪੁੱਤ ਕਿਵੇਂ ਹੈ, ਬਾਕੀ ਮੈਨੂੰ ਐ ਲੱਗਦਾ ਵੀ ਉਹ ਕਿਹੋ ਜਿਹੀਆਂ ਮਾਂ ਹੈ,
ਜਿਹੜੀਆਂ ਹਾਲਾਤ ਇਹੋ ਜਿਹੇ ਬਣ ਗਏ, ਮੈਂ ਯੰਗ ਜਨਰੇਸ਼ਨ ਦੀ ਗੱਲ ਕਰ ਰਹੀ ਹਾਂ ਵੀ ਛੱਡ ਕੇ ਬੱਚਿਆਂ ਨੂੰ, ਸ਼ਾਇਦ ਉਹਨਾਂ ਦੀ ਕੋਈ ਮਜਬੂਰੀ ਹੁੰਦੀ ਹੋਵੇ। ਮੈਨੂੰ ਲੱਗਦਾ ਹੁੰਦਾ ਵੀ ਮਾਂ ਤਾਂ ਮਾਂ ਹੈ, ਮੈਂ ਨਹੀਂ ਕਹਿੰਦੀ ਉਹਨਾਂ ਨੂੰ ਇਹ ਲਾਂਭਾ ਨਹੀਂ ਦਿੰਦੀ, ਪਰ ਮੈਨੂੰ ਐਂ ਲੱਗਦਾ ਕਿ ਫਿਰ ਉਹ ਮਾਂ ਨਹੀਂ ਰਹਿੰਦੀ ਜਿੱਥੇ ਮਾਂ ਆਪਣੀਆਂ ਸੁੱਖ ਸਹੂਲਤਾਂ ਨਾਲ ਬੱਚੇ ਛੱਡ ਦਿੰਦੀ ਹੈ। ਸੋ ਤੁਸੀਂ ਮੰਨਦੇ ਹੋ ਜੇ ਆਪਣਾ ਦੇਸ਼ ਦਾ ਸਿਸਟਮ ਸੁਧਰ ਜੇ ਤਾਂ ਮਾਵਾਂ ਦੇ ਪੁੱਤ ਨਾ ਇਸ ਦੇਸ਼ ਨੂੰ ਛੱਡਣ, ਇੱਥੇ ਘਰ ਅੱਗੇ ਆਪਾਂ ਦੇਖਦੇ ਸੀ ਪੁਰਾਣੇ ਸਮਿਆਂ 'ਚ 12-12 ਜੀ ਹੁੰਦੇ ਸੀ, ਪਰਿਵਾਰ ਹੁੰਦੇ ਸੀ, ਇਕੱਠੇ ਬਹਿੰਦੇ ਸੀ, ਗੱਲਾਂ ਬਾਤਾਂ ਕਰਦੇ ਸੀ। ਹੁਣ ਉਹ ਤਾਂ ਸਾਰਾ ਕੁਛ ਹੀ ਬੇਟੇ ਐਂ ਖਤਮ ਹੋ ਗਿਆ। ਉਹ ਜਿਹੜੇ ਆਪਾਂ ਇੱਥੇ ਰਹਿੰਦੇ ਹਾਂ ਉਹਨਾਂ ਦਾ ਵੀ ਖਤਮ ਹੈ, ਰਿਸ਼ਤੇ ਖਤਮ ਨੇ। ਰਿਸ਼ਤੇ ਖਤਮ ਤਾਂ ਹੀ ਨੇ ਲੋਕ ਪਦਾਰਥ ਨਾਲ ਜੁੜ ਗਏ। ਬਾਕੀ ਇਹ ਵੀ ਚੀਜ਼ ਹੈ ਵੀ ਜਿਹੜਾ ਪੈਸਾ ਤੁਸੀਂ ਮੰਨਦੇ ਹੋ ਵੀ ਪੈਸਾ ਕੋਈ ਕੰਮ ਨਹੀਂ ਜਿੰਨਾ ਚਿਰ ਆਪਣਾ ਪਰਿਵਾਰ ਹੀ ਨਹੀਂ। ਬਿਲਕੁਲ, ਲੱਖਾਂ ਕਰੋੜਾਂ ਲੋਕੀ ਲਈ ਫਿਰਦੇ ਆ, ਜੀ ਘਰੇ ਕਿ ਕੀ ਆ। ਬਸ ਇਸ ਗੱਲੋਂ ਸਾਨੂੰ ਸੰਤੁਸ਼ਟੀ ਜ਼ਰੂਰ ਹੈ ਵੀ ਜੇ ਬੱਚਾ ਉੱਥੇ ਬੈਠਾ ਉਹਦੀ ਸੋਚ ਵਧੀਆ। ਦੂਜੀ ਗੱਲ ਕਿ ਅਸੀਂ ਕੁਛ ਨਾ ਕੁਛ ਆਪਣੇ ਹਿੱਸੇ ਦਾ ਸਿੱਟ ਰਹੇ ਹਾਂ, ਸਮਾਜ ਲਈ ਕਰ ਰਹੇ ਹਾਂ। ਜਿਵੇਂ ਅੱਗੇ ਸਰ ਨੇ ਸਾਨੂੰ ਦੱਸਿਆ ਵੀ ਤੁਸੀਂ ਇੱਕ ਬੱਚਾ ਨਹੀਂ, ਤੁਹਾਡੇ 100 ਹੀ ਬੱਚੇ ਆ। ਬਿਲਕੁਲ, ਹਰੇਕ ਲਈ ਇੱਥੇ 400 ਬੱਚਾ, ਉਹ ਵੀ ਸਰ ਕਹਿੰਦੇ ਮੈਨੂੰ ਆਪਦਾ ਹੀ ਲੱਗਦਾ, ਇਹ ਲੱਗਿਆ ਨਹੀਂ ਕਿਤੇ ਬਗਾਨਾ ਹੋਣਾ। ਸੋ ਬਹੁਤ ਵੱਡੀ ਗੱਲ ਆ। ਸੋ ਸੋਰੀ, ਤੁਹਾਨੂੰ ਅਸੀਂ ਭਾਵਕ ਕੀਤਾ, ਪਰ ਤੁਹਾਡੇ ਮੂੰਹ ਅਸੀਂ ਸੁਣਨਾ ਚਾਹੁੰਦੇ ਵੀ ਦਰਸ਼ਕ ਆ ਨਾ ਜਾਣ ਸਕਣ ਜੀ। ਤੇ ਮੈਮ ਹੁਣ ਚਲੋ ਆਪਾਂ ਥੋੜਾ ਜਿਹਾ ਹਾਸੇ ਵੱਲ ਚੱਲਦੇ ਹਾਂ, ਤੇ ਤੁਸੀਂ ਜਿਵੇਂ ਨਾ ਫਿਲਮਾਂ ਦੇ ਵਿੱਚ ਕਾਫੀ ਰੋਲ ਕੀਤੇ ਆ, ਤੁਸੀਂ ਹੁਣ ਸਾਨੂੰ ਸਰ ਦੇ ਨਾਲ ਕੋਈ ਰੋਲ ਆਪਦਾ ਕੋਈ ਡਾਇਲੋਗ ਕਮੇਡੀ ਕਰਕੇ ਦਿਖਾਓ, ਹਨਾ? ਕਿਉਂਕਿ ਤੁਸੀਂ ਹੋਰ ਜਿਵੇਂ ਰੌਣੀ ਭਾਜੀ ਹੋ ਗਏ, ਉਹਨਾਂ ਨੂੰ ਬੜਾ ਝਟਕਦੇ ਆ ਉਹ ਕਰਕੇ, ਹਨਾ, ਕੁਛ ਜਾਂ ਹੋਰ, ਇਹਨਾਂ ਨੂੰ ਤੁਸੀਂ ਸਾਨੂੰ ਅੱਜ ਕਰਕੇ ਦਿਖਾਉਣਾ? ਨਹੀਂ, ਮੈਨੂੰ ਐਂ ਲੱਗਦਾ ਕਿ ਜਦੋਂ ਤੁਹਾਡੇ ਮੂਹਰਲਾ ਕਰੈਕਟਰ ਇਹੋ ਜਿਹਾ ਹੋਵੇ ਨਾ, ਉਹਨੂੰ ਫੇਰ ਹੀ ਝਟਕਿਆ ਜਾ ਸਕਦਾ। ਹੁਣ ਇਹ ਮੂਹਰਲਾ ਕਰੈਕਟਰ ਤਾਂ ਇੰਨਾ ਪੋਲਾਈਟ ਹੈ, ਥੋੜਾ ਜਿਹਾ ਗੇਟ ਤੇ ਦੇਖ ਲਿਆ ਸੀ ਤੁਸੀਂ ਝਟਕੇ। ਹਾਂ ਸਰ, ਹਾਂ, ਜਿਵੇਂ ਉਹ ਇਹ ਮੇਰੇ ਸਮਾਜ ਸੁਭਾਅ ਨੂੰ ਨਾ ਸਮਝ ਸਕੇ ਆ। ਮੈਂ ਦਰਸ਼ਕਾਂ ਨੂੰ ਅੱਜ ਇਹੀ ਕਹਿਣਾ ਚਾਹੂੰਗੀ ਵੀ ਕਦੇ ਵੀ ਊਂ ਤਾਂ ਇਹ ਲੱਗਦਾ ਹੁੰਦਾ ਵੀ ਬੰਦੇ ਦੀ ਜਿਹੜੀ ਬੋਲਬਾਣੀ ਹੈ ਨਾ, ਹਾਂਜੀ ਹਾਂਜੀ, ਆਮ ਕਹਾਵਤ ਹੈ ਵੀ ਉਹ ਤੋਂ ਹੀ ਉਹ ਪਛਾਣਿਆ ਜਾਂਦਾ। ਪਰ ਕੁਛ ਜਿਹੜਾ ਭੰਗੂ ਸਾਹਿਬ ਨੇ ਪਹਿਲਾਂ ਕਿਹਾ ਸੀ, ਕੁਛ ਬੰਦੇ ਜ਼ਰੂਰੀ ਨਹੀਂ ਜਿਹੜੇ ਉਹ ਬਹੁਤ ਮਿੱਠੇ ਹੁੰਦੇ ਨੇ, ਵੀ ਉਹ ਬੰਦੇ ਅੰਦਰੋਂ ਵੀ ਚੰਗੇ ਹੁੰਦੇ ਨੇ। ਮੈਂ ਆਪਣਾ ਕੋਈ ਮਾਣਨਾ ਨਹੀਂ ਕਹਿ ਸਕਦੀ ਵੀ ਮੈਂ ਹੀ ਚੰਗੀ ਹਾਂ, ਇਹ ਕਦੇ ਵੀ ਨਹੀਂ ਹੁੰਦਾ। ਦੁਨੀਆ 'ਚ ਬਹੁਤ ਚੰਗੇ ਲੋਕ ਪਏ ਆ, ਉਹ ਚੰਗੇ ਲੋਕਾਂ ਕਰਕੇ ਮੈਂ ਹਾਂ। ਸਿਆਣੇ ਕਹਿੰਦੇ ਨੇ ਵੀ ਬੋਲਣ ਵਾਲੇ ਦਾ ਪਤਾ ਲੱਗ ਗਿਆ, ਚੁੱਪ ਕੀਤੇ ਤੋਂ ਬਚ ਕੇ ਰਹੋ, ਬਚ ਕੇ ਰਹੋ। ਉਹ ਕਈ ਵਾਰ ਤਾਂ ਇਹ ਇਸੇ ਕਰਕੇ ਲੜ ਪੈਂਦੀ ਹੈ ਵੀ ਤੂੰ ਮੇਰੇ ਨਾਲ ਲੜਦਾ ਕਿਉਂ ਨਹੀਂ, ਯਾਦ ਹੋਵੇ ਅੰਕਲ ਚਾਹੇ ਨਾ ਹੀ ਬੋਲਣ, ਕੋਈ ਗੱਲ ਨੀ, ਤੁਸੀਂ ਕੋਈ ਨਾ ਕੋਈ ਕਰਕੇ ਦਿਖਾਓ ਜੀ। ਲੈ ਹੁਣ ਬਈ ਇਹ ਤੁਸੀਂ ਮੈਨੂੰ ਡਾਇਲੋਗ ਦਿਓ ਫਿਰ ਮੈਂ ਬੋਲੂਗੀ, ਉੱਥੇ ਤਾਂ ਸਾਨੂੰ ਸਕ੍ਰਿਪਟ ਦਿੰਦੇ। ਤੁਸੀਂ ਨਾ ਮੈਨੂੰ ਉਹ ਕਰਕੇ ਦਿਖਾਓ ਵੀ ਜਿਹੜਾ ਤੁਸੀਂ ਇੱਕ MLA ਉਹਦੇ ਵਿੱਚ ਤਾਂ ਰੋਸ਼ਨ ਪ੍ਰਿੰਸ ਦੀ ਮੂਵੀ ਸੀਗੀ ਜਿਹਦੇ 'ਚ ਉਹ ਕਹਿੰਦਾ ਵੀ CM ਬੁਲਾਵਾਂਗੇ ਵਿਆਹ ਦੇ ਵਿੱਚ, ਜਾਂ ਉਹ ਵਾਲਾ ਤੁਹਾਨੂੰ ਯਾਦ ਹੋਊਗਾ ਜੀ, CM ਨਹੀਂ ਕਹਿੰਦਾ, ਉਹ ਕਹਿੰਦਾ ਤੂੰ ਗੱਲਾਂ ਵਾਲਾ ਹੀ ਆ, CM ਕੀ ਬੁਲਾਉਣਾ। ਫਿਰ ਉਹਦਾ ਚੱਲ MLA ਤਾਂ ਆਊਗਾ ਹੀ ਵਿਆਹ 'ਤੇ, ਫਿਰ ਕਹਿੰਦਾ ਸਰਪੰਚ ਤਾਂ ਆਊਗਾ ਹੀ, ਰੌਣੀ ਭਾਅ ਜੀ ਕਹਿੰਦੇ ਹੁੰਦੇ ਆ, ਯਾਦ ਆ ਤੁਹਾਨੂੰ ਉਹ ਜੀ? ਹਾਂ ਮੈਨੂੰ ਯਾਦ ਆ, ਪਰ ਮੈਂ ਇਹੀ ਕਹਿ ਸਕਦੀ ਹਾਂ, ਸਮਝਦਾ ਦੇਖ ਆਪਣੇ ਆਪ ਨੂੰ ਕੀ ਹੈ, ਤੇਰੇ ਆਖੇ ਤਾਂ ਕੋਈ ਸਰਪੰਚ ਨਹੀਂ ਆਉਂਦਾ ਪਿੰਡ ਦਾ, ਹੱਦ ਹੋ ਗਈ। ਚਲੋ ਠੀਕ ਹੈ, ਅੰਕਲ ਤਾਂ ਹੱਸ ਕੇ ਜਵਾਬ ਦੇ ਦੇਣਾ ਜੀ। ਸੋ ਮੈਮ ਹੁਣ ਆਪਾਂ ਤੁਹਾਡੇ ਫਿਲਮੀ ਕਰੀਅਰ ਦੀ ਜੇ ਗੱਲ ਕਰੀਏ, ਫਿਲਮਾਂ ਤੁਸੀਂ ਹੁਣ ਤੱਕ ਕਿੰਨੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹੋ ਜੀ? ਫਿਲਮਾਂ ਹੁਣ ਮੈਂ ਗਿਣਤੀ ਤਾਂ ਨਹੀਂ ਕਰੀ, ਮੈਨੂੰ ਲੱਗਦਾ ਸੈਂਕੜੀ ਫਿਲਮਾਂ ਕਰ ਲਈਆਂ ਰਾਜੇ। ਠੀਕ ਹੈ। ਤੇ ਇਹ ਮੇਰੇ ਲੋਕਾਂ ਦਾ ਹੀ ਪਿਆਰ ਹੈ, ਲੋਕਾਂ ਨੇ ਮੈਨੂੰ ਇਸ ਗੱਲੋਂ ਬਹੁਤ ਚੰਗਾ ਲੱਗਦਾ, ਲੋਕਾਂ ਨੇ ਬਹੁਤ ਪਿਆਰ ਦਿੱਤਾ, ਭਾਵੇਂ ਕਿ ਸਾਰੇ ਕਹਿੰਦੇ ਆ ਵੀ ਅੱਖੜ ਆ ਇਹ ਕਿਵੇਂ ਵੀ ਹੈ, ਪਰ ਮੈਨੂੰ ਨਹੀਂ ਸਮਝ ਆਈ, ਲੋਕ ਫਿਰ ਵੀ ਬਹੁਤ ਪਿਆਰ ਕਰਦੇ ਆ, ਤੇ ਮੈਂ ਲੋਕਾਂ ਦੀ ਸਦਾ ਰਿਣੀ ਵੀ ਰਹੂੰਗੀ ਇਸ ਗੱਲ ਦੀ। ਠੀਕ ਹੈ ਜੀ। ਤੁਸੀਂ ਜਿਵੇਂ ਬਾਲੀਵੁੱਡ ਫਿਲਮ ਦੇ ਵਿੱਚ ਵੀ ਕੰਮ ਕੀਤਾ ਨਾ, ਉਹ ਫਿਰ ਤੁਹਾਨੂੰ ਕਿਵੇਂ ਮੌਕਾ ਮਿਲਿਆ ਸੀ? ਉਹ ਇੱਥੇ ਇੱਕ ਆਡੀਸ਼ਨ ਹੋਇਆ ਸੀਗਾ, ਤੇ ਮੈਨੂੰ ਇਹ ਲੱਗਿਆ, ਮੈਂ ਪੰਕਜ ਕਪੂਰ ਦੀ ਬਹੁਤ ਵੱਡੀ ਫੈਨ ਹਾਂ ਕਿਉਂਕਿ ਉਹਨਾਂ ਨੇ ਬਹੁਤ ਥੀਏਟਰ ਕੀਤਾ, ਬਹੁਤ ਕੰਮ ਕੀਤਾ, ਤੇ ਮੈਂ ਆਡੀਸ਼ਨ ਦਿੱਤਾ ਸੀ ਜਿੱਥੋਂ ਮੇਰੀ ਉਹਨਾਂ ਨੇ ਸਿਲੈਕਸ਼ਨ ਕਰ ਲਈ, ਤੇ ਨਾ ਮੈਨੂੰ ਮੌਕਾ ਮਿਲਿਆ। ਬਾਲੀਵੁੱਡ ਫਿਲਮ 'ਚ ਕੰਮ ਕੀਤਾ? ਹਾਂਜੀ, ਇੱਕ ਮੈਂ ਬਿੱਟੂ ਬੌਸ ਕੀਤੀ, ਇੱਕ ਹੁਣ ਵੀ ਮੈਨੂੰ ਆਈਆਂ ਦੋ ਚਾਰ ਆਫਰਾਂ ਹਿੰਦੀ ਮੂਵੀਜ਼ ਦੀਆਂ, ਇੱਥੇ ਉਦੋਂ ਬਿਜ਼ੀ ਸੀ ਅਤੇ ਮੈਂ ਇਹ ਨਹੀਂ ਹੈਗਾ ਵੀ ਮੈਂ ਹਿੰਦੀ ਮੂਵੀਜ਼ ਕਰਨੀਆਂ ਨਹੀਂ। ਠੀਕ ਹੈ ਜੀ। ਮੈਮ ਇੱਕ ਨਾ ਸਵਾਲ ਪਤਾ ਨਹੀਂ ਪੁੱਛਣਾ ਚਾਹੀਦਾ ਕਿ ਬਹੁਤ ਸਾਰੀਆਂ ਨਾ ਕੁੜੀਆਂ ਜੋ ਅੱਜ ਕੱਲ੍ਹ ਆ ਰਹੀਆਂ ਇੰਡਸਟਰੀ ਦੇ ਵਿੱਚ, ਉਹ ਕਾਫੀ ਸਵਾਲ ਜਵਾਬ ਕਰਦੇ ਵੀ ਸਾਡੇ ਨਾਲ ਆਏ ਹੋਇਆ, ਉਹ ਬਾਅਦ 'ਚ ਬੋਲਦੇ, ਤੁਸੀਂ ਉਹਦੇ ਬਾਰੇ ਕੀ ਸਮਝਦੇ ਵੀ ਇੰਡਸਟਰੀ 'ਚ ਇਸ ਤਰ੍ਹਾਂ ਕਿਉਂ ਹੋ ਰਿਹਾ ਜੀ? ਬੇਟਾ ਦੇਖੋ, ਇਹ ਸਾਡੇ 'ਤੇ ਵੀ ਆਪਣੇ ਆਪ 'ਤੇ ਵੀ ਡਿਪੈਂਡ ਹੁੰਦਾ, ਮੈਂ ਮੰਨਦੀ ਹਾਂ ਹੋਇਆ ਹੋਊ, ਨਹੀਂ ਝੂਠ ਬੋਲਿਆ ਉਹਨਾਂ ਨੇ, ਹਾਂਜੀ, ਪਰ ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਮੈਂ ਤਾਂ ਇਹ ਕਹਿੰਦੀ ਹਾਂ ਕਿ ਜਿਹੜੀ ਇੱਕ ਔਰਤ ਹੈ ਨਾ, ਉਹਦੇ ਅੱਖ 'ਚ ਅੱਗ ਹੋਣੀ ਚਾਹੀਦੀ ਹੈ। ਸਹੀ ਗੱਲ ਹੈ। ਫਿਰ ਤੁਹਾਡੇ ਬੋਲਚਾਲ ਤੋਂ, ਤੁਹਾਡੇ ਬਿਹੇਵ ਤੋਂ, ਤੁਸੀਂ ਕਿਸੇ ਨਾਲ ਕਿਸੇ ਪ੍ਰਤੀ ਔਲਾਰ ਕਿਸ ਤਰੀਕੇ ਨਾਲ ਹੁੰਦੇ ਹੋ ਸਕਦਾ ਬੇਟੇ, ਪਰ ਮੇਰੇ ਇਹੋ ਜਿਹੀ ਗੱਲ ਨਾ ਹੀ ਤਾਂ ਧਿਆਨ 'ਚ ਆਈ ਹੈ, ਅਤੇ ਸੁਣਿਆ ਮੈਂ ਵੀ ਹੈ, ਪਰ ਮੈਨੂੰ ਇਹ ਲੱਗਦਾ ਕਿ ਫਿਰ ਉਹ ਇਸ ਤਰੀਕੇ ਨਾਲ ਸਹਿ ਕਿਵੇਂ ਲੈਂਦੇ ਹੈ? ਜ਼ਰੂਰੀ ਨਹੀਂ ਤੁਸੀਂ ਫਿਰ ਉਹ ਕੰਮ ਕਰੋ, ਤੁਸੀਂ ਆਪਣੇ ਆਪ
ਤੁਹਾਡੇ 'ਚ ਆਪਣੇ ਆਪ ਇੰਨੀ ਕਾਬਲੀਅਤ ਹੋਣੀ ਚਾਹੀਦੀ ਹੈ ਕਿ ਤੁਸੀਂ ਤੁਹਾਨੂੰ ਕੰਮ ਲੈਣ ਲਈ ਜਾਂ ਅਸੀਂ ਕਿਹੜਾ ਭੀਖ ਮੰਗਦੇ ਹਾਂ, ਭੀਖ ਮੰਗਣ ਲਈ ਇਹੋ ਜਿਹੇ ਸਮਝੌਤੇ ਨਾ ਕਰੋ। ਠੀਕ ਹੈ ਜੀ, ਸੋ ਤੁਸੀਂ ਮੰਨਦੇ ਹੋ ਇਹ ਚੀਜ਼ ਲਈ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ ਜ਼ਿਆਦਾਤਰ ਜੀ? ਬੇਟਾ ਜ਼ਿੰਮੇਵਾਰ ਤਾਂ ਚਲੋ ਹਾਲਾਤ ਨੇ, ਹਾਂਜੀ ਹਾਲਾਤ ਹੈ ਜੇ ਕੁੜੀਆਂ ਦੇ ਇੱਦਾਂ ਉਹਨਾਂ ਦੀ ਕੋਈ ਐਂ ਲੱਗਦਾ ਵੀ ਉਹਨਾਂ ਨੇ ਇਸ ਪਾਸੇ ਆਉਣਾ, ਪਰ ਫਿਰ ਵੀ ਮੈਂ ਕਹਿੰਦਾ ਵੀ ਉਹ ਬਹੁਤ ਮਿਹਨਤ ਕਰਨ, ਇੱਕ ਨਾ ਇੱਕ ਦਿਨ ਜੇ ਉਹਨਾਂ ਦੇ ਅੰਦਰ ਕੋਈ ਮਿਹਨਤ ਦੀ ਭਾਵਨਾ, ਕੰਮ ਕਰਨ ਦੀ ਇੱਛਾ ਹੈ, ਇੱਕ ਦਿਨ ਜ਼ਰੂਰ ਆਉਂਦਾ ਹੈ। ਅਰਦਾਸ ਹੋਣ ਦੀ ਲੋੜ ਨਹੀਂ, ਸਮਝੌਤਾ ਕਰਨ ਦੀ ਲੋੜ ਨਹੀਂ, ਕਿਉਂਕਿ ਲੋਕਾਂ ਨੇ ਮਨ ਦੇ ਵਿੱਚ ਭਰਮ ਬਣ ਚੁੱਕਿਆ ਵੀ ਰੋਲ ਹੀ ਨਹੀਂ ਮਿਲਣਾ ਜੇ ਸਾਨੂੰ ਚੰਗਾ, ਨਹੀਂ ਨਹੀਂ ਐਦਾਂ ਕੁਝ ਨਹੀਂ ਹੁੰਦਾ, ਕਿਉਂਕਿ ਇੱਥੇ ਕਾਫੀ ਲੋਕ ਬਿਊਟੀ ਵਿਖਾਉਣ ਦੀ ਕੋਸ਼ਿਸ਼ ਕਰਦੇ, ਇੱਕ ਆਪਣਾ ਟੈਲੈਂਟ ਜੇ ਅੱਗੇ ਲੈ ਕੇ। ਬਿਲਕੁਲ ਬਿਲਕੁਲ, ਹੁਣ ਉਹ ਸਮਾਂ ਨਿਕਲ ਗਿਆ, ਪਹਿਲਾਂ ਸਮਾਂ ਹੁੰਦਾ ਸੀਗਾ ਕਿ ਸਕਰੀਨ ਦੇ ਉੱਤੇ ਕੋਈ ਬੰਦਾ ਤੁਹਾਨੂੰ ਬਹੁਤ ਸੋਹਣਾ ਲੱਗਦਾ, ਤੁਸੀਂ ਦੇਖੋ ਅੱਜ ਕੱਲ੍ਹ ਕਰੈਕਟਰ ਰੋਲ ਕਿੰਨੇ ਚੱਲ ਰਹੇ ਨੇ, ਅਤੇ ਮੈਂ ਕਹਿੰਦੀ ਹਾਂ ਅੱਜ ਕੱਲ੍ਹ ਰੋਲ ਹੀ ਉਹ ਚੱਲ ਰਹੇ ਨੇ ਜਿਹੜਾ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਨਿਭਾ ਜਾਂਦਾ। ਠੀਕ ਹੈ, ਫਿਰ ਜੇ ਐਂ ਸੋਹਣੇ ਵਾਲੀ ਗੱਲ ਹੁੰਦੀ, ਮੈਨੂੰ ਤਾਂ ਲੱਗਦਾ ਨਹੀਂ ਕਿ ਗੁਰਪ੍ਰੀਤ ਭੰਗੂ ਬਹੁਤ ਹੈਗੀ ਬਈ ਐਸ਼ ਵਰਿਆਰਾ, ਅਤੇ ਮੈਨੂੰ ਪ੍ਰਾਊਡ ਹੈ, ਮੈਨੂੰ ਫੀਲ ਹੈ। ਤੁਸੀਂ ਇਹ ਗੱਲ ਆਪਣਾ ਕਰੋ, ਅੰਕਲ ਨੂੰ ਪੁੱਛੋ, ਉਹ ਅੰਕਲ ਨੂੰ ਤਾਂ ਐਸ਼ ਵਰਿਆਰਾ ਦੱਸੋ, ਅੰਕਲ ਲੱਗਦੇ ਕਿ ਨਹੀਂ ਜੀ ਮੈਮ? ਠੀਕ ਅੰਕਲ ਨੇ ਕਹਿ ਰਿਹਾ ਤਾਂ ਸਹੀ ਹੈ, ਤਾਂ ਹੀ ਉਹਨਾਂ ਨੇ ਨਾ ਕਰਾਇਆ। ਨਹੀਂ ਇਹ ਤਾਂ ਮੈਂ ਜੇ ਸਾਡਾ ਵਿਆਹ ਹੋਇਆ ਨਾ ਉਦੋਂ ਵੀ ਅੰਕਲ ਨੂੰ ਕਹਿ ਦਿੰਦੀ ਸੀ ਵੀ ਸਵਾ, ਇਹਨਾਂ ਦੀ ਸਾਰੀ ਫੈਮਿਲੀ ਦੇਖਣ ਨੂੰ ਬਹੁਤ ਸੋਹਣੀ ਹੈ, ਅਤੇ ਉਦੋਂ ਮੇਰੇ 'ਚ ਇਨਫੀਰੀਅਰਟੀ ਜ਼ਰੂਰ ਸੀਗੀ, ਪਰ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਹਮੇਸ਼ਾ ਆਪਦੇ 'ਤੇ ਕੌਨਫੀਡੈਂਸ ਵੀ ਰਿਹਾ, ਮੈਨੂੰ ਮਾਣ ਬਹੁਤ ਰਿਹਾ। ਬੰਦੇ ਦੀ ਇੰਟਰਨਲ ਬਿਊਟੀ ਬਹੁਤ ਵੱਡੀ ਚੀਜ਼, ਬਹੁਤ ਵੱਡੀ, ਬਹੁਤ। ਜੇ ਬੰਦਾ ਕੌਨਫੀਡੈਂਟ ਆ ਤਾਂ ਉਹ ਸੋਹਣਾ ਲੱਗੂ, ਜੇ ਬੰਦਾ ਸੋਹਣਾ ਹੈਗਾ ਵੀ ਉਹ ਕੌਨਫੀਡੈਂਟ ਨਹੀਂ ਗਾ, ਉਹਨੂੰ ਕਦੇ ਵੀ ਸੋਹਣਾ ਲੱਗੂ। ਬਿਲਕੁਲ ਬਿਲਕੁਲ, ਇਹ ਦੱਸਦੀ ਹਾਂ ਬੇਟੇ ਇੱਥੋਂ ਦੀ ਤਾਂ ਵੀ ਜਿਹੜਾ ਕੌਨਫੀਡੈਂਸ ਵਾਲੀ ਗੱਲ ਹੈ, ਮੇਰੇ ਯਾਦ ਆ ਗਈ, ਮੈਂ ਜਦੋਂ ਟ੍ਰੇਨਿੰਗ ਕਰਨ ਜਾਣਾ ਸੀ, ਮੇਰੀ ਇੱਕ ਇੰਟਰਵਿਊ, ਹੁਣ ਸਾਡੀ ਫਿਜ਼ੀਕਲੀ ਇੰਟਰਵਿਊ ਹੁੰਦੀ ਹੈ, ਹਾਂਜੀ, ਉਹ ਟੈਸਟ 27 ਸਕਿੰਟ 'ਚ ਕਲੀਅਰ ਕਰਨਾ ਸੀ ਫਿਜ਼ੀਕਲੀ, ਹਾਂਜੀ, ਜਿਹਦੇ ਵਿੱਚ 100 ਮੀਟਰ ਦੌੜ ਕੇ ਜਾਣਾ ਹੁੰਦਾ, ਫਿਰ ਬਰਾਬਰ ਵੇਟ ਚੱਕ ਕੇ ਭੱਜਣਾ ਹੁੰਦਾ, ਫਿਰ ਇੱਕ ਪਿੱਚ ਹੁੰਦੀ ਹੈ, ਹਾਈ ਜੰਪ ਕਰਨਾ ਹੁੰਦਾ, ਐਂਡ 'ਤੇ ਫਿਨਿਸ਼ ਕਰਨਾ ਹੁੰਦਾ। ਮੇਰੇ ਫਾਦਰ ਸੀ ਮੇਰੇ ਨਾਲ, ਉਹ ਬਹੁਤੇ ਪੜ੍ਹੇ ਲਿਖੇ ਤਾਂ ਨਹੀਂ ਸੀ, ਕੌਨਫੀਡੈਂਸ ਉਹਨਾਂ ਨੂੰ ਵੀ ਬਹੁਤ ਸੀ, ਕਦੇ ਉਹਨਾਂ ਨੂੰ ਐਂ ਨਹੀਂ ਹੋਇਆ, ਕਦੇ ਮੈਨੂੰ ਨਹੀਂ ਸੀ ਮਹਿਸੂਸ ਹੋਇਆ ਵੀ ਮੇਰੇ ਪਿਓ ਦੇ ਚਾਦਰਾ ਕੁੜਤਾ ਜਾਂ ਪਾਇਆ ਮਾਲਵੇ ਦਾ, ਅਤੇ ਹਾਏ ਮੈਂ ਨਹੀਂ ਇਹਨੂੰ ਨਾਲ ਲੈ ਕੇ ਜਾਣਾ, ਨਾ, ਮੈਨੂੰ ਲੱਗਦਾ ਕਿ ਜਿਹੜਾ ਮੇਰਾ ਪਿਓ ਤਾਂ ਮੇਰੇ ਹੀ ਹੈ, ਹਾਂਜੀ ਬਿਲਕੁਲ, ਮੈਂ ਇਹਦੀ ਧੀ ਹੈ, ਮੈਨੂੰ ਪੜ੍ਹਾ ਰਿਹਾ ਉਹ। ਅਤੇ ਜਦੋਂ ਪਹਿਲਾਂ ਮੈਂ ਜਦੋਂ ਗਰਾਊਂਡ 'ਚ ਖੜ੍ਹੀ ਟੈਸਟ ਲਈ, ਉੱਥੇ ਪਟਿਆਲੇ ਫਿਜ਼ੀਕਲ ਕਾਲਜ 'ਚ ਸੀ, ਸ਼ਹਿਰ ਦੀਆਂ ਕੁੜੀਆਂ ਜਿਨ੍ਹਾਂ ਦੇ ਕਿੱਟ ਪਾਈ ਹੋਈ ਆ ਬਹੁਤ ਐਕਟਿਵ, ਅਤੇ ਮੈਨੂੰ ਇੱਕਦਮ ਐਂ ਜਿਹਾ ਲੱਗਿਆ ਵੀ ਮੇਰੇ ਸਲਵਾਰ ਸੂਟ ਪਾਇਆ, ਅਤੇ ਮੈਨੂੰ ਇੱਕਦਮ ਐਂ ਜਿਹਾ ਲੱਗਿਆ। ਅਤੇ ਮੇਰੇ ਫਾਦਰ ਕਹਿੰਦੇ ਇਹ ਜਿਹੜੀਆਂ ਕੁੜੀਆਂ ਤੈਨੂੰ ਦੇਖਣ ਨੂੰ ਲੱਗਦੀਆਂ ਨਾ ਪੁੱਤ, ਇਹਨਾਂ ਤੋਂ ਤਾਂ ਉੱਥੋਂ ਤੱਕ ਵੀ ਨਹੀਂ ਦੌੜਿਆ ਜਾਣਾ, ਅਤੇ ਤੂੰ ਹਰ ਰੋਜ਼ ਜਦ ਖੇਤਾਂ 'ਚ ਮੇਰੇ ਨਾਲ ਜਾਂ ਗਰਾਊਂਡ 'ਚ ਚੱਕਰ ਲਾਉਂਦੀ ਰਹੀ ਹੈ, ਉਹ ਤੇਰਾ ਅੱਜ ਕਿੱਥੇ ਗਿਆ? ਸਹੀ ਗੱਲ ਹੈ ਜੀ। ਅਤੇ ਮੈਂ ਉੱਥੋਂ ਇੰਨੀ ਪੁਸ਼ਅਪ ਹੋਈ, ਜਿਹੜਾ 27 ਸਕਿੰਟ ਦਾ ਟੈਸਟ ਸੀ ਮੈਂ 23 ਸਕਿੰਟ 'ਚ ਕਲੀਅਰ ਕਰ ਗਈ। ਸੋ ਵੇਖੋ ਇਹੀ ਹੁੰਦਾ, ਬੂਸਟ ਹੋਣਾ ਬੰਦੇ ਨੇ ਨਾ ਜੀ। ਸਾਡੀ ਉਦੋਂ ਇੰਟਰਵਿਊ ਵੀ ਮਿਲਖਾ ਸਿੰਘ ਨੇ ਲਈ ਸੀ। ਅੱਛਾ, ਮੈਨੂੰ ਇਹ ਵੀ ਯਾਦ ਹੈ। ਮੈਮ ਜਿਵੇਂ ਤੁਸੀਂ ਸਪੋਰਟਸ ਦੇ ਚੰਗੇ ਪਲੇਅਰ ਰਹੇ ਹੋ ਨਾ, ਸਪੋਰਟਸ ਤੁਹਾਡੀ ਰੁਚੀ ਰਹੀ ਹੈ, ਫਿਰ ਤੁਸੀਂ ਫਿਲਮਾਂ 'ਚ ਕਿਵੇਂ ਆ ਗਏ ਜੀ? ਇਹ ਤਾਂ ਉਹੀ ਗੱਲ ਥੀਏਟਰ ਨਾਲ, ਕਿਉਂਕਿ ਮੈਂ ਸਪੋਰਟਸ ਦੇ ਨਾਲ, ਮੈਨੂੰ ਤਾਂ ਇਹ ਲੱਗਦਾ ਵੀ ਮੈਂ ਤਾਂ ਆਲਰਾਊਂਡਰ ਸੀ। ਦੇਖੋ ਮੈਂ ਪੜ੍ਹਾਈ ਤੁਸੀਂ ਬੀਪੀਐਡ ਕੀਤੀ ਨਾ ਜੀ? ਹਾਂ, ਉਸ ਤੋਂ ਬਾਅਦ ਮੈਂ ਐਮਏ ਵੀ ਪੋਲ ਸਾਇੰਸ, ਦੇਖੋ ਮੇਰੀਆਂ ਲਾਈਨਾਂ ਕਿੰਨੀਆਂ ਚੇਂਜ ਹੈ, ਐਮਏ ਪੋਲ ਸਾਇੰਸ, ਮੈਂ ਬੀਐਡ ਕੀਤੀ, ਫਿਜ਼ੀਕਲ ਕਾਲਜ ਤੋਂ ਟ੍ਰੇਨਿੰਗ ਕੀਤੀ, ਪਹਿਲਾਂ ਮੈਂ ਪੀਟੀ ਦੀ ਪੋਸਟ 'ਤੇ ਰਹੀ, ਉਸ ਤੋਂ ਬਾਅਦ ਮੈਂ ਬੀਐਡ ਦੀ ਪੋਸਟ 'ਤੇ ਰਹੀ। ਮੈਨੂੰ ਖੁਸ਼ੀ ਦੀ ਗੱਲ ਇਹ ਹੋਈ ਕਿ ਮੇਰੇ ਹਸਬੈਂਡ ਐਜੂਕੇਸ਼ਨ ਨਾਲ ਜੁੜੇ ਹੋਣ ਕਰਕੇ ਸਾਹਿਤ ਪੜ੍ਹਨ ਨਾਲ, ਬੀਐਡ ਮੈਂ ਮੇਰੇ ਬੇਟੇ ਤੋਂ ਵੀ ਬਾਅਦ ਕੀਤੀ ਹੈ, ਇਹਨਾਂ ਦੀ ਇੰਸਪੀਰੇਸ਼ਨ ਨਾਲ। ਮੈਨੂੰ ਯਾਦ ਹੈ ਲਾਸਟ ਦਿਨ ਸੀ ਜਦੋਂ ਮੇਰੀ ਫੀਸ ਭਰ ਕੇ ਆਇਆ ਵੀ ਤੂੰ ਬੀਐਡ ਕਰ ਲਾ। ਠੀਕ ਹੈ, ਜੋਬ ਫਿਰ ਤੁਸੀਂ ਕਿੰਨੇ ਸਾਲ ਕੀਤੀ ਜੀ? ਜੋਬ ਮੈਂ ਲਗਭਗ 30 ਸਾਲ। ਤੁਸੀਂ ਕਾਹਦੇ ਟੀਚਰ ਸੀ ਜੀ? ਮੈਂ ਐਸਐਸ ਮਿਸਟਰਸ। ਠੀਕ ਹੈ ਜੀ। ਸੋ ਮੈਮ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ, ਹੁਣ ਸਰ ਤੁਸੀਂ ਦੱਸੋ ਜੀ ਮੈਮ ਬਾਰੇ ਕੋਈ ਨਾ ਕੋਈ ਗੱਲ ਸਾਨੂੰ ਜ਼ਰੂਰ ਸੁਣਾਓ, ਫਿਰ ਆਪਾਂ ਕਰਦੇ ਹਾਂ ਨਾ ਸਮਾਪਤੀ। ਤੁਸੀਂ ਮੈਮ ਬਾਰੇ ਕੁਛ ਵੀ, ਜਿਵੇਂ ਕਾਫੀ ਲੰਬਾ ਸਮਾਂ ਹੋ ਗਿਆ, ਤੁਸੀਂ ਮੈਡਮ ਨਾਲ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਜੀ ਹਮੇਸ਼ਾ ਤੋਂ? ਠੀਕ ਰਿਹਾ ਜੀ, ਇਹ ਆਪਣੇ ਕੰਮ ਨੂੰ ਸਮਰਪਿਤ ਸੀਗੇ, ਜਿਹੜੇ ਮਤਲਬ ਪੜ੍ਹਾਉਂਦੇ ਵੀ ਸੀ ਤਾਂ ਆਪਣੀ ਪੂਰੀ ਤਿਆਰੀ ਕਰਕੇ ਜਾਂਦੇ ਸੀਗੇ। ਅੱਛਾ ਜੀ। ਇੱਥੋਂ ਤੱਕ ਕਿ ਕੁਛ ਬੱਚੇ ਜਿਹੜੇ ਇਹਨਾਂ ਦੇ ਬਹੁਤੇ ਕਰੀਬ ਸੀ, ਇਹਨਾਂ ਦੀ ਟਿਪਸ 'ਤੇ ਹੁੰਦੇ ਸੀਗੇ, ਉਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ, ਕੌਣ ਬੱਚਾ ਕਿਹੋ ਜਿਹਾ, ਕੌਣ ਬੱਚਾ ਕਿਹੋ ਜਿਹਾ ਹੈਗਾ। ਠੀਕ ਹੈ ਜੀ। ਜੇ ਇਹਨਾਂ ਨੇ ਥੀਏਟਰ ਕੀਤਾ ਉਹ ਵੀ ਪੂਰੀ ਡੈਡੀਕੇਸ਼ਨ ਦੇ ਨਾਲ ਕੀਤਾ। ਹਾਂਜੀ। ਜੇ ਹੁਣ ਇਹ ਫਿਲਮਾਂ ਵੀ ਕਰਦੇ ਨੇ ਪੂਰੀ ਡੈਡੀਕੇਸ਼ਨ ਦੇ ਨਾਲ ਕਰਦੇ ਨੇ। ਠੀਕ ਹੈ ਜੀ। ਅਤੇ ਮੈਂ ਇੱਕ ਚੀਜ਼ ਦੇਖੀ ਹੈ, ਕਿਉਂਕਿ ਇਹਨਾਂ ਦਾ ਥੀਏਟਰ ਦੇ ਵਿੱਚ ਵੀ ਅਤੇ ਫਿਲਮਾਂ ਦੇ ਵਿੱਚ ਵੀ ਇੰਨਾ ਲਗਾਅ ਹੈਗਾ ਕਿ ਜਦੋਂ ਇਹ ਕੰਮ ਕਰਦੇ ਨੇ ਤਾਂ ਇਹਨਾਂ ਦੇ ਕੋਲ ਥਕਾਵਟ ਨਹੀਂ ਹੁੰਦੀ। ਕੀ ਬਾਤ ਹੈ ਨਾ। ਸੋ ਜਿਹੜੇ ਬੰਦੇ ਦਾ ਜਜ਼ਬਾ ਹੁੰਦਾ ਨਾ, ਉਹੀ ਚੀਜ਼ ਹੈ। ਮੈਮ ਨੈਕਸਟ ਕੀ ਆ ਰਿਹਾ ਜੀ ਹੁਣ ਆਪਣਾ, ਉਹ ਦੱਸੋ। ਨੈਕਸਟ ਬੇਟੇ 2-3 ਪ੍ਰੋਜੈਕਟ ਹੈ, ਇੱਕ ਮੈਂ ਹੁਣੇ ਕਰਕੇ ਹੀ ਹਟੀ ਹਾਂ, ਹੁਣੇ ਰੈਪ ਅਪ ਹੋਇਆ ਪੁਆੜਾ।
ਠੀਕ ਹੈ ਜੀ। ਤੇ ਦਿਵਿਆ ਦੱਤਾ ਨੂੰ ਲੈ ਕੇ ਕਰ ਰਹੇ ਨੇ, ਉਹਦੇ ਵਿੱਚ ਰਿਸ਼ੀ ਮੈਮ ਵੀ ਆ, ਉਹਦੇ ਵਿੱਚ ਮੈਂ ਵੀ ਹਾਂ, ਹੋਰ ਵੀ ਆਰਟਿਸਟ ਨੇ। ਠੀਕ ਹੈ ਜੀ। ਇਹ ਪ੍ਰਾਊਡ ਫੀਲ ਹੋ ਰਿਹਾ। ਹੁਣੇ ਜਗਦੀਪ ਦੀ ਫਿਲਮ 'ਚ ਆ ਰਹੀ ਹੈ ਸੁਪਨਾ, ਉਹਦੇ ਵਿੱਚ ਮੇਰੀ ਗੈਸਟ ਅਪੀਅਰੈਂਸ ਹੈ। ਜਗਦੀਪ ਬੜਾ ਅੱਛਾ ਰਾਈਟਰ ਹੈ, ਬਹੁਤ ਜ਼ਿਆਦਾ ਉਹਨੇ ਕੰਮ ਕੀਤਾ। ਤੇ ਜਿਵੇਂ ਦਾਦੂ ਹੋ ਗਏ, ਮੈਨੂੰ ਚੰਗੇ ਡਾਇਰੈਕਟਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸਮੀਪ ਜੀ ਹੋ ਗਏ, ਸਿਮਰਜੀਤ ਦੀ ਫਿਲਮ ਆਈ ਸੀ ਮੁਕਲਾਵਾ, ਲੋਕਾਂ ਨੇ ਬਹੁਤ ਪਿਆਰ ਦਿੱਤਾ ਸਿਮਰਜੀਤ, ਹੈ ਨਾ, ਸਮੀਪ ਕੰਗ, ਦੂਜੀ ਗੱਲ ਗਿੱਪੀ, ਤੇ ਆਪਣਾ ਐਮੀ ਵਿਰਕ ਹੁਣਾ ਨਾਲ, ਸਾਰੇ ਦਲਜੀਤ ਨਾਲ ਆਈ ਸੀ ਛੜਾ ਫਿਲਮ ਮੇਰੀ। ਦਲਜੀਤ ਨਾਲ ਪਹਿਲਾਂ ਵੀ ਮੈਂ ਦੋ ਤਿੰਨ ਫਿਲਮਾਂ ਕਰ ਚੁੱਕੀ ਹਾਂ। ਜਿਵੇਂ ਆਮ ਲੋਕ ਕਹਿੰਦੇ ਆ ਸੈੱਟ 'ਤੇ ਫਲਾਨਾ ਈਗੋਸਟ ਹੈ, ਮੈਨੂੰ ਐਂ ਲੱਗਦਾ ਵੀ ਸਾਡੇ ਆਪਣੇ ਵਿੱਚ ਵੀ ਬਹੁਤ ਕੁਛ ਹੁੰਦਾ। ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਸੈੱਟ 'ਤੇ ਜਾ ਕੇ, ਆ ਬੈਠੇ ਨੇ ਭੰਗੂ ਸਾਹਿਬ ਤੁਹਾਡੇ ਸਾਹਮਣੇ, ਮੈਨੂੰ ਤਾਂ ਕਦੇ ਨਹੀਂ ਆ ਕੇ ਆਇਆ ਹੋਇਆ ਵੀ ਫਲਾਨਾ ਆਇਆ। ਹਾਂਜੀ ਮੈਮ, ਇੱਕ ਨਾ ਜੋ ਆਰਟਿਸਟ ਆ ਫੀਮੇਲ ਆਰਟਿਸਟ ਖਾਸ ਤੌਰ 'ਤੇ, ਉਹ ਇਹ ਸਵਾਲ ਵੀ ਕਰਦੇ ਆ ਅਤੇ ਉਹਨਾਂ ਦਾ ਸ਼ਿਕਵਾ ਵੀ ਹੁੰਦਾ ਕਿ ਕੁੜੀਆਂ ਨੂੰ ਉਹਨਾਂ ਦਾ ਮਿਹਨਤਾਨਾ ਪੂਰਾ ਨਹੀਂ ਮਿਲਦਾ ਗਾ, ਤੁਹਾਡਾ ਉਹਦੇ ਬਾਰੇ ਕੀ? ਇਹਦੇ ਵਿੱਚ ਤਾਂ ਇਹ ਤਾਂ ਬਾਲੀਵੁੱਡ ਤੱਕ ਚੱਲਦਾ, ਕਿਉਂਕਿ ਮੈਨੂੰ ਵੀ ਨਹੀਂ ਸਮਝ ਆਈ ਮੇਲ ਫੀਮੇਲ ਦੀ। ਪਰ ਬਾਕੀ ਦੇਖੋ, ਕਰੈਕਟਰ ਆਰਟਿਸਟਾਂ ਅਤੇ ਦੂਜੇ ਆਰਟਿਸਟਾਂ ਦਾ ਫਰਕ ਤਾਂ ਰਹਿੰਦਾ। ਲੀਡ ਰੋਲ 'ਤੇ ਨੇ ਲੋਕ, ਇੱਕ ਫੈਨ ਫੋਲੋਇੰਗ ਹੁੰਦੀ ਹੈ ਜਾਂ ਇੱਕ ਚੱਲੇ ਹੀ ਆ ਰਿਹਾ। ਦੇਖੋ ਜਿਵੇਂ ਹੀਰੋਇਨ ਹੈ, ਹੀਰੋਇਨਾਂ ਚੱਲਦੀਆਂ ਵੀ ਫਿਰ ਉਹ ਥੋੜ੍ਹੇ ਸਮੇਂ ਲਈ ਹੈ, ਜਾਂ ਹੀਰੋ ਵੱਧ ਸਮੇਂ ਲਈ ਚੱਲੀ ਜਾਂਦੇ ਨੇ। ਇਹ ਸਾਡੀ ਸਰੀਰਕ ਬਣਤਰ 'ਤੇ ਵੀ ਆਧਾਰਿਤ ਹੁੰਦਾ। ਅਸੀਂ ਆਪਣੀ ਸਿਹਤ ਦਾ ਕਿੰਨਾ ਕੁ ਖਿਆਲ ਰੱਖਦੇ ਹਾਂ? ਖੈਰ, ਸਿਹਤ ਦਾ ਖਿਆਲ ਮੈਂ ਵੀ ਨਹੀਂ ਬਹੁਤਾ ਰੱਖਦੀ, ਹੁਣ ਕੋਸ਼ਿਸ਼ ਕਰੂੰਗੀ। ਹਾਂ, ਅਤੇ ਇਹ ਵੀ ਜ਼ਰੂਰੀ ਹੈ ਸਾਡੇ ਹਿੱਸਾ, ਕਿਉਂਕਿ ਮੈਂ ਦੇਖਿਆ ਮੁੰਡੇ ਬਹੁਤ ਮਿਹਨਤ ਕਰਦੇ ਨੇ। ਗਿੱਪੀ ਨੂੰ ਦੇਖਿਆ, ਦਲਜੀਤ ਨੂੰ ਦੇਖਿਆ, ਐਮੀ ਨੂੰ ਦੇਖਿਆ, ਜਿੰਨੇ ਵੀ ਬਾਕੀ ਹੀਰੋ ਆ ਰਹੇ ਨੇ, ਉਹ ਜਿੰਨੇ ਮਰਜ਼ੀ ਥੱਕੇ ਨੇ ਜਿੰਮ ਜਾਂਦੇ ਨੇ, ਆਪਦੀ ਡਾਇਟ ਦਾ ਖਿਆਲ ਰੱਖਦੇ ਨੇ। ਅਤੇ ਸਾਡੀਆਂ ਕੁੜੀਆਂ ਵੀ, ਜਿੰਨੀਆਂ ਕੁੜੀਆਂ ਨਾਲ ਕੀਤਾ ਮੈਂ ਦੇਖਦੀ ਹਾਂ, ਇੰਨੇ ਰੁਝੇਵੇਂ ਦੇ ਵਿੱਚੋਂ ਵੀ। ਮੈਂ ਕੱਲ੍ਹ ਪਰਸੋਂ ਗੱਲ ਹੋ ਰਹੀ, ਮੈਂ ਹੈਰਾਨ ਨਹੀਂ ਰਹੀ। ਗਿੱਪੀ ਕਹਿੰਦਾ ਮਾਤਾ ਮੈਨੂੰ ਨੀਂਦ ਆ ਨਹੀਂ ਸੀ ਰਹੀ, ਪੁਆੜੇ ਦੇ ਸੱਟ 'ਤੇ ਸੀ। ਅਤੇ ਕਹਿੰਦਾ ਮੈਂ 2 ਵਜੇ ਤੱਕ ਬਹੁਤ ਹੀ ਅੱਕਿਆ, ਕਹਿੰਦਾ ਹਾਰ ਕੇ ਮੈਂ ਸੋਚਿਆ ਪਿਆ ਕੀ ਕਰਦਾ ਵੀ ਜਿੰਮ ਚੱਲਦੇ ਹਾਂ ਰਾਤ ਨੂੰ 2 ਵਜੇ। ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੋਇਆ ਰਿਹਾ ਕਿ ਸਾਡੇ ਮੁੰਡੇ ਜੇ ਇੰਨੀ ਮਿਹਨਤ ਕਰਕੇ ਆ ਰਹੇ। ਬੇਟੇ ਮਿਹਨਤ ਤਾਂ ਹੈਗੀ, ਐਵੇਂ ਨਹੀਂ ਆਏ ਉਹ। ਬਿਲਕੁਲ ਜੀ, ਤਾਂ ਇਹ ਲੁੱਕ ਬਣੀ ਹੈ, ਸਾਰਾ ਕੁਝ ਹੀ ਤਾਂ ਜੀ। ਬਿਲਕੁਲ ਬਿਲਕੁਲ, ਗਿੱਪੀ ਹੈ ਹੁਣ, ਲੱਗਦਾ ਕਿੱਡਾ ਜੰਗ ਬਿੰਨੂ ਹੈ। ਹਾਂਜੀ, ਸਾਰੇ ਇਹ ਮੁੰਡੇ ਇੰਨੀ ਦੇਰ ਤਾਂ ਹੀ ਚੱਲੀ ਜਾਂਦੇ। ਬਿਲਕੁਲ ਜੀ। ਸੋ ਮੈਮ, ਜਿਵੇਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ, ਮੇਰਾ ਇੱਕ ਸਵਾਲ ਅਕਸਰ ਹੀ ਹੁੰਦਾ ਕਿ ਆਰਟਿਸਟ ਜੋ ਕੰਮ ਕਰਦਾ ਉਹ ਲਾਈਫ ਦੇ ਵਿੱਚ ਕਿੰਨਾ ਕੁ ਸੰਤੁਸ਼ਟ ਆ। ਮੈਂ ਜੀ ਤੁਹਾਨੂੰ ਦੋਨਾਂ ਨੂੰ ਪੁੱਛਣਾ ਚਾਹੂੰਗਾ, ਬਹੁਤ ਸੋਹਣੀ ਜੋੜੀ ਹੈ, ਵਾਹਿਗੁਰੂ ਨੇ ਨਾ ਬਣਾਈ ਆ, ਅਤੇ ਤੁਸੀਂ ਲਾਈਫ ਤੋਂ ਸੰਤੁਸ਼ਟ ਆ ਜੋ ਕੁਛ ਹਾਸਲ ਕੀਤਾ ਜੀ? ਦੇਖੋ ਬਈ, ਸੰਤੁਸ਼ਟ ਤਾਂ ਮੈਂ ਉਦੋਂ ਹੋ ਜਾਂਦੀ ਹਾਂ ਜਦੋਂ ਮੇਰੇ ਲੋਕ ਹੈ ਜਿਹੜਾ ਇੰਨਾ ਪਿਆਰ ਦਿੰਦੇ ਨੇ, ਅਤੇ ਮੈਂ ਆਪਦੀ ਪਰਸਨਲ ਜ਼ਿੰਦਗੀ ਤੋਂ ਵੀ ਖੁਸ਼ ਹਾਂ, ਕਿਉਂਕਿ ਬੱਚੇ ਨੇ, ਅਸੀਂ ਹਾਂ, ਤੰਦਰੁਸਤ ਰਹੀਏ ਬਸ, ਅਤੇ ਲੋਕਾਂ ਦਾ ਪਿਆਰ ਇੱਦਾਂ ਹੀ ਮਿਲਦਾ ਰਹੇ। ਹਾਂਜੀ। ਸੋ ਬਿਲਕੁਲ ਸੰਤੁਸ਼ਟ ਹੈ ਜੀ ਜ਼ਿੰਦਗੀ ਤੋਂ, ਜਿੰਨਾ ਕੁਛ ਅੱਜ ਤੱਕ ਸਮਝਦੀ ਉਮਰ ਤੋਂ ਬਾਅਦ ਜੋ ਕੁਛ ਕੀਤਾ ਹੈਗਾ, ਅਤੇ ਅੱਗੇ ਵੀ ਇਹੀ ਹੈ ਕਿ ਜਿੰਨਾ ਚਿਰ ਜ਼ਿੰਦਗੀ ਹੈਗੀ ਆ, ਅਸੀਂ ਕੁਛ ਨਾ ਕੁਛ ਸਿਰਜਣਾ ਦੇ ਵਿੱਚ, ਸਮਾਜਿਕ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੀਏ। ਠੀਕ ਹੈ। ਹਾਲਾਂਕਿ ਜਦੋਂ ਅਸੀਂ ਦੇਖਦੇ ਹਾਂ ਜਿਹੋ ਜਿਹੇ ਦੇਸ਼ ਦੇ ਹਾਲਾਤ ਹੈ, ਇਹਦੇ 'ਚ ਹਾਲਾਤ ਬਹੁਤ ਮੰਗ ਕਰਦੇ ਹੈ ਕਿ ਅਸੀਂ ਬਹੁਤ ਅੱਗੇ ਹੋ ਕੇ ਲੜੀਏ, ਕੁਛ ਕਰੀਏ ਸਮਾਜਿਕ ਤਬਦੀਲੀ ਦੇ ਲਈ। ਠੀਕ ਹੈ ਜੀ। ਪਰ ਕੁਛ ਇਹ ਕਹਿ ਲਓ ਵੀ ਉਮਰਾਂ ਹੁਣ ਇਸ ਹੱਦ ਤੱਕ ਪਹੁੰਚ ਗਈਆਂ ਨੇ ਵੀ ਕਿਸੇ ਕਿਸਮ ਦੀ ਅਗਵਾਈ ਤਾਂ ਨਹੀਂ ਕਰ ਰਹੇ ਅਸੀਂ ਕਰ ਸਕਦੇ ਵੀ। ਚਲੋ ਫਿਰ ਵੀ ਇਹ ਹੈ ਵੀ ਜਿਹੜੇ ਲੋਕ ਅੱਗੇ ਹੋ ਕੇ ਕੁਛ ਕਰ ਰਹੇ ਆ ਸਮਾਜਿਕ ਤਬਦੀਲੀ ਦੇ ਲਈ, ਅਸੀਂ ਉਹਨਾਂ ਦੇ ਸਹਾਇਕ ਬਣੇ ਰਹੀਏ। ਸੋ ਜੀ, ਅਸੀਂ ਵੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਤੁਸੀਂ ਇਸੇ ਤਰ੍ਹਾਂ ਚੰਗੇ ਕੰਮ, ਸਮਾਜ ਸੇਵਾ ਕਰਦੇ ਰਹੋ ਮੈਮ ਤੁਸੀਂ। ਨਾਲੇ ਮੈਨੂੰ ਨਹੀਂ ਲੱਗਦਾ ਇਹ, ਜਿਵੇਂ ਇਹਨਾਂ ਨੇ ਕਹਿਤਾ ਉਮਰਾਂ, ਮੈਨੂੰ ਨਹੀਂ ਲੱਗਦਾ ਅਸੀਂ ਬੁੱਢੇ ਹੋ ਗਏ, ਅਸੀਂ ਕੰਮ ਕਰਦੇ ਰਹੋ। ਗੱਲ ਬੁੱਢੀ ਕੋਈ ਨਹੀਂ, ਤੁਸੀਂ ਬਹੁਤ ਸੋਹਣੇ ਜੋੜੇ ਜੀ, ਵਾਹਿਗੁਰੂ ਇੱਦਾਂ ਹੀ ਬਣਾਈ ਰੱਖੇ। ਅਤੇ ਮੈਮ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਰੋਲ ਅਸੀਂ ਅਲੱਗ ਅਲੱਗ ਹੋਰ ਵੀ ਦੇਖੀਏ ਜੋ ਆਉਣ ਵਾਲੇ ਸਮੇਂ 'ਚ ਫਿਲਮਾਂ ਆਉਣਗੀਆਂ, ਕਿਉਂਕਿ ਤੁਸੀਂ ਇੱਕ ਸੰਪੂਰਨ ਐਕਟਰ ਹੋ ਨਾ, ਇਹ ਬਹੁਤ ਵੱਡੀ ਗੱਲ ਹੈ। ਹਾਂ ਬੇਟਾ, ਮੈਨੂੰ ਵੀ ਬਹੁਤ ਚੰਗਾ ਲੱਗਿਆ ਅੱਜ ਤੁਹਾਡੇ ਨਾਲ ਮਿਲ ਕੇ, ਕਿਉਂਕਿ ਤੁਸੀਂ ਖੁੱਲ੍ਹ ਕੇ ਗੱਲਾਂ ਕੀਤੀਆਂ, ਬਹੁਤ ਅੱਛੀ ਇੰਟਰਵਿਊ ਕੀਤੀ। ਥੈਂਕ ਯੂ ਮੈਮ, ਥੈਂਕ ਯੂ। ਸੋ ਦੋਸਤੋ, ਏ ਸੀ ਗੁਰਪ੍ਰੀਤ ਕੌਰ ਪੰਗੂ ਜੀ ਅਤੇ ਨਾਲ ਸਾਡੇ ਸਵਰਨ ਸਿੰਘ ਪੰਗੂ ਜੀ, ਇਹਨਾਂ ਨੇ ਦਿਲ ਖੋਲ੍ਹ ਕੇ ਗੱਲਾਂ ਬਾਤਾਂ ਕੀਤੀਆਂ, ਕੋਈ ਵੀ ਫੇਕ ਨਹੀਂ ਗੱਲ, ਦਿਲੋਂ ਜੋ ਗੱਲਾਂ ਆਈਆਂ ਇਹਨਾਂ ਨੇ ਆਪਣਾ ਐਕਸਪੀਰੀਅੰਸ, ਆਪਣਾ ਤਜਰਬਾ ਆਪਾਂ ਨੂੰ ਦੱਸਿਆ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇੰਟਰਵਿਊ ਪਸੰਦ ਆਈ ਹੋਊਗੀ। ਜੇ ਤੁਹਾਨੂੰ ਇੰਟਰਵਿਊ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਅਤੇ ਗੁਰਪ੍ਰੀਤ ਕੌਰ ਪੰਗੂ ਅਤੇ ਸਵਰਨ ਸਿੰਘ ਪੰਗੂ ਜੀ ਨਾਲ ਕਿਸ ਤਰ੍ਹਾਂ ਤੁਹਾਨੂੰ ਗੱਲਬਾਤ ਲੱਗੀ ਤੁਸੀਂ ਕਮੈਂਟਾਂ ਵਿੱਚ ਸਾਨੂੰ ਜ਼ਰੂਰ ਦੱਸਣਾ, ਅਤੇ ਇਸੇ ਤਰ੍ਹਾਂ ਦੇ ਚੰਗੇ ਜੋ ਆਰਟਿਸਟ ਆ ਜੋ ਸਾਡੇ ਸਮਾਜ ਲਈ ਕੁਛ ਚੰਗਾ ਕਰ ਰਹੇ ਆ, ਫਿਲਮੀ ਜੋ ਦੁਨੀਆ ਉਹਦੇ ਲਈ ਚੰਗਾ ਕਰ ਰਹੇ, ਉਹਨਾਂ ਤੁਹਾਡੀ ਮੁਲਾਕਾਤ ਕਰਾਉਂਦੇ ਰਹੋਗੇ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਜਗਮੀਤ ਬਰਾੜ ਅਤੇ ਗੁਰਪ੍ਰੀਤ ਕੌਰ ਪੰਗੂ ਅਤੇ ਸਵਰਨ ਸਿੰਘ ਪੰਗੂ ਨੂੰ ਦਿਓ ਇਜਾਜ਼ਤ। ਸੋ ਜੀ, ਮਿਲਦੇ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।